ਕੀਤਾ
ਜਾਤੋ ਨਾਹੀ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰ ਵੀ ਬਿਲਾਵਲੀ ਪੁਨਿਆ ਕੀ ਗਾਵਹਿ ਬੰਗਲੀ ਪੁਨ ਅਸਲੇਖੇ ਕੀ ਭਈ ਬਾਰੀ ਏ ਭੈਰੋ ਕੀ ਪਾਚੋ ਨਾਰੀ ਪੰਚਮ ਹਰਕਤ ਸਾਖ ਸੁਣਾਵਹੇ ਬੰਗਾਲਮ ਮਦ ਮਾਧਵ ਗਾਵਹੇ ਲਲਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵਹੇ ਗਾਇਣ ਪਾਤਰ ਦੁਤੀਆ ਬਾਲ ਕੋ ਸਖ ਅਲਪਹੇ ਸੰਗ ਰਾਗਨੀ ਪਾਚੋ ਥਪਹੇ ਹੋਣ ਕਰਿਆ ਦੇਵ ਗੰਧਾਰੀ ਗੰਧਾਰੀ ਸਿਉਤੀ ਉਚਾਰੀ ਨਾਸਰੀ ਪਾਚੋ ਗਾਈ ਮਾਲ ਰਾਤ ਕੋ ਸਤ ਸੰਗ ਲਾਈ ਮਾਰੂ ਮਸਤ ਅੰਗ ਮੇ ਮਾਰਾ ਪ੍ਰਬਲ ਚੰਡ ਕੋ ਸਕ ਉਭਾਰਾ ਹਉ ਖੜਿਓ ਭਵਰਾਨੰਦ ਗਾਈ ਅਸ਼ਟ ਮਾਲ ਕੋ ਸਤ ਸੰਗ ਲਾਈ ਪੁਨ ਆਯੋ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁਤ ਉਠੇ ਤਾਨ ਕਲੋਲ ਗਾਇਣ ਤਾਰ ਮਿਲਾਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਧੂਰ ਸੁਹਾਈ ਸਰਸ ਹੀਰੀ ਲੈ ਭਰ ਜਾ ਸੰਗਲਾਈ ਪੰਚ ਵਾਰ ਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਣ ਵਾਹੇ ਬਿਨੁਤਾ ਗਾਵੇ ਸਰਸ ਬਸੰਤ ਕਮੁਤਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ ਕਛਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾ ਮੋਦੀ ਓ ਗੁਜਰੀ ਸੰਗ ਦੀਪਕ ਕੇ ਥਾਪ ਕਾਲੰਕਾਰ ਕੁੰਤਲ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗੌਰਾ ਕਾਨਾ ਕਲਿਆਣਾ ਅਸ਼ਟ ਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗ ਵੈ ਗਾਵਹੇ ਪੰਚੋ ਸੰਗ ਬਰੰਗਨ ਲਾਵਹੇ ਐਰਾਰੀ ਕਰਨਾਟੀ ਧਰੇ ਗਵਰੀ
ਇਹ ਪਾਛੈ ਸੁਧ ਵੇ ਅਲਾਪੀ ਸ੍ਰੀ ਰਾਗ ਸੁ ਪਾਂਚੋਂ ਥਾਪੀ ਸਾਧੂ ਸਾਰਗ ਸਾਗਰਾ ਔਰ ਗੌਂਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੁੰਡ ਕੁੰਭ ਹਮੀਰ ਅਸ਼ਟਮ ਮੇਘ ਰਾਗ ਵੈ ਗਾਵਹੇ ਪਾਂਚੋ ਸੰਗ ਬਰੰਗਨ ਲਾਵਹੇ ਸੋਰਠ ਗੌਂਡ ਮਲਾਰੀ ਪੁਨੀ ਪੁਨ ਗਾਵੇ ਆਸਾ ਗੁਣ ਗੁਣੀ ਉੱਚੈ ਸੁਰਸੂਹੋ ਪੁਨ ਕਿੰਨੀ ਮੇਘ ਰਾਗ ਸੁ ਪਾਂਚੋ ਚੀਨੀ ਬੈਰਾ ਤਰ ਕਰ ਗਦ ਧਰ ਕੇ ਦਾਰਾ ਜਬਲੇ ਧਰ ਨਟਿਓ ਜਲ ਧਾਰਾ ਪੁਨ ਗਾਵੇ ਸੰਕਰਿਓ ਸਿਆਮਾ ਮੇਘ ਰਾਗ ਪੁੱਤਰਨ ਕੇ ਨਾਮਾ ਅਸ਼ਟ ਰਾਗ ਉਨ ਗਾਏ ਸੰਗ ਰਾਗ ਨੀਤੀ ਸਭੈ ਪੁੱਤਰ ਰਾਗਨ ਕੇ ਅਸ਼ਟ ਰਾਗ ਉਨ ਗਾਏ ਸੰਗ ਰਾਗ ਸਭੈ ਪੁੱਤਰ ਰਾਗਨ ਕੇ ਅਠਾਰਹਿ ਦਸ ਬੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸਿੱਖੀ ਮਨ ਵੱਡੀਆਂ ਵਧਾਈਆਂ ਰਾਗ ਰਤਨ ਪਰਿਵਾਰ ਪ੍ਰਿਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋਭ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਸੰਭਾਲ ਮੇਰਾ ਦੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਮਿੱਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੋ ਸੰਤੋਸ਼ ਬਥਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ
ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿੱਤ ਘਰ ਧਾਰੀਆ ਪੰਚ ਦੂਤ ਕੁਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਜਿਤ ਘਰ ਅਨ ਹਦ ਵਾਜੇ ਅਨ ਦਸੁਨ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਦੁਖ ਰੋਗ ਸੰਤਾਪ ਉਤਰੇ ਸੁਣੇ ਸੀ ਵਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ ਸੋਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪ੍ਰਭੂ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਏ ਸੋਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਮ ਜੇ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਸਪਾ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਪਾਠ ਦੀਦਾਰ ਜੀ ਕਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਦੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਧਰਮ ਨਹੀਂ ਹਾਰਿਆ ਇਹਨਾਂ ਪਿਆਰਿਆਂ ਸੁਪਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਵੱਲੋਂ ਜੀ ਵਾਹਿਗੁਰੂ
ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਉੱਠੀਆਂ ਖੱਲਾਂ ਲੁਹਾਈਆਂ, ਖੋਪੜੀਆਂ ਉਤਰਵਾਈਆਂ, ਜਿਉਂਦੇ ਅੱਗ ਵਿੱਚ ਸਾੜੇ ਗਏ, ਧਰਮ ਹੇਤ ਸਾਕੇ ਕੀਤੇ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਇਹਨਾਂ ਦੀ ਕਮਾਈ ਦਾ ਧਿਆਨ ਤੱਕੇ, ਖਾਲਸਾ ਜੀ ਸਾਹਿਬ ਬੋਲੋ ਜੀ। ਵਾਹਿਗੁਰੂ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਉੱਠੀਆਂ ਖੱਲਾਂ ਲੁਹਾਈਆਂ, ਖੋਪੜੀਆਂ ਉਤਰਵਾਈਆਂ, ਜਿਉਂਦੇ ਅੱਗ ਵਿੱਚ ਸਾੜੇ ਗਏ, ਧਰਮ ਹੇਤ ਸਾਕੇ ਕੀਤੇ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਇਹਨਾਂ ਦੀ ਕਮਾਈ ਦਾ ਧਿਆਨ ਤਰੱਕੀ, ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਬੱਦ ਗੁਰਦੁਆਰਿਆਂ ਦਾ ਧਿਆਨ ਤਰੱਕੀ, ਬੋਲੋ ਜੀ। ਪ੍ਰਥਮੇ ਸਬੱਦ ਖਾਲਸਾ ਜੀ ਕੀ ਅਰਦਾਸ ਹੈ ਜੀ। ਸਬੱਦ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਪਿਤੇ ਆਵੇ ਪਿਤੇ ਆਵਣ ਕਾ ਸਦਕਾ ਸਤ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇ। ਦੇਖ ਦੇਖੀ ਜੀਤ ਸ੍ਰੀ ਸਾਹਿਬ ਜੀ ਸਹਾਈ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਨਾਮ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸਨਾਨ, ਚੌਂਕੀਆਂ ਝੰਡੇ ਗੂੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਤੀ, ਮਤ ਪੱਤ ਦੇ ਰੱਖਿਆ ਵਾਹਿਗੁਰੂ। ਹੇ ਅਕਾਲ ਪੁਰਖ ਅੰਤਰ ਜਾਮੀ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਇਹਨਾਂ ਦੇ ਕੁਲ ਦੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਕੇ ਪਾਵਨ ਪਵਿੱਤਰ ਚਰਨਾਂ ਪਾਉਣਾ ਵਿਖੇ ਅਰਦਾਸ ਬੇਨਤੀ ਹੈ ਜੀ। ਧੰਨ ਧੰਨ ਬਾਬਾ ਚਿੰਤਾ ਭਗਤ ਜੀ, ਧੰਨ ਧੰਨ ਬਾਬਾ ਅਮੀਚੰਦ ਜੀ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਆਪ ਜੀ ਦੇ ਪਾਵਨ ਪਵਿੱਤਰ ਫੁਰਮਾਨ, ਭਾਗ ਠੜੇ ਹਰ ਸੰਤ ਕੁਮਾਰੇ, ਜਿਨ ਘਰ ਧਨ ਹਰ ਨਾਮਾ, ਪਰਵਾਨ ਗਣੀ ਸਹੀ ਇਹ ਆਏ, ਸਫਲ ਤਨਾ ਕੇ ਕੰਮਾਂ ਦੇ ਮਹਾਂਵਾਕਾਂ ਅਨੁਸਾਰ ਸਤਿਗੁਰੂ ਜੀਓ। ਧੰਨ ਧੰਨ ਬਾਬਾ ਚਿੰਤਾ ਭਗਤ ਜੀ ਦੇ ਸਾਲਾਨਾ ਜੋੜ ਮੇਲਾ ਸਮਾਗਮ ਨੂੰ ਮਨਾਉਂਦੇ ਹੋਏ ਸਮੂਹ ਸੰਗਤ, ਨਗਰ ਰੋਟਾ ਕਲਾਂ ਇਲਾਕਾ ਨਿਵਾਸੀ ਸੰਗਤਾਂ, NRI ਸੰਗਤਾਂ ਅਤੇ ਧੰਨ ਧੰਨ ਬਾਬਾ ਚਿੰਤਾ ਭਗਤ ਜੀ ਟਰੱਸਟ ਦੇ ਸਮੁੱਚੇ ਮੈਂਬਰ ਸਾਹਿਬਾਨਾਂ ਵੱਲੋਂ ਇਕੱਤਰਿਤ ਹੋ ਕਰਕੇ ਪਰਸੋਂ ਰੋਜ਼ ਤੋਂ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਇੱਕ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ। ਸਤਿਗੁਰੂ ਜੀ ਆਪ ਜੀ ਦੀ ਮਹਾਨ ਕਿਰਪਾਲਤਾ ਦੁਆਰਾ ਆਪ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਜਾਪ ਆਦਿ ਤੋਂ ਮੱਧ ਤੋਂ ਸੰਪੂਰਨਤਾ ਤੱਕ ਜਪ ਕਰਕੇ ਗੁਰਮਰਿਆਦਾ ਅਨੁਸਾਰ ਸੰਪੂਰਨ ਭੋਗ ਪਾਏ ਗਏ ਉਪਰੰਤ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਸਤਿਗੁਰੂ ਜੀਓ
ਆਪ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਜਾਪ ਕਰਦਿਆਂ ਪਾਠ ਸਿੰਘਾਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਪ੍ਰਦਾਤਕਾਂ ਦੀ ਖਿਮਾ ਬਖਸ਼ਿਸ਼ ਕਰਨੀ ਸਤਿਗੁਰੂ ਦੀ ਅਗਾਹ ਵਾਸਤੇ ਗੁਰਬਾਣੀ ਦੇ ਜਾਪ ਸੋਧ ਕੇ ਜਪਣ ਦੀ ਸਮਰਥ ਬਖਸ਼ਣੀ ਸਤਿਗੁਰੂ ਜੀ ਉਹ ਜਪੀ ਹੋਈ ਬਾਣੀ ਸੋਧ ਕੇ ਸਤਖੰਡ ਵਿਖੇ ਪ੍ਰਵਾਨ ਕਰਨੀ ਜਪੀ ਹੋਈ ਬਾਣੀ ਦਾ ਪ੍ਰਭਾਵ ਸਮੁੱਚੇ ਸੰਗਤਾਂ ਅਤੇ ਦਾਸਰਿਆਂ ਦੇ ਹਿਰਦਿਆਂ 'ਚ ਵਸਾਉਣ ਦੀ ਕਿਰਪਾਲਤਾ ਕਰਨੀ ਸਤਿਗੁਰੂ ਜੀਓ ਗੁਰੂ ਗਰੀਬ ਨਿਵਾਸ ਸਤਿਗੁਰੂ ਜੀਓ ਆਪ ਕਿਰਪਾ ਕਰਨੀ ਸਤਿਗੁਰੂ ਜੀਓ ਸਮੁੱਚੇ ਨਗਰ ਇਲਾਕੇ ਅਤੇ NRI ਸੰਗਤਾਂ ਸਮੁੱਚੇ ਸੰਗਤਾਂ 'ਤੇ ਸ਼ੀਸ਼ 'ਤੇ ਆਪਣਾ ਮਿਹਰ ਪ੍ਰਯਾਤ ਰੱਖਣਾ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਿਸ਼ ਕਰਨੀ ਸਤਿਗੁਰੂ ਜੀਓ ਸੋ ਇਸ ਵਕਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗਾਂ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਸਮੁੱਚੇ ਨਗਰ ਨਿਵਾਸੀ ਇਲਾਕਾ ਨਿਵਾਸੀ NRI ਅਤੇ ਮੈਂਬਰ ਸਾਹਿਬਾਨਾਂ ਵੱਲੋਂ ਇਕੱਤਰਿਤ ਹੋ ਕਰਕੇ ਅਤੇ ਦਰ ਕਰਦੇ ਪ੍ਰੀਤਵਾਨ ਸਰਦਾਰ ਬਲਵੀਰ ਸਿੰਘ ਜੀ ਉਹਨਾਂ ਵੱਲੋਂ ਸਤਿਗੁਰੂ ਜੀਓ ਆਪ ਜੀ ਨੂੰ ਸੁਹੰਡਲੇ ਪਛਾਕੇ ਭੇਟ ਕੀਤੇ ਗਏ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪ੍ਰਲੋਕ ਪਰਦੇ ਢਾਕੇ ਰੱਖਣੇ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਅੰਗ ਸੰਗ ਸਹਾਈ ਹੋ ਕੇ ਵਿਚਰਨਾ ਦੁੱਖਾਂ ਕਲੇਸ਼ਾਂ ਮਲੇਸ਼ਾਂ ਦਾ ਨਾਸ਼ ਕਰਨਾ ਆਪਣੇ ਭਜਨ ਦਾ ਪ੍ਰਕਾਸ਼ ਕਰਨਾ ਸਤਿਗੁਰੂ ਜੀਓ ਸਮੁੱਚੀ ਸੰਗਤ ਵੱਲੋਂ ਅਰਦਾਸ ਬੇਨਤੀ ਦਾ ਪ੍ਰਵਾਨ ਕਰਨੀ ਜੋ ਮਾਈ ਭਾਈ ਬਿਰਧ ਬੱਚਾ ਤਿਲ ਫੁੱਲ ਭੇਟਾਵਾਂ ਲੈ ਕੇ ਆਪ ਜੀ ਦਰ 'ਤੇ ਹਾਜ਼ਰ ਹੋਏ ਹਨ ਤਿਨ੍ਹਾਂ ਦੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਵਰਤਾਉਣੀ ਫਸਲ ਵਾੜੀ ਵਿੱਚ ਸੁੱਖ ਵਰਤਾਉਣੀ ਬੀਜਿਆ ਹਰਾ ਕਰਨਾ ਸਰਬੱਧਿਕ ਕਾਰਜ ਰਾਸ ਕਰਨੇ ਦੇਸ਼ ਪ੍ਰਦੇਸ਼ ਰਾਹ ਪੈਂਡੇ ਵਾਦ ਘਾਟ ਜਗ੍ਹਾ ਸਹਾਇਤਾ ਕਰਨੀ ਆਪਣੇ ਸੇਵਕਾਂ ਨੂੰ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਬਖਸ਼ਿਸ਼ ਕਰਨੀ ਅੰਗ ਸੰਗ ਸਹਾਈ ਹੋ ਕੇ ਵਿਚਰਨਾ ਸਤਿਗੁਰੂ ਜੀਓ ਸੋ ਧੰਨ ਧੰਨ ਬਾਬਾ ਚਿੰਤਾ ਭਗਤ ਜੀ ਦੇ ਸਲਾਨਾ ਜੋੜ ਮੇਲਾ ਬਰਸ਼ ਸਮਾਗਮ ਨੂੰ ਮਨਾਉਂਦੇ ਹੋਏ ਅਤੇ ਸਤਿਗੁਰੂ ਜੀਓ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗਾਂ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਸਮੁੱਚੇ ਸੰਗਤਾਂ ਵੱਲੋਂ ਅਤੇ ਧੰਨ ਧੰਨ ਬਾਬਾ ਚਿੰਤਾ ਭਗਤ ਜੀ ਦੇ ਪਾਵਨ ਪਵਿੱਤਰ ਜਨਮ ਅਸਥਾਨਾਂ ਤੋਂ ਸਤਿਗੁਰੂ ਜੀਓ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਆਪ ਜੀ ਕੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੇ ਸਜਾ ਕਰਕੇ ਭੇਟਾ ਕੀਤੀ ਗਈ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸ਼ਕੇ ਆਪ ਜੀ ਦਾ ਨਾਮ ਵਾਹਿਗੁਰੂ 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 ਸਵਾਸ ਸਵਾਸ ਜਪੇ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਫੁਰਮਾਨ ਸੇਵਕ ਕਉ ਸੇਵਾ ਬਣ ਆਏ ਹੁਕਮ ਬੂਝ ਪਰਮ ਪਦ ਪਾਈ ਦੇ ਮਹਾਂਵਾਕਾਂ ਅਨੁਸਾਰ ਆਪ ਜੀ ਦਰ ਕਰਦੇ ਪ੍ਰੀਤਵਾਨ ਸਵਰਗ ਵਾਸੀ ਸ਼੍ਰੀ ਸ਼ਰਧਾ ਰਾਮ ਜੀ ਅਤੇ ਸਾਰਾ ਪਰਿਵਾਰ ਵੱਲੋਂ 5100 ਰੁਪਏ ਦਮੜਾ ਸਰਦਾਰ ਕਿਰਪਾਲ ਸਿੰਘ ਅਤੇ ਬੀਬੀ ਮਹਿੰਦਰ ਕੌਰ ਬੈਂਸ USA ਵੱਲੋਂ 1,00,000 ਰੁਪਈਆ ਸਰਦਾਰ ਜੋਗਿੰਦਰ ਸਿੰਘ ਜੀ ਬੀਬੀ ਬਲਿਹਾਰ ਕੌਰ USA ਵੱਲੋਂ 84,16 ਰੁਪਈਏ ਅਤੇ ਸਰਦਾਰ ਬਲਵੀਰ ਸਿੰਘ ਜੀ ਹੋਣਾ ਵੱਲੋਂ ਇੱਕ ਰੁਮਾਲਾ ਸਾਹਿਬ ਅਤੇ ਮਾਇਆ ਦੇ ਬਿੰਦ ਗੱਫੇ ਹਾਜ਼ਰ ਹੋਏ ਸਤਿਗੁਰੂ ਜੀਓ ਜਿਨ੍ਹਾਂ ਮਨੋਕਾਮਨਾਵਾਂ ਨੂੰ ਮੁੱਖ ਰੱਖਦੇ ਹੋਏ ਸਮੁੱਚੇ ਪਰਿਵਾਰਾਂ ਵੱਲੋਂ ਸੇਵਾ ਨਿਭਾਈਆਂ ਗਈਆਂ ਸਤਿਗੁਰੂ ਜੀ ਆਪ ਕਿਰਪਾ ਕਰਨੀ ਪਰਿਵਾਰਾਂ ਦੀਆਂ ਸ਼ੁਭ ਇੱਛਾਵਾਂ ਸ਼ੁਭ ਭਾਵਨਾਵਾਂ ਸੰਪੂਰਨ ਕਰਨ ਦੀ ਕਿਰਪਾਲਤਾ ਕਰਨੀ ਵਿਦੇਸ਼ਾਂ ਵਿੱਚ ਕਾਮਯਾਬੀ ਤਰੱਕੀਆਂ ਬਖਸ਼ਣੀਆਂ ਅੰਗ ਸੰਗ ਸਹਾਈ ਹੋ ਕੇ ਵਿਚਰਨਾ ਦੁੱਖਾਂ ਕਲੇਸ਼ਾਂ ਮਲੇਸ਼ਾਂ ਦਾ ਨਾਸ਼ ਕਰਨਾ ਆਪਣੇ ਭਜਨ ਦਾ ਪ੍ਰਕਾਸ਼ ਕਰਨਾ ਹਰ ਪ੍ਰਕਾਰ ਸਹਾਇਤਾ ਕਰਨੀ ਸ਼ੁਭ ਇੱਛਾਵਾਂ ਸ਼ੁਭ ਭਾਵਨਾਵਾਂ ਸੰਪੂਰਨ ਕਰਨ ਦੀ ਕਿਰਪਾਲਤਾ ਕਰਨੀ ਸਤਿਗੁਰੂ ਜੀਓ ਗੁਰੂ ਗਰੀਬ ਨਿਵਾਸ ਆਪ ਕਿਰਪਾ ਰਹਿਮਤਾਂ ਮਿਹਰਾਂ ਦੇ ਸਾਗਰ ਹੋ ਸਤਿਗੁਰੂ ਜੀਓ
ਧੰਨ ਧੰਨ ਬਾਬਾ ਚਿੰਤਾ ਭਗਤ ਜੀ ਦੇ ਸਲਾਨਾ ਜੋੜ ਮੇਲਾ ਵਰਸ ਸਮਾਗਮ ਨੂੰ ਮਨਾਉਂਦੇ ਹੋਏ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗਾਂ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਪਿਛਲੇ ਕਈ ਦਿਨਾਂ ਤੋਂ ਮਹਾਂਪੁਰਸ਼ਾਂ ਦੇ ਪਾਵਨ ਪਵਿੱਤਰ ਅਸਥਾਨਾਂ ਅਤੇ ਆਪ ਜੀ ਦੇ ਪਾਵਨ ਹਜ਼ੂਰ ਅੰਦਰ ਬੇਅੰਤ ਸੰਗਤਾਂ ਵੱਲੋਂ ਪਹਿਲ ਸੇਵਾਵਾਂ ਨਿਭਾਈਆਂ ਗਈਆਂ। ਸਤਿਗੁਰੂ ਜੀਓ ਪਾਠੀ ਸਿੰਘਾਂ ਪਾਸੋਂ ਆਪ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਜਾਪ ਉਚਾਰਨ ਕੀਤੇ ਗਏ। ਹੋਰ ਬੇਅੰਤ ਸੰਗਤਾਂ ਵੱਲੋਂ ਸਤਿਗੁਰੂ ਜੀਓ ਅਨੇਕਾਂ ਪ੍ਰਕਾਰ ਦੀਆਂ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਗਈਆਂ। ਸਤਿਗੁਰੂ ਜੀ ਆਪ ਕਿਰਪਾ ਕਰਨੀ ਸਮੂਹ ਸੰਗਤਾਂ ਦੀ ਸਮੁੱਚੇ ਟਹਿਲੀਆਂ ਦੀ ਅਤੇ ਪਾਠੀ ਸਿੰਘਾਂ ਦੀ ਦਸਰਿਆਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ। ਸਤਿਗੁਰੂ ਜੀ ਨਾਮ ਬਾਣੀ ਦੇ ਜਾਪ ਕਰਦਿਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜਪੀ ਹੋਈ ਬਾਣੀ ਕੀਤੀ ਹੋਈ ਸੇਵਾ ਸੋਧ ਕੇ ਸੱਚਖੰਡ ਵਿਖੇ ਪ੍ਰਵਾਨ ਕਰਨੀਆਂ ਗਾਹਾਂ ਵਾਸਤੇ ਸਤਿਗੁਰੂ ਜੀਓ ਇਸੇ ਤਰ੍ਹਾਂ ਸਮੁੱਚੀ ਸੰਗਤ ਵਿੱਚ ਆਪਸੀ ਪ੍ਰੇਮ ਇਤਫਾਕ ਸਲੂਕ ਬਖਸ਼ਿਸ਼ ਕਰਕੇ ਮਹਾਂਪੁਰਸ਼ਾਂ ਦੇ ਸਲਾਨਾ ਸਮਾਗਮ ਚਾਪ ਸ਼ਾਹ ਦੇ ਨਾਲ ਮਨਾਉਣ ਦੀ ਸਮਰੱਥਾ ਬਖਸ਼ਿਸ਼ ਕਰਨੀ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਤਿਗੁਰੂ ਜੀ ਕਿਰਪਾ ਕਰੋ ਜੀ ਆਪ ਜੀ ਕੇ ਹਜ਼ੂਰ ਗੁਰੂ ਕੇ ਲੰਗਰ ਹਾਜ਼ਰ ਹਨ ਦਾ ਪ੍ਰਵਾਨ ਹੋਵਣ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ ਆਪ ਜੀ ਦਾ ਨਾਮ ਵਾਹਿਗੁਰੂ ਵਾਹਿਗੁਰੂ ਸਵਾਹ ਸਵਾਹ ਜਪੇ ਸਤਿਗੁਰੂ ਜੀਓ ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮਨਾਮੇ ਦੀਦਾਰ ਬਖਸ਼ਿਸ਼ ਕਰਕੇ ਨਦਰੋਂ ਨਦਰ ਨਿਹਾਲ ਕਰੋ ਉਪਰੰਤ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪਿਆ ਲਾਏ ਧਿਆਨਾਂ ਦੇ ਮਹਾਂਵਾਕਾਂ ਅਨੁਸਾਰ ਗੁਰਬਾਣੀ ਦੇ ਕੀਰਤਨ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸਤਿਗੁਰੂ ਜੀ ਗੁਰਬਾਣੀ ਦੇ ਕੀਰਤਨ ਸੋਧ ਕੇ ਗਾਇਨ ਕਰਨ ਦੀ ਸਮਰੱਥਾ ਬਖਸ਼ਿਸ਼ ਕਰਨੀ ਕਿਰਪਾ ਕਰੋ ਜੀ ਆਗਿਆ ਬਖਸ਼ੋ। ਸਹੀ ਪਿਆਰੇ ਮੇਲ ਇਹਨਾਂ ਮਿਲਿਆ ਤੇਰਾ ਨਾਮ ਚਿੱਤਾ ਵੇ ਸੁੱਖ ਹੋਵੇ ਨਾਮ ਚਲਾਹੇ ਬੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਭਾਣੇ ਸਰਬੰਦਾ ਪੜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ ਤਪੈ ਚਲਾਇਓ ਕੰਠ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਖਰੇ ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ, ਭਾਗ ਛੜੇ ਹਰ ਸੰਤ ਕੁਮਾਰੀ, ਜਿਨ ਧਰ ਧਨ ਹਰ ਨਾਮਾ, ਪਰਵਾਨ ਗਣੀ ਸੇਈ ਇਹ ਆਏ, ਸਫਲ ਜਿਨਾ ਕੇ ਕੰਮ, ਜੋ ਹਮਰੀ ਵਿਦਰੋਤੀ ਮੇਰੇ ਸਤਿਗੁਰਾ, ਸਾਬਿਤ ਤੁਮ ਹਰ ਜਨ ਹੂੰ ਆਪੇ, ਅਮਰ ਉੱਠਦੇ ਫਿਰਦੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਤੇਰਾ, ਜਿਤ ਮਿਲਿਆ ਝੂਠੇ ਸਭ ਸੂਰਜ ਸੰਤਾਪੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ ਮੈਂ ਉਧਰਦ, ਜਲ ਕੇਵਲ ਜਲ ਮਾਹੀ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ ਮੈਂ ਉਧਰਦ, ਜਲ ਕੇਵਲ ਜਲ ਮਾਹੀ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਐਸਾ ਮਾਨੀਐ ਹੋਏ ਨਾ ਤੈਸਾ, ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੋਗਵੈ ਸੋਈ, ਕਹਿ ਰਵਿਦਾਸ ਹਾਥ ਪੈ ਨਿਰੈ, ਸਹਜੇ ਹੋਏ ਸੋ ਹੋਈ, ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੋਗਵੈ ਸੋਈ, ਕਹਿ ਰਵਿਦਾਸ ਹਾਥ ਪੈ ਨਿਰੈ, ਸਹਜੇ ਹੋਏ ਸੋ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ ਮੈਂ ਉਦਤ, ਜਲ ਕੇਵਲ ਜਲ ਮਾਹੀ।
ਪਾਵਨ ਪਵਿੱਤਰ ਸਥਾਨਾਂ 'ਤੇ ਜੋ ਕਿ ਬਾਬਾ ਧੰਨ ਧੰਨ ਬਾਬਾ ਚਿੰਤਾ ਭਗਤ ਜੀ ਦੇ ਸਾਲਾਨਾ ਜੋੜ ਮੇਲਾ ਸਮਾਗਮ ਆਪ ਸਰਬਾ ਸੰਗਤਾਂ ਬੜੇ ਹੀ ਸ਼ਰਧਾ ਭਾਵਨਾ ਧੂਮਧਾਮ ਦੇ ਨਾਲ ਮਨਾ ਰਹੇ ਹੋ। ਸੋ ਇਸ ਦੇ ਸੰਬੰਧ ਵਿੱਚ ਪਰਸੋਂ ਰੋਜ਼ ਤੋਂ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਧੁਰਕੀ ਬਾਣੀ ਆਈ ਤਿੰਨ ਸਭ ਚਿੰਤ ਮਿਟਾਈ ਦੇ ਸ਼੍ਰੀ ਅਖੰਡ ਪਾਠ ਸਾਹਿਬ ਆਪ ਸਰਬੱਤ ਸੰਗਤਾਂ ਦੇ ਸਹਿਯੋਗ ਉਪਰਾਲੇ ਸਦਕਾਂ ਆਰੰਭ ਕੀਤੇ ਗਏ ਸਨ। ਸਤਿਗੁਰਾਂ ਦੀ ਅਪਾਰ ਕਿਰਪਾਲਤਾ ਦੁਆਰਾ ਬਖਸ਼ਿਸ਼ ਰਹਿਮਤ ਸਦਕਾ ਗੁਰਮਰਿਆਦਾ ਅਨੁਸਾਰ ਸੰਪੂਰਨ ਭੋਗ ਪਾਏ ਉਪਰੰਤ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਰੂ ਗਹੀਰਾ ਅਣਹੱਕ ਗੁਣ ਬਾਣੀ ਪੂੰਜੀ ਸੰਤਨ ਹੱਥ ਰਾਖੀ ਪੂੰਜੀ ਦੇ ਮਹਾਂਪੁਰਖਾਂ ਅਨੁਸਾਰ ਕੀਰਤਨ ਦੀਵਾਨ ਆਰੰਭ ਹੋਣ ਲੱਗੇ ਹਨ। ਹਮ ਚਾਤਰ ਗੋਬਿੰਦ ਕੇ ਹਮ ਚਾਤਰ ਗੋਬਿੰਦ ਕੇ ਹਮ ਚਾਤਰ
Thank you.
Thank you.
ਸੰਤ ਤੁਮਾਰੇ
ਪੱਖਾਂ ਫੇਰੀ
ਲੜਦਿਆਂ
ਐ ਪਰ ਜਿਸਮ ਚੋਂ ਗਈ ਨਾ ਜਾਨ ਸਾਡੀ ਹਾਂ ਤਰਦੇ ਰਹੇ ਨੇ ਲੋਕ ਚਨਾ ਅੰਦਰ ਅਸੀਂ ਲਹੂ ਵਿੱਚ ਲਾਈਆਂ ਤਾਰੀਆਂ ਨੇ ਸਾਡੇ ਸਿਦਕ ਨੂੰ ਪਰਖੀਆਂ ਰੰਬੀਆਂ ਨੇ ਸਾਡੇ ਪਿਆਰ ਨੂੰ ਪਰਖਿਆ ਕੜਛਾ ਚਵਰਤੇ ਤਵੀ ਦਾ ਤਖਤ ਬਣਿਆ ਠਾਠ ਹੋ ਰਹੀ ਅੱਜ ਦਰਬਾਰ ਦਾ ਏ ਜਿੱਥੇ ਮਖਮਲੀ ਚਾਨਣੀ ਤਣੀ ਹੋਈ ਸੀ ਉੱਥੇ ਅੱਜ ਪਰਛਾਵਾਂ ਤਲਵਾਰ ਦਾ ਏ ਹੁਸਣ ਨਾਲ ਜੇ ਅੱਗ ਵੀ ਬੁਝ ਜਾਵੇ ਹੁਸਣ ਨਾਲ ਜੇ ਅੱਗ ਵੀ ਬੁਝ ਜਾਵੇ ਧੂੰਆਂ ਚੱਲ ਮੇਰੇ ਪ੍ਰੀਤਮ ਨੂੰ ਮਾਰਦਾ ਏ ਐ ਪਰ ਮੁਖ ਚੋਂ ਇਹ ਆਵਾਜ਼ ਨਿਕਲੇ ਤੇ ਪਾਣਾ ਮੰਨਣਾ ਅਸਾਂ ਕਰਤਾਰ ਦਾ ਏ ਪਾਣਾ ਮੰਨਣਾ ਅਸਾਂ ਕਰਤਾਰ ਦਾ ਏ ਧੰਨ ਪੰਜਵੇਂ ਗੁਰਾਂ ਦੀ ਕੁਰਬਾਨੀ ਪੰਜਵੇਂ ਗੁਰਾਂ ਦੀ ਕੁਰਬਾਨੀ ਜੋ ਸਿੱਖੀ ਤਾਈ ਜਾਗ ਲਾ ਗਈ ਐਸੀ ਕੌਮ ਨੂੰ ਅਨੋਖੀ ਚਾਲੀ ਰੰਗਣਾ ਸ਼ਹੀਦੀਆਂ ਦੀ ਜਾਤ ਆ ਗਈ ਸ਼ਹੀਦੀਆਂ ਦੀ ਜਾਤ ਆ ਗਈ ਸ਼ਹੀਦੀਆਂ ਦੀ ਜਾਤ ਆ ਗਈ ਧੰਨ ਪੰਜਵੇਂ ਗੁਰਾਂ ਦੀ ਕੁਰਬਾਨੀ ਪੰਜਵੇਂ ਗੁਰਾਂ ਦੀ ਕੁਰਬਾਨੀ ਜੋ ਸਿੱਖੀ ਤਾਈ ਜਾਗ ਲਾ ਗਈ ਐਸੀ ਕੌਮ ਨੂੰ ਅਨੋਖੀ ਚਾਲੀ ਰੰਗਣਾ ਸ਼ਹੀਦੀਆਂ ਦੀ ਜਾਚ ਆ ਗਈ ਸ਼ਹੀਦੀਆਂ ਦੀ ਜਾਚ ਆ ਗਈ ਸ਼ਹੀਦੀਆਂ ਦੀ ਜਾਚ ਆ ਗਈ ਹਾਂ ਚੌਂਕ ਚਾਂਦਨੀ ਦੇ ਵਿੱਚ ਕੈਰ ਡਾਡਾ ਹੋ ਗਿਆ ਤਾਂ ਹੀ ਮਾਰ ਮਾਰੀਓ ਤੋਂ ਅੰਬਰ ਵੀ ਰੋ ਪਿਆ ਅੰਬਰ ਵੀ ਰੋਪਿਆ ਮਤੀ ਦਾਸ ਨੂੰ ਸਿਆਰੇ ਨਾਲ ਚੀਰਿਆ
ਸਿਆਰੇ ਨਾਲ ਚੀਰਿਆ ਦੇਗ ਵੀ ਉਬਾਲੇ ਖਾ ਗਈ। ਐਸੀ ਕੌਮ ਨੂੰ ਅਨੋਖੀ ਚਾਲੀ ਰੰਗਣਾ ਸ਼ਹੀਦੀਆਂ ਦੀ ਜਾਚ ਆ ਗਈ, ਸ਼ਹੀਦੀਆਂ ਦੀ ਜਾਚ ਆ ਗਈ, ਸ਼ਹੀਦੀਆਂ ਦੀ ਜਾਚ ਆ ਗਈ। ਅਜੀਤ ਦੇ ਜੁਝਾਰ ਚਮਕੌਰ ਫਿਦਾ ਹੋ ਗਏ, ਛੋਟੇ ਸਾਹਿਬਜ਼ਾਦੇ ਵਿੱਚ ਨੀਹਾਂ ਦੇ ਖਲੋ ਗਏ, ਚਮਕੌਰ ਫਿਦਾ ਹੋ ਗਏ, ਛੋਟੇ ਸਾਹਿਬਜ਼ਾਦੇ ਵਿੱਚ ਨੀਹਾਂ ਦੇ ਖਲੋ ਗਏ। ਤੱਕ ਧਰਤੀ ਦਾ ਸੀਨਾ ਉਦੋਂ ਫਟਿਆ, ਧਰਤੀ ਦਾ ਸੀਨਾ ਉਦੋਂ ਫਟਿਆ, ਜਾ ਮਾਤਾ ਜੀ ਸ਼ਹੀਦੀ ਪਾ ਗਈ। ਐਸੀ ਕੌਮ ਨੂੰ ਅਨੋਖੀ ਚਾੜੀ ਰੰਗਣਾ ਸ਼ਹੀਦੀਆਂ ਦੀ ਜਾਚ ਆ ਗਈ, ਸ਼ਹੀਦੀਆਂ ਦੀ ਜਾਚ ਆ ਗਈ, ਸ਼ਹੀਦੀਆਂ ਦੀ ਜਾਚ ਆ ਗਈ। ਉਹ ਹੱਸ ਹੱਸ ਤਾਰੂ ਸਿੰਘ ਖੋਪਰ ਲੁਹਾ ਗਿਆ, ਦਸ ਦਸ ਮਨੀ ਸਿੰਘ ਬੰਦ ਕਟਵਾ ਗਿਆ, ਤਾਰੂ ਸਿੰਘ ਖੋਪਰ ਲੁਹਾ ਗਿਆ, ਦਸ ਦਸ ਮਨੀ ਸਿੰਘ ਬੰਦ ਕਟਵਾ ਗਿਆ। ਬਿਨਾਂ ਸੀਸ ਤੋਂ ਖੰਡਾ ਜਦੋਂ ਵਾਇਆ, ਸੀਸ ਤੋਂ ਖੰਡਾ ਜਦੋਂ ਵਾਇਆ, ਤੇ ਮੌਤ ਨੂੰ ਹੈਰਾਨੀ ਛਾ ਗਈ। ਐਸੀ ਕੌਮ ਨੂੰ ਅਨੋਖੀ ਚਾਲੀ ਰੰਗਣਾ ਸ਼ਹੀਦੀਆਂ ਦੀ ਜਾਚ ਆ ਗਈ, ਸ਼ਹੀਦੀਆਂ ਦੀ ਜਾਚ ਆ ਗਈ, ਸ਼ਹੀਦੀਆਂ ਦੀ ਜਾਚ ਆ ਗਈ। ਉਹ ਕੌਮ ਯੁੱਧ ਸਾਨੀ ਜੋ ਦੇ ਜਿੰਦ ਲਿਖੇ ਲਾਵਦੇ, ਕੇਵਲ ਕਰਮ ਤੋਹਫਾ ਪੰਛੀ ਦਸ ਗਾਵਦੇ, ਸਾਨੀ ਜੋ ਦੇ ਜਿੰਦ ਲਿਖੇ ਲਾਵਦੇ, ਕੇਵਲ ਕਰਮ ਤੋਹਫਾ ਪੰਛੀ ਜਸ ਗਾਵਦੇ, ਲਿਖ ਲਿਖ ਕੇ ਕਲਮ ਨਹੀਂ ਉਹ ਥੱਕਦੀ, ਲਿਖ ਕੇ ਕਲਮ ਨਹੀਂ ਉਹ ਥੱਕਦੀ, ਫਰਜ਼ ਆਪਣਾ ਨਿਭਾ ਗਈ। ਐਸੀ ਕੌਮ ਨੂੰ ਅਨੋਖੀ ਚਾਲੀ ਰੰਗਣਾ ਸ਼ਹੀਦੀਆਂ ਦੀ ਜਾਚ ਆ ਗਈ, ਸ਼ਹੀਦੀਆਂ ਦੀ ਜਾਚ ਆ ਗਈ, ਸ਼ਹੀਦੀਆਂ ਦੀ ਜਾਚ ਆ ਗਈ, ਸ਼ਹੀਦੀਆਂ ਦੀ ਜਾਚ ਆ ਗਈ। ਗਗਨ ਦਮਾਮਾ ਬਾਜਿਓ ਪਰਿਓ ਨੀ ਸਾਨਾ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਦੀਨ ਦੁਨੀਆਂ ਦੇ ਵਾਲੀ ਰਾਜਾਨ ਰਾਜਪਾਨ ਹਨ ਪਾਨ ਦੇਵਾਨ ਦੇਵ ਉਪਮਾ ਮਹਾਨ, ਐਸੀਆਂ ਮਹਾਨ ਬਖਸ਼ਿਸ਼ਾਂ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੀ ਮੁਕੱਦਸ
ਮਾਰਗਾ ਦੇ ਅੰਦਰ ਆਪ ਜੀ ਸਾਂਝ ਮਿਲ ਜੁੜ ਮਿਲ ਕਰ ਬੈਠੇ ਹੋ। ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਮਹਾਨ ਤਤ ਬੇਤੇ ਨਿਰਮਲ ਆਤਮਾ ਮਸਤ ਬਾਬਾ ਜੀ ਬਾਬਾ ਚਿੰਤਾ ਭਗਤ ਜੀ ਬਾਬਾ ਅਮੀ ਚੰਦ ਜੀ ਉਹਨਾਂ ਦਾ ਸਲਾਨਾ ਜੋੜ ਮੇਲਾ ਆਪ ਜੀ ਬੜੀ ਚੜ੍ਹਦੀ ਕਲਾ ਦੇ ਨਾਲ ਮਨਾ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਰਹਿਮਤਾਂ ਵਰਤੀਆਂ ਇਸ ਅਸਥਾਨ ਦੀ ਸਮੁੱਚੀ ਮੈਨੇਜਮੈਂਟ ਦਾ ਪ੍ਰਬੰਧਕ ਕਮੇਟੀ ਦਾ ਜੋ ਹੁਕਮ ਉਹ ਸਾਡੇ ਸਤਿਕਾਰਯੋਗ ਭਾਜੀ ਗੁਰਵਿੰਦਰ ਸਿੰਘ ਜੀ ਪਹਿਲਵਾਨ ਸਾਹਿਬ ਉਹਨਾਂ ਦੇ ਜ਼ਰੀਏ ਸਾਡੇ ਤੱਕ ਪਹੁੰਚਿਆ। ਸਮੁੱਚੀ ਟੀਮ ਵੱਲੋਂ ਇਹ ਵਿਸ਼ੇਸ਼ ਹੁਕਮ ਹੋਇਆ ਆਪ ਜੀ ਗੁਰੂ ਕੀ ਸੰਗਤ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਏ ਆ। ਅੰਮ੍ਰਿਤ ਵੇਲੇ ਤੋਂ ਹੀ ਸਜੇ ਹੋਏ ਦੀਵਾਨ ਦੇ ਵਿੱਚ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਨੂੰ ਆਪ ਜੀ ਨੇ ਸਰਵਣ ਕਰਿਆ ਉਪਰੰਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਪਾਤਰ ਸਾਡੇ ਅਤਿ ਸਤਿਕਾਰਯੋਗ ਇਸ ਅਸਥਾਨ ਦੇ ਗ੍ਰੰਥੀ ਸਿੰਘ ਸਾਹਿਬ ਜੀ ਉਹਨਾਂ ਨੇ ਬੜੇ ਆਨੰਦਾਂ ਦੇ ਸਾਹਿਬ ਆਪ ਜੀ ਗੁਰੂ ਕੀ ਸੰਗਤ ਨੂੰ ਮਨੋਹਰ ਕੀਰਤਨ ਦੇ ਦੁਆਰਾ ਨਿਹਾਲ ਕੀਤਾ। ਉਪਰੰਤ ਮੇਰੇ ਜਥੇ ਨੂੰ ਤਕਰੀਬਨ 12:30 ਤੱਕ ਦਾ ਹੁਕਮ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪ ਜੀ ਗੁਰੂ ਕੀ ਸੰਗਤ ਕਰੋ ਕਿਰਪਾ ਬੜੀ ਇਕਾਗਰਤਾ ਦੇ ਸਹਿਤ ਆਪਾਂ ਜਿੰਨਾ ਸਮਾਂ ਵੀ ਬੈਠੀਏ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰ ਘਰ ਦਾ ਸਿਧਾਂਤ ਇਹ ਕਹਿੰਦਾ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਮਹਾਰਾਜ ਸਾਹਿਬ ਜੀ ਕਹਿੰਦੇ ਸੁਰਤ ਦਾ ਟਿਕਾ ਬੜਾ ਜ਼ਰੂਰੀ ਇਸ ਵਾਸਤੇ ਆਪ ਜੀ ਕਰੋ ਕਿਰਪਾ ਜਿੰਨਾ ਸਮਾਂ ਪ੍ਰਬੰਧਕ ਜਣਾ ਵੱਲੋਂ ਹੁਕਮ ਹੋਇਆ ਮੇਰਾ ਯਤਨ ਹੋਵੇਗਾ ਕਿ ਮੈਂ ਸਮੇਂ ਦੇ ਦਾਇਰੇ ਚ ਰਹਿ ਕੇ ਫਤਿਹ ਬੁਲਾ ਦੇਵਾਂ। ਆਪ ਜੀ ਕਰੋ ਕਿਰਪਾ ਕੁਝ ਕਹਿਣ ਵਾਸਤੇ ਆਗਿਆ ਬਖਸ਼ੋ। ਬੜੇ ਅਦਬ ਦੇ ਸਾਹਿਤ ਦੋਵੇਂ ਹੱਥ ਜੋੜ ਕੇ ਸੀਸ ਨਿਵਾਓ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਫਤਿਹ ਦਾ ਜਵਾਬ ਫਤਿਹ ਵਿੱਚ ਦਿੰਦੇ ਹੋਏ ਆਖੋ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਇਹ ਜਿਹੜਾ ਮਹੀਨਾ ਇਹ ਮਹੀਨਾ ਜੀ ਜੂਨ ਮਹੀਨਾ ਇਹ ਜੇਠ ਮਹੀਨਾ ਆਪਾਂ ਸਾਰੇ ਜੇਠ ਮਹੀਨੇ ਨੂੰ ਬਤੀਤ ਕਰ ਰਹੇ ਹਾਂ ਤੇ ਮੈਂ ਚਾਹੁੰਦਾ ਆਪ ਜੀ ਨਾਲ ਉਹ ਪ੍ਰਸੰਗ ਸਾਂਝਾ ਕਰਾਂ ਜਿਸ ਪ੍ਰਸੰਗ ਦੀ ਖੇਡ ਵੀ ਜੇਠ ਮਹੀਨੇ ਤੋਂ ਸ਼ੁਰੂ ਹੁੰਦੀ ਹੈ। ਜੇਠ ਮਹੀਨਾ ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਦਸਵੇਂ ਮਹਾਰਾਜ ਗੁਰੂ ਕਲਗੀਧਰ ਸਤਿਗੁਰਾਂ ਦਾ ਸਮਾਂ ਸਪੈਂਡ ਹੋ ਚੁੱਕਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮਕਾਲੀ ਇਧਰੋਂ ਦੂਸਰੇ ਪਾਸੇ ਤੋਂ ਬਾਬਰ ਤੋਂ ਇਹ ਜਿਹੜਾ ਰਾਜ ਮੁਗਲ ਰਾਜ ਇਹ ਸ਼ੁਰੂ ਹੋਇਆ ਬਾਬਰ ਤੋਂ ਲੈ ਕੇ ਸਮਾਂ ਆ ਗਿਆ ਔਰੰਗਜ਼ੇਬ ਬਾਦਸ਼ਾਹ ਤੱਕ ਦਾ। ਦੋਨੇ ਪਾਸੇ ਦੇ ਇੱਕ ਪਾਸੇ ਬਾਦਸ਼ਾਹ ਇੱਕ ਪਾਸੇ ਸੱਚਾ ਪਾਤਸ਼ਾਹ ਇੱਧਰ ਔਰੰਗਜ਼ੇਬ ਇੱਧਰ ਦਸਵੇਂ ਮਹਾਰਾਜ ਧੰਨ ਗੁਰੂ ਕਲਗੀਧਰ ਸਤਿਗੁਰੂ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨੰਦੇੜ ਸਾਹਿਬ ਦੀ ਧਰਤ ਤੋਂ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਪੰਜਾਬ ਵੱਲੇ ਤੋਰਿਆ। ਮਹਾਰਾਜ ਸਾਹਿਬ ਜੀ 1708 ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੋਤੀ ਜੋਤ ਸਮਾ ਜਾਂਦੇ ਨੇ। ਹੁਣ ਇੱਧਰੋਂ ਔਰੰਗਜ਼ੇਬ ਵੀ ਚਾਲਾ ਮਾਰ ਚੁੱਕਾ ਇਹਦੇ ਦੋਵਾਂ ਪੁੱਤਾਂ ਦੇ ਵਿੱਚੋਂ ਤਾਰਾ ਆਜ਼ਮ ਤੇ ਬਹਾਦਰ ਸ਼ਾਹ ਦੇ ਵਿੱਚੋਂ ਮਹਾਰਾਜ ਜੀ ਨੇ ਬਹਾਦਰ ਸ਼ਾਹ ਨੂੰ ਦਿੱਲੀ ਦਾ ਤਖ਼ਤ ਦਵਾਇਆ। ਬਹਾਦਰ ਸ਼ਾਹ ਦਾ ਕਤਲ ਕਰਕੇ ਇਹਦੀ ਥਾਂ ਤੇ ਹੁਣ ਜਹਾਂਦਾਰ ਬਾਦਸ਼ਾਹ ਬਣ ਬੈਠਾ।
ਹੁਣ ਯਹਾਦਾਰ ਨੇ ਜਿਹੜਾ ਸੀ ਰਾਜ ਉਹ ਲਿਆ ਸੀ ਕਤਲ ਕਰਕੇ, ਤੇ ਜਿਵੇਂ ਕਿਸੇ ਹਿੰਦੀ ਦੇ ਬੋਲ ਆ ਨਾ, ਉਹ ਕਹਿੰਦਾ ਉਹ ਮਕਾਨ ਪਾਏਦਾਰ ਕੈਸੇ ਬਣੇਗਾ ਜਿਸ ਮਕਾਨ ਕੀ ਨੀਵ ਕੂੜ ਪੇ ਉਸਰੀ ਹੋਗੀ। ਉਹ ਮਕਾਨ ਉਸਾਰੂ ਕਿਵੇਂ ਹੋਵੇਗਾ ਜਿਹੜੇ ਮਕਾਨ ਦੀ ਨੀਂਹ ਝੂਠਦੇ ਹੋਵੇ। ਯਹਾਦਾਰ ਬਾਦਸ਼ਾਹ ਬਣਿਆ ਕਤਲ ਕਰਕੇ, ਤੇ ਇਹਨੇ ਜੋ ਕਰਿਆ ਸੀ ਇਹਨੂੰ ਇਹਦਾ ਹਰਜਾਨਾ ਮਿਲਣਾ ਸੀ। ਇਸ ਯਹਾਦਾਰ ਦਾ ਵੀ ਕਤਲ ਕਰਕੇ ਸੈਯਦ ਭਰਾਵਾਂ ਦੀ ਮਦਦ ਦੇ ਨਾਲ ਹੁਣ ਦਿੱਲੀ ਦਾ ਬਾਦਸ਼ਾਹ ਬਣ ਗਿਆ ਜੀ ਫਰਕਸ਼ੀਅਰ ਬਾਦਸ਼ਾਹ। ਫਰਕਸ਼ੀਅਰ ਬਾਦਸ਼ਾਹ ਦਿੱਲੀ ਦਾ ਬਾਦਸ਼ਾਹ ਆ, ਇਧਰੋਂ ਦੂਸਰੇ ਪਾਸਿਓਂ ਕੌਮ ਦਾ ਪਹਿਲਾ ਬਾਦਸ਼ਾਹ ਬੰਦਾ ਸਿੰਘ ਬਹਾਦਰ ਸਾਹਿਬ ਇਹ ਵੱਡੀਆਂ ਜਿੱਤਾਂ ਨੂੰ ਪ੍ਰਾਪਤ ਕਰ ਰਿਹਾ। ਬੰਦਾ ਸਿੰਘ ਬਹਾਦਰ ਨੇ ਵੱਡੀਆਂ ਵੱਡੀਆਂ ਜਿੱਤਾਂ ਪ੍ਰਾਪਤ ਕਰੀਆਂ, ਸਮਾਣਾ, ਸਢੌਰਾ, ਪਾਣੀਪਤ, ਚੱਪੜ ਚਿੜੀ, ਬਨੂੜ, ਸਰਹੰਦ, ਬੰਦਾ ਸਿੰਘ ਬਹਾਦਰ ਨੇ ਵੱਡੀਆਂ ਜਿੱਤਾਂ ਵੱਡੀਆਂ ਮੁਹਿੰਮਾਂ ਨੂੰ ਫਤਿਹ ਕੀਤਾ। ਹੁਣ ਵੱਡੀਆਂ ਮੁਹਿੰਮਾਂ ਨੂੰ ਫਤਿਹ ਕਰ ਰਿਹਾ, ਇਹਦੇ ਨਾਲ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਡੀ ਝੋਲੀ ਵਿੱਚ ਬੜਾ ਕੁਝ ਪਾਇਆ। ਉਹ ਕੀ? ਉਹ ਆਪ ਜੀ ਚੰਗੀ ਤਰ੍ਹਾਂ ਜਾਣਦੇ ਹੋ, ਫਸਲਾਂ ਦੀ ਪੈਦਾਵਾਰ ਅਸੀਂ ਕਰਦੇ ਸਾਂ, ਜਿਣਸਾਂ ਅਸੀਂ ਉਗਾਉਂਦੇ ਸਾਂ, ਪੈਦਾਵਾਰ ਅਸੀਂ ਕਰਦੇ ਸਾਂ, ਪਰ ਅਸੀਂ ਉਹਨਾਂ ਜ਼ਮੀਨਾਂ ਦੇ ਮਾਲਕ ਨਹੀਂ ਸਾਂ। ਸਾਨੂੰ ਸਾਡੀਆਂ ਜ਼ਮੀਨਾਂ ਦੇ ਮਾਲਕ ਬਣਾਇਆ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਨੇ। ਇਦੋਂ ਅਲਹਿਦਾ 52 ਕਿਲੇ ਤਿਆਰ ਕਰਵਾਏ, ਇਦੋਂ ਅਲਹਿਦਾ ਆਪ ਜੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਹਰੇਕ ਮੁਲਕ ਦੀ ਆਪੋ ਆਪਣੀ ਕਰੰਸੀ ਹੁੰਦੀ ਆ, ਜਿਵੇਂ ਕਿਤਿਓਂ ਦਾ ਪੌਂਡ, ਕਿਤਿਓਂ ਦਾ ਯੂਰੋ, ਕਿਤਿਓਂ ਦਾ ਡਾਲਰ, ਕਿਤਿਓਂ ਦਾ ਦਰਾਮ, ਕਿਤਿਓਂ ਦਾ ਰੁਪਈਆ। ਤੇ ਜਦੋਂ ਸਿੱਖ ਰਾਜ ਕਾਇਮ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਤੇ ਆਪਣੀ ਕਰੰਸੀ ਲਾਗੂ ਕਰੀ ਜਿਹਦਾ ਨਾਮ ਰੱਖਿਆ ਸਿੱਕਾ, ਮੋਹਰ ਗੁਰੂ ਨਾਨਕ ਸਾਹਿਬ ਦਾ ਸਿੱਕਾ। ਉਸ ਸਿੱਕੇ ਦੇ ਉੱਪਰ ਇਹ ਬਚਨ ਲਿਖ ਦਿੱਤੇ, ਸਿੱਕਾ ਜਦ ਬਰ ਹਰਦੋ ਆਲਮ ਫਜ਼ਲ ਸੱਚੇ ਸਾਹਿਬ ਵਸਤ, ਗੋਬਿੰਦ ਸਿੰਘ ਖੁਦ ਸ਼ਹਿਨ ਸ਼ਾਹ, ਤੇਗ ਨਾਨਕ ਵਾਹਿ ਬਸਤ, ਦੇਗ ਤੇਗ ਫਤਿਹ, ਨੁਸਰਤ ਬੇਦ ਰੰਗ ਜਾਪਤ, ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਹਾਏ। ਇਹ ਉਸ ਸਿੱਕੇ ਦੇ ਉੱਪਰ ਲਿਖ ਦਿੱਤਾ। ਹੁਣ ਬੰਦਾ ਸਿੰਘ ਬਹਾਦਰ ਕਾਰਜ ਬੜੇ ਚੜ੍ਹਦੀ ਕਲਾ ਦੇ ਕਰ ਰਿਹਾ, ਕੌਮ ਨੂੰ ਵਾਧੇ ਵਿੱਚ ਲਿਜਾ ਰਿਹਾ, ਕੌਮ ਦਾ ਨਾਮ ਨਾ ਉੱਚਾ ਹੋ ਰਿਹਾ। ਪਰ ਦੂਸਰੇ ਪਾਸੇ ਜਿਹੜੀ ਦਿੱਲੀ ਸਰਕਾਰ ਆ ਫਰਕਸ਼ੀਅਰ ਬਾਦਸ਼ਾਹ, ਇਹਦੀਆਂ ਅੱਖਾਂ ਦੇ ਵਿੱਚ ਬੰਦਾ ਸਿੰਘ ਰੜਕਣਾ ਸ਼ੁਰੂ ਹੋ ਗਿਆ। ਤੇ ਹੁਣ ਫਰਕਸ਼ੀਅਰ ਬਾਦਸ਼ਾਹ ਸੋਚਦਾ ਆ ਜਿਵੇਂ ਕਿਵੇਂ ਹੋਵੇ ਇਹ ਸਿੱਖਾਂ ਦੇ ਬਾਦਸ਼ਾਹ ਬੰਦਾ ਸਿੰਘ ਬਹਾਦਰ ਨੂੰ ਨੱਥ ਪਾਈ ਜਾਵੇ। ਹੁਣ ਨੱਥ ਪਾਉਣ ਵਾਸਤੇ ਫਰਕਸ਼ੀਅਰ ਬਾਦਸ਼ਾਹ ਨੇ ਦਿੱਲੀ ਦੇ ਤਖ਼ਤ ਵਿੱਚ ਆਪਣੇ ਸਾਰੇ ਸੂਬੇਦਾਰਾਂ ਨੂੰ ਇਕੱਤਰ ਕੀਤਾ, ਕੋਈ ਕਿਤਿਓਂ ਦਾ ਸੂਬੇਦਾਰ, ਕੋਈ ਕਿਤਿਓਂ ਦਾ ਸੂਬੇਦਾਰ, ਸਾਰੇ ਸੂਬੇਦਾਰਾਂ ਨੂੰ ਇਕੱਠਿਆਂ ਕਰਕੇ ਤੇ ਉਹਨਾਂ ਨੂੰ ਮੁਖਾਤਬ ਹੋ ਕੇ ਕਹਿਣ ਲੱਗਾ, ਸਿੱਖਾਂ ਦਾ ਇੱਕ ਬਾਦਸ਼ਾਹ ਬਣ ਬੈਠਾ ਜਿਹਦਾ ਨਾਮ ਆ ਬੰਦਾ ਸਿੰਘ ਬਹਾਦਰ। ਇਸ ਬੰਦਾ ਸਿੰਘ ਬਹਾਦਰ ਨੂੰ ਜੀਂਦਿਆਂ ਜਾਂ ਮੁਰਦਾ ਦਿੱਲੀ ਦੇ ਤਖ਼ਤ ਤੇ ਪੇਸ਼ ਕਰਨਾ ਆ, ਤੇ ਇਹ ਕਮਾਂਡ ਮੈਂ ਜੋਗ ਜਾਣ ਕੇ ਦੇ ਰਿਹਾ ਅਬਦੁੱਲ ਸਮੁੰਦ ਖਾਨ ਦਲੇਰੇ ਜੰਗ ਨੂੰ। ਉਹਨਾਂ ਸਭਨਾਂ ਦੇ ਵਿੱਚ ਬੈਠਾ ਅਬਦੁੱਲ ਸਮੁੰਦ ਖਾਨ ਦਲੇਰੇ ਜੰਗ, ਅਬਦੁੱਲ ਸਮੁੰਦ ਖਾਨ ਨੂੰ ਦੇ ਕੇ ਕਮਾਂਡ ਤੇ ਜ਼ਿਕਰ ਕਰਦਾ, ਤੈਨੂੰ ਜਿੰਨੇ ਸੂਬੇਦਾਰ ਚਾਹੀਦੇ ਆ ਸੂਬੇਦਾਰ ਲੈ ਜਾ, ਤੈਨੂੰ ਜਿੰਨਾ ਅਸਲਾ ਚਾਹੀਦਾ, ਜਿੰਨੇ ਰਹਿਗਲੇ, ਜਿੰਨੇ ਜੰਬੂਰੇ, ਜਿੰਨੀਆਂ ਤੋਪਾਂ ਚਾਹੀਦੀਆਂ ਉਹ ਸਾਰੀਆਂ ਤੈਨੂੰ ਮੁਹੱਈਆ ਹੋਣਗੀਆਂ, ਪਰ ਜਿਵੇਂ ਵੀ ਹੋਵੇ ਕੌਮ ਦੇ ਪਹਿਲੇ ਬਾਦਸ਼ਾਹ ਬੰਦਾ ਸਿੰਘ ਨੂੰ ਅਰੈਸਟ ਕਰਨਾ। ਉਹ ਚਾਹੇ ਜੀਦਾ ਹੋਵੇ, ਉਹ ਚਾਹੇ ਮੁਰਦਾ ਹੋਵੇ,
ਕੌਮ ਦੇ ਬਾਦਸ਼ਾਹ ਬੰਦਾ ਸਿੰਘ ਬਹਾਦਰ ਦਾ ਸਿਰ ਦਿੱਲੀ ਦੇ ਤਖ਼ਤ ਤੇ ਆਉਣਾ ਚਾਹੀਦਾ। ਹੁਣ ਇਸ ਅਬਦੁੱਲ ਸਮੁੰਦ ਖਾਨ ਦਲੇਰੇ ਜੰਗ ਨੇ ਆਪਣੇ ਨਾਲ ਦੇ ਸੂਬੇਦਾਰਾਂ ਨੂੰ ਕਰਕੇ ਤਿਆਰ, ਲੱਖਾਂ ਦੀ ਲੈ ਕੇ ਫੌਜ ਅਬਦੁੱਲ ਸਮੁੰਦ ਖਾਨ ਦਲੇਰੇ ਜੰਗ, ਜਿਵੇਂ ਕੌਮ ਦੇ ਪਹਿਲੇ ਬਾਦਸ਼ਾਹ ਨੂੰ ਅਰੈਸਟ ਕਰਨ ਵਾਸਤੇ, ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜਨ ਵਾਸਤੇ ਡੰਕੇ ਮਾਰਦਾ ਹੋਇਆ ਤੁਰਿਆ ਆ ਰਿਹਾ ਉਹ ਸਮੇਂ ਦਾ ਸੀਨ ਗਿਆਨੀ ਗੁਰ ਕੀਰਤ ਸਿੰਘ ਐਮਏ ਦੇ ਸਾਥੀ ਇਉਂ ਬਿਆਨ ਕਰਦੇ। ਬਾਦਸ਼ਾਹ ਦਾ ਹੁਕਮ ਜਾ ਹੋਇਆ ਮੁਗਲ ਲਾਉਣ ਨਾ ਦੇਰੀ, ਜੇਠ ਮਹੀਨੇ ਲੈਂਦੇ ਤਰਫੋਂ ਚੜੇ ਜੋ ਲਾਲ ਹਨੇਰੀ, ਪੱਕੀ ਹੋਈ ਖੇਤੀ ਉੱਤੇ ਲੱਗੇ ਪੈਣ ਗੜੇ, ਬੰਦਾ ਸਿੰਘ ਨੂੰ ਫੜਨ ਵਾਸਤੇ ਲੱਖਾਂ ਮੁਗਲ ਚੜੇ, ਲੈ ਫੌਜ ਲਾਹੌਰੋਂ ਸੂਬਾ ਚੜਿਆ ਜੰਗ ਦਲੇਰੇ, ਅਣਖ ਆਉਣ ਲਈ ਮੌਤ ਵਰਨਗੇ ਬੰਨ ਅਜਲ ਦੇ ਸੇਰੇ, ਭਾਈ ਤਾਰ ਤੇ ਰਾਜੇ ਉੱਤਰ ਸਭੇ ਉੱਠ ਖੜੇ, ਬੰਦਾ ਸਿੰਘ ਨੂੰ ਫੜਨ ਵਾਸਤੇ ਲੱਖਾਂ ਮੁਗਲ ਚੜੇ, ਔਰੰਗਾਬਾਦ ਅਤੇ ਪਸਰੂਰੋਂ ਹੈਬਤਪੁਰ ਤੇ ਪੱਟੀ ਗੱਲੀ ਬਾਤੀ ਪੁੱਜਣ ਤੁਰ ਪਏ ਸਿੱਖ ਕੌਮ ਦੀ ਫੱਟੀ, ਚੜਦਾ ਲੈਂਦਾ ਉੱਤਰ ਦੱਖਣ ਚੜਦਾ ਲੈਂਦਾ ਉੱਤਰ ਦੱਖਣ ਵੱਖੋ ਵੱਖ ਧੜੇ, ਬੰਦਾ ਸਿੰਘ ਨੂੰ ਫੜਨ ਵਾਸਤੇ ਲੱਖਾਂ ਮੁਗਲ ਚੜੇ, ਬੰਦਾ ਸਿੰਘ ਨੂੰ ਫੜਨ ਵਾਸਤੇ ਲੱਖਾਂ ਮੁਗਲ ਚੜੇ, ਉੱਠੀ ਭਰ ਸਿੰਘਾਂ ਦਾ ਟੋਲਾ ਕਰਦਾ ਹੈ ਮਨਿਆਈਆਂ ਸ਼ਹਿਰ ਸਮਾਣਾ ਤੇ ਸਰਹੰਦ ਦੀਆਂ, ਜਿਸਨੇ ਗਲੀਆਂ ਢਾਈਆਂ ਉਸੇ ਵਿੱਚ ਦਿੱਲੀ ਪੱਤ ਰਾਜਾ ਵਾਂਗਰ ਦੁੱਧ ਕੜੇ, ਬੰਦਾ ਸਿੰਘ ਨੂੰ ਫੜਨ ਵਾਸਤੇ ਲੱਖਾਂ ਮੁਗਲ ਚੜੇ, ਉੱਧਰ ਬੰਦਾ ਵਿੱਚ ਰਿਆੜ ਕੀ ਬੇਖਬਰ ਹੈ ਫਿਰਦਾ, ਪਤਾ ਲਗਾ ਜਾ ਆਣ ਅਚਾਨਕ ਚਾਰੇ ਤਰਫੋਂ ਘਿਰਦਾ, ਮੁੱਠੀ ਭਰ ਸਿੰਘਾਂ ਨੂੰ ਲੈ ਕੇ ਮੁੱਠੀ ਭਰ ਸਿੰਘਾਂ ਨੂੰ ਲੈ ਕੇ ਮਰਦਾ ਬੰਦਾ ਸਿੰਘ ਨੂੰ ਫੜਨ ਵਾਸਤੇ ਲੱਖਾਂ ਮੁਗਲ ਚੜੇ। ਲੱਖਾਂ ਦੀ ਗਿਣਤੀ ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਫੜਨ ਵਾਸਤੇ ਇਹ ਫੌਜਾਂ ਮਾਰੋ ਮਾਰ ਕਰਦੀਆਂ ਹੋਈਆਂ ਚੜੀਆਂ ਆ ਰਹੀਆਂ ਨੇ। ਉਧਰ ਦੂਸਰੇ ਪਾਸਿਓ ਕੌਮ ਦਾ ਪਹਿਲਾ ਬਾਦਸ਼ਾਹ
ਬੰਦਾ ਸਿੰਘ ਬਹਾਦਰ ਜੀ ਦੀਆਂ ਜਿੱਤਾਂ, ਜਿਹਦੇ ਨਿਸ਼ਾਨ, ਜਿਹਦੇ ਸਿੱਕੇ, ਜਿਹਦੇ ਡੰਕੇ, ਜਿਹਦੀਆਂ ਫੌਜਾਂ ਦੀਆਂ ਜੈਕਾਰੇ ਸਾਰੀ ਦੁਨੀਆਂ ਦੇ ਵਿੱਚ ਗੂੰਜ ਰਹੇ ਸਨ। ਇਸ ਬੰਦਾ ਸਿੰਘ ਬਹਾਦਰ ਨੂੰ ਇਸ ਖੇਡ ਦਾ ਪਤਾ ਕੋਈ ਨਹੀਂ ਵੀ ਫੌਜਾਂ ਚੜੀਆਂ ਆ ਰਹੀਆਂ, ਕਿਉਂਕਿ ਮੈਂ ਬੇਨਤੀ ਕਰਾਂ ਜਿਹੜਾ ਸਮਾਂ ਨਾ ਜੀ ਸਮਾਂ ਇਹ ਕਦੇ ਇੱਕ ਸਾਰ ਨਹੀਂ ਚੱਲਦਾ। ਉਹ ਇੱਕ ਵਾਰੀ ਅਕਬਰ ਦੇ ਦਰਬਾਰ ਵਿੱਚ ਬੀਰਬਲ ਆਇਆ ਤੇ ਅਕਬਰ ਬੀਰਬਲ ਨੂੰ ਕਹਿਣ ਲੱਗਾ, ਬੀਰਬਲ ਪਲੀਜ਼ ਗਿਵ ਮੀ ਵਨ ਸੈਂਟੈਂਸ, ਕਿਰਪਾ ਕਰਕੇ ਮੈਨੂੰ ਕੋਈ ਇੱਕ ਸੈਂਟੈਂਸ ਇੱਕ ਲਫ਼ਜ਼ ਦਵੋ ਤੇ ਦਵੋ ਏਦਾਂ ਦਾ ਜਿਹਦੇ ਦੋ ਅਰਥ ਨਿਕਲਦੇ ਹੋਣ। ਲਫ਼ਜ਼ ਇੱਕ ਹੋਵੇ, ਜੇ ਮੈਂ ਬੜਾ ਖੁਸ਼ ਹੋਵਾਂ, ਮੇਰੇ ਕੋਲ ਪੈਸਾ ਬੜਾ ਹੋਵੇ, ਜ਼ਮੀਨ ਬੜੀ ਹੋਵੇ, ਮੇਰੇ ਧੀਆਂ ਪੁੱਤ ਬੜੇ ਸਲੱਗ ਹੋਣ, ਮੈਂ ਆਨੰਦਾਂ ਦੇ ਵਿੱਚ ਹੋਵਾਂ ਤੇ ਤੇਰੇ ਸੈਂਟੈਂਸ ਨੂੰ ਪੜ੍ਹਾਂ ਤੇ ਮੇਰਾ ਰੋਣ ਨਿਕਲ ਜਾਵੇ, ਮੈਂ ਉਦਾਸ ਹੋ ਜਾਵਾਂ। ਪਰ ਸੈਂਟੈਂਸ ਉਹ ਹੀ ਹੋਵੇ ਜੇ ਕਿਤੇ ਮੈਂ ਬੜਾ ਉਦਾਸ ਹੋਵਾਂ, ਕਿਸੇ ਮੁਸੀਬਤ ਵਿੱਚ ਫਸਿਆ ਹੋਵਾਂ, ਮੇਰੀਆਂ ਮੁਸ਼ਕਾਂ ਵੱਜੀਆਂ ਹੋਣ, ਮੈਨੂੰ ਅੱਗੇ ਪਿੱਛੇ ਦਿਸਦਾ ਕੁਝ ਨਾ ਹੋਵੇ, ਮੈਂ ਤੇਰਾ ਉਹ ਹੀ ਸੈਂਟੈਂਸ ਪੜ੍ਹਾਂ ਤੇ ਮੈਂ ਖੇਡ ਖੜਾ ਕੇ ਹੱਸ ਪਵਾਂ। ਕੋਈ ਏਦਾਂ ਦਾ ਸੈਂਟੈਂਸ ਦਵੋ। ਤੇ ਬੀਰਬਲ ਕਹਿਣ ਲੱਗਾ, ਜਹਾਪਨਾ ਬਾਦਸ਼ਾਹ ਸਲਾਮਤ, ਸੈਂਟੈਂਸ ਤੇ ਮੈਂ ਤੁਹਾਨੂੰ ਦੇ ਦੇਵਾਂਗਾ, ਪਰ ਉਹਦੇ ਵਾਸਤੇ ਮੈਨੂੰ ਸਮਾਂ ਚਾਹੀਦਾ, ਕਿਉਂਕਿ ਜਿਹੜੀ ਚੰਗੀ ਵਸਤੂ ਆ ਨਾ ਜੀ, ਉਹਨੂੰ ਗ੍ਰਹਿਣ ਕਰਨ ਵਾਸਤੇ, ਉਹਨੂੰ ਆਪਣੇ ਕੋਲ ਲਿਆਉਣ ਵਾਸਤੇ ਸਮਾਂ ਚਾਹੀਦਾ। ਆਪ ਜੀ ਵੀਰ ਬੈਠੇ ਹੋ, ਚੰਗਾ ਕੁੜਤਾ ਪਜਾਮਾ ਸਵਾਉਣਾ ਹੋਵੇ, ਚੰਗੀ ਪੈਂਟ ਸਵਾਉਣੀ ਹੋਵੇ ਤੇ ਟੇਲਰ ਮਹੀਨਾ ਕੁ ਲੈ ਜਾਂਦਾ। ਸਾਡੀਆਂ ਭੈਣਾਂ ਬੈਠੀਆਂ, ਭੈਣਾਂ ਨੇ ਕੋਈ ਝੁਮਕਾ, ਕੋਈ ਨੱਕ ਦਾ ਕੋਕਾ ਇਹੋ ਜਿਹਾ ਕਾਰਜ ਕਰਨਾ ਹੋਵੇ ਤੇ ਸੁਨਿਆਰਾ ਕਹਿੰਦਾ, ਭੈਣ ਕੋਕਾ ਦੇ ਤੇਰਾ 150 ਬੀਬੀ ਤੇ ਚਮਕ ਮਾਰੇਗਾ, ਪਰ ਮੈਨੂੰ ਮਹੀਨਾ ਕੁ ਸਮਾਂ ਦੇ ਦੇ। ਤੇ ਭੈਣਾਂ ਕਹਿੰਦੀਆਂ, ਮਹੀਨਾ ਛੱਡ ਡੂਢ ਲੈ, ਅਰੇ ਕਰੀ ਕੋਕਾ ਬੋਲੇ, ਜਿੱਧਰ ਜੀ ਜਾਵਾਂ ਵੀ ਖੇਡ ਬਣੀ ਆ, ਕਿਸੇ ਸੁਨਿਆਰੇ ਦੇ ਹੱਥ ਲੱਗੇ ਨੇ। ਇਧਰੋਂ ਬੀਰਬਲ ਕਹਿੰਦਾ, ਜਨਾਬ ਸੈਂਟੈਂਸ ਦੇ ਦੇਵਾਂਗਾ, ਸਮਾਂ ਚਾਹੀਦਾ। ਅਕਬਰ ਨੇ ਸਮਾਂ ਦਿੱਤਾ, ਜਿੰਨਾ ਸਮਾਂ ਦਿੱਤਾ ਸੀ ਦਿਨ ਬਤੀਤ ਹੋਏ, ਵਾਪਸ ਬੀਰਬਲ ਅਕਬਰ ਦੇ ਦਰਬਾਰ ਵਿੱਚ ਆਇਆ ਤੇ ਅਕਬਰ ਕਹਿੰਦਾ, ਵੀ ਕਿੱਦਾਂ ਤੈਨੂੰ ਕਿਹਾ ਸੀ, ਮੈਨੂੰ ਕੋਈ ਸੈਂਟੈਂਸ ਦਵੋ, ਤੇ ਕੀ ਤੇਰਾ ਉਹ ਲਫ਼ਜ਼, ਤੇਰਾ ਉਹ ਸ਼ਬਦ ਤਿਆਰ ਆ, ਹੱਥ ਜੋੜੇ ਮਹਾਰਾਜ ਤਿਆਰ ਆ। ਅਕਬਰ ਕਹਿੰਦਾ, ਉਹ ਕੀ ਸਮਾਂ, ਉਹ ਕੀ ਸ਼ਬਦ ਆ, ਉਹ ਕੀ ਸੈਂਟੈਂਸ ਆ? ਤੇ ਹੱਥ ਜੋੜ ਕੇ ਕਹਿੰਦਾ, ਜਨਾਬ ਉਹ ਸੈਂਟੈਂਸ ਇਹ ਆ ਕਿ ਇਹ ਸਮਾਂ ਸਦਾ ਨਹੀਂ ਰਹਿਣਾ। ਬੜੇ ਖੁਸ਼ ਹੋਵੋਗੇ, ਨੋਟਾਂ ਦੇ ਨਾਲ ਜੇਬਾਂ ਭਰੀਆਂ ਹੋਣ, ਮੁੱਛਾਂ ਦਾ ਤਾ, ਵਿਦੇਸ਼ਾਂ ਦੇ ਵੀਜ਼ੇ ਦੇ ਸਿਟੀਜ਼ਨ, ਧੀਆਂ ਪੁੱਤ ਸਲੱਗ, ਖੁੱਲੀ ਜ਼ਮੀਨ, ਚੰਗਾ ਵਹੀਕਲ, ਸੋਹਣਾ ਖਾਣ ਪੀਣ, ਤੇ ਪਾਸੇ ਬਹਿ ਕੇ ਸੋਚੀ ਵੀ ਇਹ ਸਮਾਂ ਸਦਾ ਨਹੀਂ ਰਹਿਣਾ, ਉਦਾਸ ਹੋ ਜਾਵੇਗਾ। ਤੇ ਜੇ ਕਿਤੇ ਕਿਤੇ ਬਿਪਤਾ ਚ ਫਸ ਜਾਵੇ, ਉਹ ਸਵੇਰ ਦੀ ਰੋਟੀ ਖਾਧੀ ਤੇ ਸ਼ਾਮਾਂ ਦੀ ਨਸੀਬ ਹੀ ਨਾ ਹੋਵੇ, ਗਲ ਪਿਆ ਝੱਗਾ ਆਟਾ ਹੋਵੇ, ਸਿਰ ਤੇ ਬੱਧੀ ਪੱਗ ਹੋਵੇ ਪਾਟੀ, ਚਿਹਰੇ ਤੇ ਪਲੱਤਨ ਛਾਈ ਹੋਵੇ, ਬੁੱਲਾਂ ਤੇ ਜੰਮੀ ਹੋਵੇ ਛਿੱਡੀ, ਤੇ ਕਿਤੇ ਪਾਸੇ ਬਹਿ ਕੇ ਸੋਚੀ ਇਹ ਸਮਾਂ ਸਦਾ ਨਹੀਂ ਰਹਿਣਾ, ਤੇ ਖੁਸ਼ ਹੋ ਜਾਵੇਗਾ ਕਿਤੇ ਬੰਦ ਖਲਾਸੀ ਹੋਵੇਗੀ। ਇਧਰੋਂ ਬੰਦਾ ਸਿੰਘ ਬਹਾਦਰ ਨੇ ਕਦੇ ਸੋਚਿਆ ਹੀ ਨਹੀਂ ਸੀ ਵੀ ਕਦੇ ਮੇਰੇ ਤੇ ਵੀ ਏਦਾਂ ਦਾ ਸਮਾਂ ਆ ਸਕਦਾ। ਬੜੀਆਂ ਜਿੱਤਾਂ, ਬੜੀਆਂ ਫੌਜਾਂ ਨੇ, ਪਰ ਹੁਣ ਅਣਜਾਣ ਆ ਅਬਦੁੱਲ ਸਮੁੰਦ ਖਾਨ ਦੀਆਂ ਲੱਖਾਂ ਫੌਜਾਂ ਆਣ ਚੜੀਆਂ।
ਹੱਲਾ ਬੋਲਿਆ ਪਰ ਬੰਦਾ ਸਿੰਘ ਬਹਾਦਰ ਨੇ ਅੱਗੋਂ ਜਵਾਬ ਦਿੱਤਾ। ਹੱਲਾ ਬੋਲਿਆ ਅੱਗੋਂ ਅਗਾਂਹ ਨੂੰ ਵਧਿਆ ਹੌਸਲੇ ਦੇ ਨਾਲ, ਦਲੇਰੀ ਦੇ ਨਾਲ, ਨਿਡਰਤਾ ਦੇ ਨਾਲ। ਤੇ ਬੰਦਾ ਸਿੰਘ ਬਹਾਦਰ ਨੇ ਫੌਜਾਂ ਦੇ ਪੈਰ ਉਖੇੜ ਕੇ ਰੱਖ ਦਿੱਤੇ। ਪਰ ਹੋਇਆ ਕੀ, ਕਿਉਂਕਿ ਫੌਜ ਮੁੱਠੀ ਭਾਰਿਆ ਕੋਲ ਕੋਈ ਜ਼ਿਆਦੀ ਨਹੀਂ, ਤੇ ਜਦੋਂ ਦਲੇਰੇ ਜੰਗ ਦੀਆਂ ਫੌਜਾਂ ਪਛਾਹ ਨੂੰ ਮੋੜ ਰਹੀਆਂ, ਦਲੇਰੇ ਜੰਗ ਨੇ ਇਹਨਾਂ ਨੂੰ ਵਗਾਰਿਆ। ਕਹਿੰਦਾ ਕਾਹਦੇ ਗਾਜ਼ੀ ਹੋ? ਉਹ ਜਦੋਂ ਤੁਰੇ ਸੋ ਪਾਨਾਂ ਦਾ ਬੀੜਾ ਚੱਬ ਚੱਬ ਕੇ ਤੁਰੇ ਸੋ, ਜਦੋਂ ਤੁਰੇ ਸੋ ਕਹਿੰਦੇ ਸੀ ਤਲਵਾਰਾਂ ਆਪਣੀਆਂ ਹਵਾ 'ਚ ਲਹਿਰਾਉਂਦੇ ਸੋ, ਅਸੀਂ ਜਾਂਦਿਆਂ ਹੀ ਫੜ ਲੈਣਾ। ਤੇ ਹੁਣ ਪਛਾਹ ਨੂੰ ਕਿੱਧਰ ਜਾਂਦੇ ਹੋ? ਅਗਾਂਹ ਨੂੰ ਵਧੋ। ਜਿਹੜੀਆਂ ਫੌਜਾਂ ਮੋੜ ਰਹੀਆਂ ਸਨ ਉਹਨਾਂ ਨੂੰ ਅਗਾਂਹ ਨੂੰ ਮੋੜਿਆ। ਕੌਮ ਦੇ ਬਾਦਸ਼ਾਹ ਦੇ ਦੁਬਾਰਾ ਹੱਲਾ ਬੋਲਿਆ, ਐਤਕੀ ਬੰਦਾ ਸਿੰਘ ਬਹਾਦਰ ਦੇ ਪੈਰ ਉਖੜ ਗਏ। ਕਿਉਂਕਿ ਸਮਾਂ ਸਦਾ ਨਹੀਂ ਰਹਿੰਦਾ, ਬਦਲਦਾ। ਹੁਣ ਕੌਮ ਦਾ ਪਹਿਲਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਸੋਚ ਰਿਹਾ ਆ ਕਿ ਇਹ ਸਮੁੱਚੇ ਵੇਰਵੇ ਦਾ ਕੀਤਾ ਕੀ ਜਾਵੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਚਨ, ਵਖਤ ਵਿਚਾਰੇ ਸੋ ਬੰਦਾ ਹੋਏ। ਨਿਹੱਥੀ ਹੋ ਕੇ ਹੱਥ ਵਿੱਚ ਹਥਿਆਰ ਕੋਈ ਨਾ ਹੋ ਕੇ ਅਗਲੇ ਕਿਸੇ ਦੁਸ਼ਮਣ ਦੇ ਗਲ ਪੈ ਕੇ ਬਾਚੀਆਂ 'ਚ ਖਾਣ ਨੂੰ ਚੰਗਾ ਵੀ 2 ਮਿੰਟ ਪਾਸੇ ਹੋ ਜਾਓ, ਕੋਈ ਸੰਤ ਸੰਧੇੜਾ ਹੱਥਾਂ 'ਚ ਕਰਕੇ ਫੇਰ ਚੜ ਕੇ ਆਓ। ਤੇ ਕੌਮ ਦਾ ਬਾਦਸ਼ਾਹ ਹੁਣ ਸੋਚਦਾ ਆ ਵੀ ਕਿਸੇ ਪਾਸੇ ਠਾਰ ਕੱਟੀ ਜਾਵੇ। ਗੁਰਦਾਸਪੁਰ ਦੇ ਇਲਾਕੇ ਦੇ ਵਿੱਚ, ਰਿਆੜਕੀ ਦੇ ਇਲਾਕੇ ਦੇ ਵਿੱਚ ਇੱਕ ਸਿੱਖ ਆ ਜਿਹਦਾ ਨਾਮ ਆ ਦੁਨੀ ਚੰਦ। ਬੇਨਤੀ ਕਰਾਂ, 2 ਦੁਨੀ ਚੰਦ ਨੇ, ਇੱਕ ਮਜੀਠੇ ਵਾਲਾ ਜਿਹੜਾ ਲੱਤ ਤੁੜਵਾ ਕੇ ਭੱਜ ਗਿਆ ਸੀ, ਉਹ ਨਹੀਂ, ਇਹ ਦੁਨੀ ਚੰਦ ਹੋ ਰਿਹਾ। ਦੁਨੀ ਚੰਦ ਨਾਮ ਦੇ ਸਿੱਖ ਦੀ ਹਵੇਲੀ ਆ। ਬੰਦਾ ਸਿੰਘ ਬਹਾਦਰ ਸੋਚਦਾ ਕੁਝ ਸਮਾਂ ਇਸ ਹਵੇਲੀ ਦੇ ਵਿੱਚ ਆਕੀ ਹੋ ਕੇ ਬਹਿੰਦੇ ਆ, ਕੁਝ ਸਮਾਂ ਸਪੈਂਡ ਕਰਦੇ ਆ, ਜਦੋਂ ਮਾਹੌਲ ਕਿਤੇ ਹਾਲਾਤ ਚੰਗੇ ਹੋ ਜਾਣਗੇ ਫਿਰ ਚੜ੍ਹਾਈ ਕਰਕੇ ਪਵਾਂਗੇ। ਹੁਣ ਕੌਮ ਦਾ ਪਹਿਲਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਨਾਲ ਦੇ ਮੁੱਠੀ ਕ ਸਿੰਘਾਂ ਨੂੰ ਲੈ ਕੇ ਜਿਵੇਂ ਆਕੀ ਹੋ ਕੇ ਉਸ ਹਵੇਲੀ ਦੇ ਵਿੱਚ, ਉਸ ਗੜੀ ਦੇ ਵਿੱਚ ਡਟਿਆ। ਉਸ ਸਮੇਂ ਦੇ ਸੀਨ ਨੂੰ ਪੰਜਾਬ ਦੀਆਂ ਬੁਲੰਦ ਆਵਾਜ਼ਾਂ, ਹੀਰਾ ਸਿੰਘ ਪੰਨੂ, ਮੁਗਲ ਚੱਕ ਪੰਨੂਆ, ਆਵਾਜ਼ੇ ਪੰਜਾਬ, ਜਤਿੰਦਰਜੀਤ ਸਿੰਘ ਪੰਛੀ, ਇਉਂ ਬਿਆਨ। ਬੰਦੇ ਨੂੰ ਮਿਲੀ ਡਡੈਰੀ, ਲੱਖਾਂ ਚੜੇ ਆਇਆ ਵੈਰੀ, ਪਾਸਾ ਕੋਈ ਰਿਹਾ ਨਾ ਵੇਲਾ, ਕਰ ਲੇ ਹੁਣ ਜਨਮ ਸਹੇਲਾ, ਇੱਕ ਓਟ ਬਾਜਾ ਵਾਲੇ ਦੀ ਟਿਕਾ ਕੇ ਭਈਆ ਕੀ ਹੋ ਗਏ, ਬਹਿ ਗਏ ਖਾਲਸੇ ਦੁਨੀ ਚੰਦ ਦੀ ਹਵੇਲੀ ਵਿੱਚ ਆ ਕੇ, ਹੋਇਆ ਕੀ ਹੋ ਗਏ, ਲੰਮੇ ਪਾ ਬਹਿ ਗਿਆ ਘੇਰੇ, ਰੋਜ ਤਲਵਾਰ ਵੀ ਖੜਕੇ, ਬਿਜਲੀ ਜਿਉਂ ਅੰਬਰੋਂ ਕੜਕੇ, ਤਾ ਸੁੱਟਦੀ ਜਿਉਂ ਪੂਰਾ ਜੱਬ ਲੇਰੇ, ਬਈ ਲੱਖਾਂ ਫੌਜ ਵੈਰੀਆਂ ਦੀ ਪਾ ਕੇ, ਬੈਠ ਗਈ ਸਿੰਘਾਂ ਨੂੰ ਲੰਮੇ ਘੇਰੇ, ਬਈ ਲੱਖਾਂ ਫੌਜ ਭਰੀਆਂ, ਵੈਰੀ ਰੱਖਣੇ ਪਿੱਛੇ ਅਟਕਾ ਕੇ, ਹੋਇਆ ਕੀ ਹੋ ਗਏ, ਬਹਿ ਗਏ ਖਾਲਸੇ ਦੁਨੀ ਚੰਦ ਦੀ ਹਵੇਲੀ ਵਿੱਚ ਆ ਕੇ, ਭਈਆ ਕੀ ਹੋ ਗਏ, ਅੰਦਰੋਂ ਸਿੰਘ ਬਾਹਰੋਂ ਵੈਰੀ,
ਦੇ ਸਨੇਹ ਕੱਲ ਤੇ ਉੱਥੇ ਮਰੇ ਪੁੱਤ ਮਾਵਾਂ ਦੇ ਬਥੇਰੇ ਬਈ ਲੱਖਾਂ ਫੌਜ ਵੈਰੀਆਂ ਦੀ ਪਾ ਕੇ ਬੈਠ ਗਈ ਸਿੰਘਾਂ ਨੂੰ ਲੰਮੇ ਘੇਰੇ ਬਈ ਲੱਖਾਂ ਫੌਜ ਜ਼ਿੰਦਗੀ ਧਰਮ ਲੇਖੇ ਲਾ ਕੇ ਉਹ ਆਕੀ ਹੋ ਕੇ ਬਹਿ ਗਏ ਖਾਲਸੇ ਦੁਨੀ ਚੰਦ ਦੀ ਹਵੇਲੀ ਵਿੱਚ ਆ ਕੇ ਉਹ ਆਕੀ ਹੋ ਕੇ ਸੋਚਾਂ ਨੂੰ ਤੁਰਕਣ ਦਾਰੇ ਅੱਗੇ ਵਧੇ ਲਾ ਕੇ ਨਾਰੇ ਤੜਕੇ ਤੇ ਜਾਨ ਹਥੇਲੀ ਤਾਂ ਦਿਓ ਪਲ ਵਿੱਚ ਹਵੇਲੀ ਸਾਡੀ ਫੌਜ ਬਹੁਤ ਸਿੰਘਾਂ ਤੋਂ ਵਧੇਰੇ ਬਈ ਲੱਖਾਂ ਫੌਜ ਗੜੀ ਵਿੱਚ ਤੇ ਜਦੋਂ ਵਾਕੀ ਹੋ ਕੇ ਬੈਠੇ ਮਹੀਨਾ ਜੀ ਅਪ੍ਰੈਲ ਦਾ ਤੇ ਸੰਨ 1715 ਹੁਣ ਜਿਹੜੇ ਦਲੇਰੇ ਜੰਗ ਦੀਆਂ ਫੌਜਾਂ ਇਹਨਾਂ ਨੇ ਸੋਚਿਆ ਵੀ ਸਿੱਖਾਂ ਨੂੰ ਇਹਨਾਂ ਦੇ ਗਲ ਪੈ ਕੇ ਜਿੱਤਿਆ ਨਹੀਂ ਜਾਣਾ ਤੇ ਜਿਵੇਂ ਆਨੰਦਪੁਰ ਸਾਹਿਬ ਘੇਰਾ ਪਾਇਆ ਸੀ ਇਹਨਾਂ ਨੂੰ ਘੇਰਾ ਪਾਓ ਇਹਨਾਂ ਦਾ ਦਾਣਾ ਪਾਣੀ ਬੰਦ ਇਹਨਾਂ ਦਾ ਜਾਣ ਆਉਣ ਬੰਦ ਤੇ ਜਦੋਂ ਮਰਨਗੇ ਭੁੱਖੇ ਇਹ ਆਪ ਆ ਕੇ ਨੱਕ ਨਾਲ ਲੀਕਾਂ ਕੱਢਣਗੇ ਸਿੱਖਾਂ ਨੂੰ ਪਾਇਆ ਘੇਰਾ ਫੌਜਾਂ ਬਾਹਰ ਬੈਠੀਆਂ ਸਿੰਘ ਅੰਦਰ ਨੇ ਪਰ ਸਿੰਘ ਉਸੇ ਆਨੰਦ ਵਿੱਚ ਨੇ ਜਿਹੜੇ ਆਨੰਦ ਵਿੱਚ ਪਹਿਲਾਂ ਸਨ ਕਿਉਂਕਿ ਗੁਰੂ ਨਾਨਕ ਮਹਾਰਾਜ ਜੀ ਦਾ ਸਿਧਾਂਤ ਏਦਾਂ ਦਾ ਜਿਹੜਾ ਗੁਰੂ ਨਾਨਕ ਮਹਾਰਾਜ ਜੀ ਦਾ ਸਿੱਖ ਆ ਉਹ ਸਦੈਵ ਕਾਲ ਸਮ ਬਿਰਤੀ ਚੱਲਦਾ ਸਮ ਬਿਰਤੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹੋ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਨਾ ਨਿੰਦਿਆ ਨਾ ਉਸਤਤ ਜਾਕੈ ਲੋਭ ਮੋਹ ਅਭਿਮਾਨਾ ਹਰ ਕ ਸੋਗ ਤੇ ਰਹਿ ਨਿਆਰਾ ਨਾ ਮਾਨ ਅਪਮਾਨਾ ਗੁਰ ਕਿਰਪਾ ਜਿਹ ਨਰਕਉ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਲੀ ਮਹਾਰਾਜ ਕਹਿੰਦੇ ਉਹ ਏਦਾਂ ਦੀ ਬਿਰਤੀ ਦਾ ਮਾਲਕ ਤੇ ਪੜੋ ਸੁਖਮਣੀ ਸਾਹਿਬ ਦਾ ਬਚਨ ਨੌਵੀਂ ਅਸ਼ਟਪਦੀ ਉੱਥੇ ਮਹਾਰਾਜ ਜੀ ਜ਼ਿਕਰ ਕਰਦੇ ਜਿਹੜਾ ਜੀਵਨ ਮੁਕਤ ਪੁਰਸ਼ ਆ ਮਸਤ ਬਾਬਾ ਜੀ ਬਾਬਾ ਅਮੀ ਚੰਦ ਬਾਬਾ ਜੀ ਬਾਬਾ ਚਿੰਤਾ ਭਗਤ ਵਰਗੀਆਂ ਨਿਰਮਲ ਆਤਮਾਵਾਂ ਉਹ ਸਦਾ ਵਾਰ ਵਾਰ ਕਦੇ ਸੰਸਾਰ ਤੇ ਨਹੀਂ ਆਉਂਦੇ ਜਨਮ ਮਰਨ ਦੋਹ ਮੈਂ ਨਾਹੀ ਜਨ ਪਾਰੇ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ ਉਹਨਾਂ ਦੇ ਕੋਲ ਤੇ ਕੋਈ ਤੁਰਿਆ ਜਾਂਦਾ ਵੀ ਆ ਗਿਆ ਤੇ ਬਾਬਾ ਚਿੰਤਾ ਭਗਤ ਜੀ ਮੈਂ ਤੇ ਉੱਥੇ ਬੈਠਾ ਸੋਚ ਰਿਹਾ ਸਾ ਸਾਧੂ ਦਾ ਨਾਮ ਵੇਖੋ ਚਿੰਤਾ ਭਗਤ ਕੁੱਲ ਸੰਸਾਰ ਦੀਆਂ ਚਿੰਤਾ ਆਪਣੇ ਤੇ ਲੈਣ ਵਾਲਾ ਤੁਸੀਂ ਅਚਿੰਤ ਹੋ ਕੇ ਰਹੋ ਕੋਈ ਫਿਕਰ ਨਹੀਂ ਕੋਈ ਫਾਕਾ ਨਹੀਂ ਤੇ ਬੜੇ ਆਨੰਦਾਂ ਦੇ ਵਿੱਚ ਹੁਣ ਸੁਖਮਨੀ ਸਾਹਿਬ ਚ ਮਹਾਰਾਜ ਜੀ ਜ਼ਿਕਰ ਕਰਦੇ ਨੇ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹ ਨਹੀਂ ਵਿਯੋਗ ਤੈਸਾ ਸੁਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਮਹਾਰਾਜ ਕਹਿੰਦੇ ਉਹ ਜੀਵਨ ਮੁਕਤ ਹੁਣ ਬੰਦਾ ਸਿੰਘ ਬਹਾਦਰ ਤੇ ਨਾਲ ਦੇ ਸਾਥੀ ਬੈਠੇ ਨੇ ਆਨੰਦ ਵਿੱਚ ਨੇ ਜਿਹੜਾ ਅਨਾਜ ਜਿਹੜਾ ਅੰਨ ਜਲ ਜਿਹੜਾ ਦਾਣਾ ਪਾਣੀ ਉਹ ਸਾਰਾ ਵਾਧੇ ਪੈ ਚੁੱਕਾ ਉਹ ਖਤਮ ਹੋ ਚੁੱਕਾ
ਤੇ ਸਮਾਂ ਇਦਾਂ ਦਾ ਆ ਗਿਆ ਸਿੱਖਾਂ ਨੇ ਜਿਹੜੇ ਰੁੱਖ ਨੇ ਰੁੱਖ ਉਹਨਾਂ ਦੇ ਪੱਤੇ ਤੇ ਸੱਕ ਵੀ ਉਬਾਲ ਕੇ ਖਾਧੇ। ਹੁਣ ਸਮਾਂ ਇੰਨਾ ਭਿਆਨਕ ਆ ਗਿਆ ਜਿਹੜੇ ਨਿਹੰਗ ਸਿੰਘ ਨੇ ਘੋੜੇ ਦੇ ਵੈਸੇ ਤੇ ਬੇਅੰਤ ਨਾਮ ਨੇ, ਕੋਈ ਘੋੜੇ ਨੂੰ ਘੋੜਾ ਕਹਿੰਦਾ, ਕੋਈ ਰਾਕੀ, ਕੋਈ ਬਾਜ, ਕੋਈ ਤਰੰਗ, ਕੋਈ ਇਜ਼ਰਾਈਲ, ਕੋਈ ਫਰੇਸ਼ਤਾ, ਬੜੇ ਨਾਮ ਨੇ ਘੋੜੇ ਦੇ। ਪਰ ਨਿਹੰਗ ਸਿੰਘਾਂ ਦੇ ਜਿਹੜਾ ਸਭ ਤੋਂ ਜ਼ਿਆਦਾ ਫਿੱਟ ਬਹਿੰਦਾ ਉਹ ਨਾਮ ਆ ਜਾਨ ਭਾਈ। ਜਾਨ ਭਾਈ ਨਾਮ ਘੋੜੇ ਦਾ ਨਿਹੰਗ ਸਿੰਘਾਂ ਧਰਿਆ। ਛੇਵੇਂ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਤੋਂ ਛੇਵੇਂ ਮਹਾਰਾਜ ਵੀ ਘੋੜੇ ਨੂੰ ਜਾਨ ਭਾਈ ਕਹਿੰਦੇ ਨੇ। ਤੇ ਜਾਨ ਭਾਈ ਦਾ ਅਰਥ ਕੀ ਆ? ਆਪਣੀ ਜਾਨ ਨਾਲੋਂ ਵੱਧ ਕੇ ਆਪਣੇ ਭਾਈਆਂ ਵਰਗਾ ਪਿਆਰਾ ਜਾਨ ਭਾਈ। ਤੇ ਸਮਾਂ ਇੱਦਾਂ ਦਾ ਆ ਗਿਆ ਉਹ ਫਿਰ ਜਿਹੜੇ ਜਾਨ ਭਾਈ ਨੇ ਸਿੰਘਾਂ ਨੂੰ ਉਹ ਵੀ ਝਟਕਾ ਕੇ ਛਕਣੇ ਪਏ, ਕਿਉਂਕਿ ਭੁੱਖ ਦੇ ਅੱਗੇ ਕੋਈ ਵਾਹ ਨਹੀਂ ਚੱਲਦੀ। ਪਰ ਇਧਰੋਂ ਜਿਹੜਾ ਘੇਰਾ ਇਹ ਲੰਮਾ ਹੁੰਦਾ ਗਿਆ, 8 ਮਹੀਨੇ ਦਾ ਲੰਮਾ ਘੇਰਾ ਅਪ੍ਰੈਲ ਤੋਂ ਸ਼ੁਰੂ ਹੋਇਆ, ਮਈ, ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ ਤੇ ਦਸੰਬਰ, 8 ਮਹੀਨੇ ਪੂਰੇ। ਹੁਣ ਬਾਹਰੋਂ ਇਹਨਾਂ ਨੇ ਸੋਚਿਆ ਵੀ ਸਿੱਖਾਂ ਦੇ ਬਾਦਸ਼ਾਹ ਨੂੰ ਜਿੱਤਿਆ ਤੇ ਜਾਣਾ ਨਹੀਂ, ਤੇ ਇਹਨੂੰ ਜਿੱਤਿਆ ਕਿਵੇਂ ਜਾਵੇ, ਇਹਨੂੰ ਧਰਮ ਦੀ ਆੜ ਜੋ ਇਹਨਾਂ ਦੀ ਪ੍ਰਾਪਨ ਚੱਲੀ ਆਉਂਦੀ ਖੇਡ ਆ, ਅਨੰਦਪੁਰ ਸਾਹਿਬ ਦਾ ਕਿਲ੍ਹਾ ਛਡਾਉਣ ਵਾਲੀ, ਇਹਨਾਂ ਨੇ ਕਸਮਾਂ ਕੁਰਾਨੇ ਪਾਕ ਦੀਆਂ ਖਾਧੀਆਂ, ਦੋ ਵਚਨ ਕਰੇ ਨੇ ਕੌਮ ਦੇ ਬਾਦਸ਼ਾਹ ਨੂੰ, ਤੁਸੀਂ ਹਵੇਲੀ ਨੂੰ ਛੱਡ ਦਿਓ, ਤੁਸੀਂ ਸੁਤੰਤਰ ਵਿਚਰ ਸਕਦੇ ਹੋ, ਇਹ ਵਚਨ ਅਸੀਂ ਕੁਰਾਨੇ ਪਾਕ ਦੀ ਕਸਮ ਨਾਲ ਕਹਿੰਦੇ ਹਾਂ। ਤੇ ਕੌਮ ਦੇ ਬਾਦਸ਼ਾਹ ਨੇ ਸੋਚਿਆ ਜੇ ਦਰਵਾਜ਼ਾ ਖੋਲਦੇ ਆ ਪਤਾ ਸਾਨੂੰ ਵੀ ਆ ਵੀ ਸਾਡਾ ਇਸ ਕੰਮ ਵਿੱਚ ਲਾਭ ਨਹੀਂ, ਸਾਡਾ ਇਸ ਕੰਮ ਵਿੱਚ ਨੁਕਸਾਨ ਆ, ਪਰ ਜੇ ਦਰਵਾਜ਼ਾ ਨਹੀਂ ਖੋਲਦੇ ਤੇ ਆਉਣ ਵਾਲੇ ਸਮੇਂ ਵਿੱਚ ਲੋਕ ਕਹਿਣਗੇ ਉਹ ਕਾਹਦਾ 10ਵੇਂ ਮਹਾਰਾਜ ਦਾ ਸਿੰਘ ਸੀ ਜਿਹਨੇ ਮੁਸਲਮਾਨਾਂ ਦੇ ਧਰਮ ਦੇ ਧਰਮ ਗ੍ਰੰਥ ਦੀ ਕਦਰ ਹੀ ਨਹੀਂ ਕੀਤੀ, ਕਿਉਂਕਿ ਅਸੀਂ ਉਹ ਹਾਂ। ਹੁਣੇ ਤੁਸੀਂ ਬਚਨ ਸੁਣਿਆ ਸੀ ਬਾਬਾ ਜੀ ਕੋਲੋਂ, ਸਭੇ ਸਾਂਝੀ ਵਾਲ ਸਦਾਇਣ ਤੂੰ ਕਿਸੇ ਨਾ ਦਿਸੇ ਮਹਾਰਾਜ ਜੀਓ, ਅਸੀਂ ਉਸ ਭਾਵਨਾ ਵਾਲੇ ਹਾਂ ਜਿਹੜੇ ਇਹ ਬਚਨ ਪੜ੍ਹਦੇ ਹਾਂ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਬੰਦੇ, ਕੋਈ ਬੋਲਾ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਈਆ, ਕੋਈ ਅੱਲਾਹੇ, ਬੇਅੰਤ। ਅਸੀਂ ਉਸ ਭਾਵਨਾ ਦੇ ਮੁੱਕਦੀ ਗੱਲ ਦਸੰਬਰ ਮਹੀਨੇ ਵਿੱਚ ਕੌਮ ਦੇ ਪਹਿਲੇ ਬਾਦਸ਼ਾਹ ਨੇ ਗੁਰਦਾਸ ਮੰਗਲ ਦੀ ਗੜੀ ਦਾ ਦਰਵਾਜ਼ਾ ਖੋਲ ਦਿੱਤਾ। ਜਦੋਂ ਦਰਵਾਜ਼ਾ ਖੋਲਿਆ ਮੁੱਠੀ ਕਪਾਰ ਸਿੰਘ ਨਾਲ ਇਹਨਾਂ ਸਭਨਾਂ ਨੂੰ ਹੱਥ ਘੜੀਆਂ ਮਾਰੀਆਂ, ਗਲਾਂ 'ਚ ਤੌਕ ਪਾਏ ਨੇ, ਪੈਰਾਂ ਵਿੱਚ ਬੇੜੀਆਂ ਪਾਈਆਂ, ਤੇ ਬਾਦਸ਼ਾਹ ਨੂੰ ਕੌਮ ਦੇ ਪਹਿਲੇ ਬਾਦਸ਼ਾਹ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਰ ਪਾਈ ਚਿੱਠੀ ਵੀ ਬਾਦਸ਼ਾਹ ਫੜਿਆ ਗਿਆ ਤੇ ਜਨਾਬ ਹੁਣ ਕੀ ਹੁਕਮ ਆ, ਇਹਦਾ ਕਿਵੇਂ ਕਰਨਾ? ਤੇ ਫਰਕਸ਼ੀਅਰ ਬਾਦਸ਼ਾਹ ਕਹਿੰਦਾ ਇਹਨੂੰ ਦਿੱਲੀ ਲੈ ਕੇ ਆਓ, ਪਰ ਲਿਆਉਣਾ ਕਿੱਦਾਂ ਆ, ਇਹਦਾ ਜਲੂਸ ਕੱਢ ਕੇ। ਇੱਕ ਜਲੂਸ ਲਫ਼ਜ਼ ਆ ਪੰਜਾਬੀਆਂ ਦਾ, ਇਹ ਲਫ਼ਜ਼ ਅਸੀਂ ਵਰਤਦੇ ਕਦੋਂ ਆ? ਇਹ ਜਿਹੜਾ ਜਲੂਸ ਲਫ਼ਜ਼ ਆ ਇਹ ਅਸੀਂ ਉਦੋਂ ਵਰਤਦੇ ਹਾਂ ਜਦੋਂ ਸਾਡੀ ਕਿਸੇ ਨਾ ਮਾੜੀ ਜੀ ਲੱਗਦੀ ਹੋਵੇ ਨਾ, ਲਾਗ ਡਾਟ ਜੀ ਹੋਵੇ, ਉਹ ਦਾਹਕ ਕਰਮਾ ਪਰਾ ਖਲੋਤਾ ਜੁੱਤੀ ਝਾੜੇ, ਜਾਂ ਐਨੂੰ ਦਾਹਕ ਕਰਮਾ ਜਾ ਕੇ ਐ ਮੁੱਛ ਨੂੰ ਮਾੜਾ ਜਾ ਕੋਈ ਤਾ ਦੇਵੇ, ਜਾਂ ਦਾਹਕ ਕਰਮਾ ਪਾਸੇ ਨੂੰ ਜਾ ਕੇ ਕੋਈ ਖੰਘੂਰਾ ਮਾਰੇ, ਤੇ ਫਿਰ ਜੁਰਤ ਵਾਲਾ ਗਾੜੀ ਉਹਨੂੰ ਕਹਿੰਦਾ ਬੰਦੇ ਦਾ ਪੁੱਤ ਬਣ ਜਾ,
ਨਹੀਂ ਤੇ ਬਚੂ ਜਲੂਸ ਕੱਢ ਕੇ ਰੱਖ ਦਿਆਂਗਾ। ਇਧਰੋਂ ਹੁਣ ਆਰਡਰ ਹੋਏ ਨੇ ਵੀ ਇਹਨਾਂ ਨੂੰ ਦਿੱਲੀ ਲੈ ਕੇ ਆਉਣਾ, ਪਰ ਲਿਆਉਣਾ ਤੂੰ ਨਹੀਂ, ਇਹਨਾਂ ਨੂੰ ਲੈ ਕੇ ਆਵੇਗਾ ਜ਼ਕਰੀਆ ਖਾਨ। ਜ਼ਕਰੀਆ ਖਾਨ ਲੈ ਕੇ ਆਵੇਗਾ ਇੱਕ ਅਨੋਖਾ ਜਲੂਸ ਕੱਢ ਕੇ ਲਿਆਉਣਾ। ਹੁਣ ਜ਼ਕਰੀਆ ਖਾਨ ਦੇ ਸਪੁਰਦ ਇਹਨਾਂ ਨੂੰ ਕਰਿਆ, ਤੇ ਜਦੋਂ ਜ਼ਕਰੀਆ ਖਾਨ ਦੇ ਸਪੁਰਦ ਕਰਿਆ ਉਹਨੇ ਮਨ ਵਿੱਚ ਸੋਚਿਆ ਵੀ ਆ ਮੁੱਠੀ ਭਰ ਸਿੰਘ ਜਦੋਂ ਦਿੱਲੀ ਲੈ ਕੇ ਜਾਵਾਂਗਾ ਕਿਤੇ ਫੀਤੀਆਂ ਲਵਾਉਂਦਾ ਲਵਾਉਂਦਾ ਕਿਤੇ ਮੌਰ ਹੀ ਨਾ ਤੱਤੇ ਕਰਵਾ ਪਵਾਂ। ਉਹਨੇ ਕਹਿਣਾ ਉਹ ਚੌਣੇ ਵਕਤ ਪਾ ਛੱਡਿਆ, ਅੱਠ ਮਹੀਨੇ ਇਹਨਾਂ ਨੇ ਢਾਈ ਟੋਰ ਨੂੰ ਡੇਰਾ ਫਤਿਆਂ ਬਾਅਦ ਉਹ ਬੰਦੇ ਚਾਰ ਹੁੰਦੇ ਗੱਲ ਫੱਪਦੀ। ਤੇ ਹੁਣ ਜ਼ਕਰੀਆ ਖਾਨ ਨੇ ਲਾਹੌਰ ਦੇ ਵਿੱਚ ਆਪਣੇ ਕਰਿੰਦਿਆਂ ਨੂੰ ਆਰਡਰ ਇਹ ਦਿੱਤਾ ਕਿ ਜਿਹੜੇ ਪਾਸੇ ਵੀ ਤੁਹਾਨੂੰ ਕੋਈ ਨਜ਼ਰ ਆਵੇ ਸਿੱਖ ਜਿਹਦੇ ਸਿਰ ਤੇ ਕੇਸ ਹੋਣ ਉਹਦੇ ਸਿਰ ਵੱਢ ਵੱਢ ਕੇ ਗੱਡੇ ਭਰਨੇ ਸ਼ੁਰੂ ਕਰ ਦਿਓ। ਤੇ ਮੈਂ ਬੇਨਤੀ ਕਰਾਂ 700 ਗੱਡਾ ਸਿੱਖਾਂ ਦੇ ਸਿਰਾਂ ਦਾ ਭਰਿਆ, ਕੱਲਾ ਸਿਰਾਂ ਦਾ। ਤੇ ਇੱਥੇ ਜਦੋਂ ਸਿੱਖਾਂ ਦੇ ਸਿਰ ਵੱਢੇ ਨੇ ਤੇ ਇੱਥੇ ਜਿਹੜੀਆਂ ਬੱਚੀਆਂ ਨੇ ਸਾਡੀਆਂ ਧੀਆਂ ਉਹਨਾਂ ਦੇ ਵੀ ਸਿਰ ਵੱਢੇ। ਉਹਦਾ ਕਾਰਨ ਇਹ ਆ ਕਿ ਸਾਬਤ ਇਹ ਕੀਤਾ ਜੀ ਇਹ ਧੀਆਂ ਨਹੀਂ ਇਹ ਵੀ ਸਿੱਖ ਨੇ, ਕਿਉਂਕਿ ਵੱਡੇ ਸਿਰ ਦਾ ਕੀ ਪਤਾ ਲੱਗੇ ਇਸਤਰੀ ਦਾ ਕਿ ਪੁਰਸ਼ ਦਾ। ਤੇ ਜਦੋਂ ਸਿਰ ਹੀ ਜਾਣਾ ਉਹਦੇ ਮੁੱਖ ਦੇ ਕਹਿ ਦੇਣਾ ਜੀ ਇਹ ਜਵਾਨ ਅਜੇ ਦਾੜਾ ਨਹੀਂ ਸੀ ਉਤਰਿਆ। ਉੱਥੇ ਸਾਡੀਆਂ ਧੀਆਂ ਦੇ ਸਿਰ ਵੀ ਵੱਡੇ, ਸਾਡੀਆਂ ਭੈਣਾਂ ਦੇ ਸਿਰ ਵੀ ਵੱਡੇ ਗਏ। 700 ਗੱਡਾ 700 ਗੱਡਾ ਸਿੱਖਾਂ ਦੇ ਸਿਰਾਂ ਦਾ ਭਰਿਆ। ਇਦੋਂ ਅਲਹਿਦਾ 3000 ਸਿਰ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਕੋਈ ਪਟਕਾ ਨਹੀਂ ਕੋਈ ਦਸਤਾਰ ਨਹੀਂ, ਜਿਹੜੇ ਕੇਸ ਨੇ ਉਹ ਹਵਾ ਚ ਲਹਿਰਾ ਰਹੇ ਨੇ, ਤੇ 3000 ਸਿਰ ਨੇਜੀਆਂ ਤੇ ਟੰਗਿਆ। ਇਹ ਸਿੱਖਾਂ ਦਾ ਇਹ ਹਸ਼ਰ ਹੋਇਆ ਕੌਮ ਦੇ ਬਾਦਸ਼ਾਹ ਦੇ ਨਾਲ ਦੇ ਯੋਧਿਆਂ ਦਾ। 3000 ਸਿਰ ਨੇਜੀਆਂ ਤੇ ਟੰਗਿਆ, 700 ਗੱਡਾ ਸਿੱਖਾਂ ਦੇ ਸਿਰਾਂ ਦਾ ਭਰਿਆ, 740 ਸਿੱਖ ਜਿਨ੍ਹਾਂ ਦੀਆਂ ਮੁਸ਼ਕਾਂ ਬੰਨ ਕੇ ਊਠਾਂ ਤੇ ਲੱਦੇ ਨੇ। ਕੌਮ ਦਾ ਬਾਦਸ਼ਾਹ ਜਿਹਦੇ ਘਰ ਦੇ ਵਿੱਚ ਤੌਕ, ਹੱਥਾਂ ਚ ਹੱਥ ਘੜੀਆਂ, ਪੈਰਾਂ ਚ ਬੇੜੀਆਂ ਨੇ, ਲੋਹੇ ਦੇ ਪਿੰਜਰੇ ਵਿੱਚ ਕੈਦ ਕਰਕੇ ਇਹਨੂੰ ਹਾਥੀ ਤੇ ਬਿਠਾਇਆ, ਤੇ ਇਹ ਜਿਹੜਾ ਕਾਫਲਾ ਆ ਇਹ ਲੈ ਕੇ ਜਾਣਾ ਜੀ ਦਿੱਲੀ। ਹੁਣ ਕਾਫਲੇ ਦੀ ਜਿਹੜੀ ਰੂਪ ਰੇਖਾ, ਕਾਫਲੇ ਦੀ ਜਿਹੜੀ ਤਰਤੀਬ ਆ ਉਹ ਕਿਵੇਂ ਦੀ ਬਣਾਈ ਆ? ਸਭ ਤੋਂ ਅੱਗੇ ਇੱਕ ਵਾਸ ਦੇ ਉੱਤੇ ਬਿੱਲੀ ਮਾਰ ਕੇ ਟੰਗੀ ਆ, ਤੇ ਇਸ ਮਾਰ ਕੇ ਟੰਗੀ ਹੋਈ ਬਿੱਲੀ ਦਾ ਕੀ ਮਤਲਬ ਆ? ਇਹਦਾ ਮਤਲਬ ਇਹ ਆ ਕਿ ਲੋਕਾਂ ਨੂੰ ਵੇਖਣ ਵਾਲਿਆਂ ਨੂੰ ਦੱਸਿਆ ਜਾ ਸਕੇ ਉਹ ਸਿੱਖਾਂ ਦੀ ਤੇ ਗੱਲ ਛੱਡੋ, ਅਸੀਂ ਤੇ ਸਿੱਖਾਂ ਦੇ ਘਰ ਸਿੱਖਾਂ ਦੀ ਕੋਈ ਬਿੱਲੀ ਤੱਕ ਵੀ ਨਹੀਂ ਦੇ ਛੱਡੀ, ਸਿੱਖਾਂ ਦਾ ਨਾਮ ਨਿਸ਼ਾਨ ਖਤਮ ਕਰ ਦਿੱਤਾ। ਸਭ ਤੋਂ ਅੱਗੇ ਵਾਸ ਦੇ ਉੱਤੇ ਇੱਕ ਬਿੱਲੀ ਮਾਰ ਕੇ ਟੰਗੀ, ਉਦੋਂ ਪਿੱਛੋਂ 700 ਗੱਡਾ ਸ਼ਹੀਦਾਂ ਦੇ ਸਿਰ ਦਾ, ਉਦੋਂ ਪਿੱਛੋਂ 3000 ਸਿਰ ਜਿਹੜਾ ਨੇਜਿਆਂ ਤੇ ਟੰਗਿਆ, ਉਦੋਂ ਪਿੱਛੋਂ 740 ਸਿੱਖ ਜਿਹੜੇ ਨਰਣ ਕੇ ਬੰਧੇ ਹੋਏ ਨੇ, ਉਦੋਂ ਪਿੱਛੋਂ ਕੌਮ ਦਾ ਪਹਿਲਾ ਬਾਦਸ਼ਾਹ ਜਿਹਨੂੰ ਹਾਥੀ ਤੇ ਅਸਵਾਰ ਕੀਤਾ, ਲੋਹੇ ਦੇ ਪਿੰਜਰੇ ਵਿੱਚ ਇਹਦੇ ਦੋਹੀਂ ਪਾਸੀ ਦੋ ਜਲਾਦ ਖਿਲਾਰੇ ਹੋਏ ਨੇ ਤੇਜ ਧਾਰ ਛੁਰੇ ਦੇ ਕੇ, ਵੀ ਜੇ ਕਿਤੇ ਕਰਾਮਾਤ ਨਾਲ ਉੱਡਣ ਲੱਗੇ ਇਹਦੀਆਂ ਵੱਖੀਆਂ ਦੇ ਛੁਰੇ ਮਾਰ ਦਿਓ। ਉਦੋਂ ਪਿੱਛੋਂ ਫੌਜੀ ਦਸਤੇ ਆ ਰਹੇ ਨੇ, ਤੇ ਇਸ ਅਨੋਖੇ ਜਲੂਸ ਦਾ ਜਿਹੜਾ ਨਕਸ਼ਾ ਉਹ ਖਿੱਚਿਆ ਜੀ ਵਿਦਵਾਨ ਪੁਰਸ਼ਾਂ ਨੇ, ਤੇ ਵਿਦਵਾਨ ਪੁਰਸ਼ ਨੇ ਢਾਡੀਆਂ ਦੇ ਪਿਤਾਮਾ ਸੋਹਣ ਸਿੰਘ ਸੀਤਲ ਸਾਹਿਬ ਜੀ ਨੇ ਜ਼ਿਕਰ ਕਰਿਆ, ਕਹਿੰਦੇ ਕੌਮ ਦੇ ਸ਼ਹੀਦਾਂ ਦਾ
ਜਲੂਸ ਚਲਾ ਜਾ ਰਿਹਾ ਸੀ। 3000 ਸਿਰ ਨੇ ਜੀ ਟੰਗਵਾਇਆ ਹੋਇਆ, ਹੱਥਾਂ 'ਚ ਹੱਥ ਘੜੀਆਂ, ਗਲ ਤੌਕ ਪੈਰੀ ਬੇੜੀਆਂ ਸੀ। ਬੰਦਾ ਸਿੰਘ ਤਾਈ ਹਾਥੀ ਤੇ ਬਿਠਾਇਆ ਹੋਇਆ, ਕੱਲ ਤੱਕ ਜਿਹਦਾ ਨਾਮ ਸੁਣ ਕੰਬਦੀ ਸੀ ਬਾਦਸ਼ਾਹੀ, ਅੱਜ ਉਹ ਸ਼ੇਰ ਫੜ ਪਿੰਜਰੇ ਸੀ ਪਾਇਆ ਹੋਇਆ। ਮਰਦ ਅਜਮਾਏ ਜਾਣ ਔਕੜਾਂ 'ਚ ਸੀਤਲ ਜੀ, ਡੋਲਿਆ ਨਾ ਸਿੱਖ ਕਦੇ ਮੌਤ ਨੂੰ ਆਇਆ ਹੋਇਆ। ਇਹ ਸਿੱਖਾਂ ਦਾ ਅਨੋਖਾ ਜਲੂਸ। ਹੁਣ ਇਹ ਜਿਹੜੇ ਸਿੰਘ ਨੇ ਜਿਨ੍ਹਾਂ ਨੂੰ ਕੈਦ ਕੀਤਾ, ਜਿਹੜੇ ਕੈਦੀ ਨੇ, ਇਹਨਾਂ ਦੇ ਚਿਹਰਿਆਂ ਤੇ ਮੁਰਝਾਹਟ ਕੋਈ ਨਹੀਂ। ਬੜੀ ਚੜ੍ਹਦੀ ਕਲਾ ਵਾਲੇ ਯੋਧੇ, ਐ ਰੋਬ ਵਾਲੇ, ਅਣਖਾਂ ਵਾਲੇ ਜਿਹੜੇ ਸੂਰਮੇ ਨੇ, ਜਿਵੇਂ ਇਹਨਾਂ ਯੋਧਿਆਂ ਨੂੰ ਕੈਦੀ ਬਣਾ ਕੇ ਸਰਕਾਰ ਦਿੱਲੀ ਵੱਲ ਨੂੰ ਲੈ ਕੇ ਜਾ ਰਹੀ ਹੈ, ਉਹ ਸਮੇਂ ਦੇ ਸੀਨ ਨੂੰ ਐਵੇਂ ਦੇ ਸਾਥੀ ਆਪ ਜੀ ਦੀ ਸੇਵਾ ਵਿੱਚ ਇਉਂ ਗਿਆ। ਹੱਥੀ ਪੈਰੀ ਬੇੜੀਆਂ ਗਲ ਤੋਂ ਸਜਾਇਆ, ਫੜ ਕੇ ਬੰਦਾ ਸਿੰਘ ਨੂੰ ਪਿੰਜਰੇ ਵਿੱਚ ਪਾਇਆ। ਕਦੇ ਜਿਨ੍ਹਾਂ ਦੇ ਰੋਗਨ ਸੀ ਜਾਂਦੇ ਚੱਲੇ, ਕੈਦੀ ਬਣ ਕੇ ਸੂਰਮੇ ਦਿੱਲੀ ਵੱਲ ਚੱਲੇ। ਕੈਦੀ ਬਣ ਕੇ ਸੂਰਮੇ ਦਿੱਲੀ ਵੱਲ ਚੱਲੇ। ਬੰਦਾ ਹਾਥੀ ਲੱਦਿਆ ਪਿੰਜਰੇ ਵਿੱਚ ਪਾ ਕੇ, ਕਿਧਰੇ ਜਾਵੇ ਉੱਡਣਾ ਕਰਾਮਾਤ ਖਾ ਕੇ। ਕੈਦੀ ਬਣ ਕੇ ਸੂਰਮੇ ਦਿੱਲੀ ਵੱਲ ਚੱਲੇ। ਸੱਸ ਗੱਡਾ ਨਾਲ ਸੀ ਸ਼ੀਤਾਂ ਦੇ ਸਿਰ ਦਾ, ਦੁਸ਼ਟ ਜਕਰੀਆ ਖਾਨ ਸੀ ਵਿੱਚ ਖੁਸ਼ੀਆਂ ਫਿਰਦਾ। ਕੈਦੀ ਬਣ ਕੇ ਸੂਰਮੇ ਦਿੱਲੀ ਵੱਲ ਚੱਲੇ। ਪੂਰੇ 3000 ਸੀ ਸਿਰ ਨੇ ਜੇ ਟੰਗੇ, ਕੇਸ ਪਛਾਣ ਨੂੰ ਖਿਲਰੇ ਸਿਰ ਕੀਤੇ ਨੰਗੇ। ਹੱਸ ਹੱਸ ਸੱਥਰ ਯਾਰ ਤੇ ਮੱਲੇ, ਹਸ ਹਸ ਸੱਥਰ ਯਾਰ ਦੇ ਜਿਨ੍ਹਾਂ ਨੇ ਮੱਲੇ, ਕੈਦੀ ਬਣ ਕੇ ਸੂਰਮੇ ਦਿੱਲੀ ਵੱਲ ਚੱਲੇ। ਫੇਰਾ ਵਿੱਚ ਸਰਹੰਦ ਦੇ
ਪੈਰਾਂ ਦੇ ਥੱਲੇ ਕੈਦੀ ਬਣ ਕੇ ਸੂਰਮੇ ਦਿੱਲੀ ਵੱਲ ਚੱਲੇ ਲੈ ਕੇ ਦਿੱਲੀ ਅੱਪੜੇ ਸਿੰਘਾਂ ਨੂੰ ਵੈਰੀ ਖੋਲ ਲਿਖੂ ਇਤਿਹਾਸ ਨੂੰ ਸਭ ਰਾਇਆ ਸ਼ੈਰੀ ਸੱਚ ਜਿੰਨਾ ਪੱਲੇ ਕੈਦੀ ਬਣ ਕੇ ਸੂਰਮੇ ਦਿੱਲੀ ਵੱਲ ਚੱਲੇ ਸਿੱਖਾਂ ਦਾ ਅਨੋਖਾ ਜਲੂਸ ਇਹ ਜਾ ਰਿਹਾ ਜੀ ਦਿੱਲੀ ਵੱਲ ਪਰ ਇਹ ਜਿਹੜੇ ਸਾਰੇ ਸਿੰਘ ਨੇ ਸਮੇਤ ਬੰਦਾ ਸਿੰਘ ਬਹਾਦਰ ਦੇ ਇਹਨਾਂ ਸਭਨਾਂ ਦੇ ਚਿਹਰਿਆਂ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਮੁਰਝਾਹਟ ਨਹੀਂ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਕੋਈ ਚਿੰਤਾ ਨਹੀਂ ਕੋਈ ਅਫਸੋਸ ਨਹੀਂ ਤੇ ਮੁਸਲਮਾਨੀ ਮਤ ਦਾ ਇੱਕ ਰਾਈਟਰ ਹੋਇਆ ਜਿਹਦਾ ਨਾਮ ਆ ਮੁਹੰਮਦ ਹਾਰਿਸੀ ਉਹ ਮੁਹੰਮਦ ਹਾਰਿਸੀ ਇਹ ਗੱਲ ਵੇਖਦਾ ਕਹਿੰਦਾ ਜਦੋਂ ਇਹਨਾਂ ਨੂੰ ਗਲੀ ਬਾਜ਼ਾਰਾਂ ਦੇ ਵਿੱਚ ਦੀ ਫੇਰਦਿਆਂ ਹੋਇਆ ਕਹਿੰਦਾ ਜਦੋਂ ਸਰਹੰਦ ਵਿਖੇ ਆਉਂਦਾ ਸਰਹੰਦ ਵਿਖੇ ਤੇ ਜ਼ਕਰੀਆ ਖਾਨ ਬਾਬਾ ਬੰਦਾ ਸਿੰਘ ਬਹਾਦਰ ਦੇ ਹਾਥੀ ਦੇ ਕੋਲ ਆ ਕੇ ਉਤਾਂ ਨੂੰ ਮੂੰਹ ਕਰਕੇ ਬੰਦਾ ਸਿੰਘ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਹਿੰਦਾ ਬੰਦਾ ਸਿੰਘ ਉਹ ਕੁਝ ਯਾਦ ਆਇਆ ਇਹ ਸਰਹੰਦ ਉਹ ਆ ਜਿੱਥੇ ਤੇਰੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਖਲਿਆਰ ਕੇ ਸ਼ਹੀਦ ਕੀਤਾ ਸੀ ਕੁਝ ਯਾਦ ਆਇਆ ਤੇ ਬੜੀ ਨਿਡਰਤਾ ਦੇ ਨਾਲ ਬੜੀ ਬੇਬਾਕੀ ਦੇ ਨਾਲ ਬੜੀ ਚੜ੍ਹਦੀ ਕਲਾ ਦੇ ਨਾਲ ਉਸੇ ਰੋਹ ਦੇ ਵਿੱਚ ਕੌਮ ਦੇ ਬਾਦਸ਼ਾਹ ਨੇ ਜਵਾਬ ਦਿੱਤਾ ਬੰਦਾ ਸਿੰਘ ਕਹਿੰਦਾ ਸੁਣ ਉਹ ਜ਼ਕਰੀਆ ਖਾਨਾ ਜਦੋਂ ਮੈਨੂੰ ਪੁੱਛਦਾ ਵੀ ਕੁਝ ਯਾਦ ਆਇਆ ਤੇ ਯਾਦ ਕੁਝ ਤੈਨੂੰ ਮੈਂ ਵੀ ਕਰਾਉਣਾ ਚਾਹੁੰਦਾ ਮਾਰ ਦੇਗਾ ਆਇਆ ਕੁਝ ਯਾਦ ਇਹ ਸਰਹੰਦ ਉਹ ਆ ਜਿੱਥੇ ਇੱਕ ਦੋ ਤਿੰਨ ਚਾਰ ਪੰਜ ਨਹੀਂ ਜਿਹਦੇ ਤੇ ਸੱਤ ਵਾਰੀ ਮੈਂ ਹਲ ਫੇਰਿਆ ਸੀ ਸੱਤ ਵਾਰੀ ਇਹਦਾ ਥੇ ਕਰਕੇ ਰੱਖ ਦਿੱਤਾ ਸਰਹੰਦ ਦਾ ਕਹਿੰਦਾ ਉਹ ਸਰਹੰਦ ਆ ਜਿਹਦਾ ਨਾਮ ਸ੍ਰੀ ਫਤਿਹਗੜ੍ਹ ਸਾਹਿਬ ਰੱਖ ਦਿੱਤਾ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਨਾਮ ਕਹਿੰਦਾ ਆਇਆ ਯਾਦ ਬੇਬਾਕੀ ਦੇ ਨਾਲ ਇਹਨਾਂ ਸਾਰੀਆਂ ਫੌਜਾਂ ਨੂੰ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਤੇ ਨਾਲ ਦੇ ਸਾਥੀਆਂ ਨੂੰ ਖੜਿਆ ਜੀ ਦਿੱਲੀ ਸੰਨ ਆ ਗਿਆ 1716 ਮਹੀਨਾ ਆ ਗਿਆ ਫਰਵਰੀ ਦਾ ਫਰਵਰੀ ਤੋਂ ਤੁਰੇ ਨੇ ਮੰਜਣਾ ਨੂੰ ਤੈਅ ਕਰਦੇ ਹੋਏ ਪਹੁੰਚੇ ਆ ਜੀ ਦਿੱਲੀ 740 ਸਿੰਘ ਜਿਨ੍ਹਾਂ ਵਿੱਚੋਂ 40 ਦੇ ਬੰਦਾ ਸਿੰਘ ਬਹਾਦਰ ਨੂੰ ਅਲਹਿਦਾ ਲਾਲ ਕਿਲੇ ਦੇ ਵਿੱਚ ਰੱਖਿਆ ਜਿਹੜਾ 700 ਸਿੰਘ ਆ ਇਹਨੂੰ ਪਾਸੇ ਤੇ ਰੱਖਿਆ ਕੋਤਵਾਲੀ ਵਿੱਚ ਤੇ ਇਸ ਕੋਤਵਾਲੀ ਦਾ ਜਿਹੜਾ ਕੋਤਵਾਲ ਉਹਦਾ ਨਾਮ ਆ ਜੀ ਸਰਬਰਾ ਖਾਨ ਸਰਬਰਾ ਖਾਨ ਦੇ ਹਵਾਲੇ ਇਸ 700 ਸਿੰਘ ਨੂੰ ਕੀਤਾ ਤੇ ਕੁਝ ਕੁ ਸਮਾਂ ਬਤੀਤ ਹੋਇਆ ਅਲਹਿਦਾ ਅਲਹਿਦਾ ਦੋਵੇਂ ਸਿੱਖਾਂ ਨੂੰ ਰੱਖਣ ਦਾ ਕਾਰਨ ਇਹ ਵੀ ਇਹਨਾਂ ਵਿੱਚੋਂ ਜਿਹੜਾ ਹੀ ਕੋਈ ਡੋਲ ਜੇ ਅਸੀਂ ਉਹਦੇ 'ਚ ਹੀ ਸਮਝਾਂਗੇ ਕਿ ਸਾਡੀ ਜਿੱਤ ਆ ਜੇ ਤੇ 700 ਚੋਂ ਕੋਈ ਡੋਲ ਗਿਆ ਤੇ ਸਾਡੀ ਤਾਂ ਵੀ ਜਿੱਤ ਜੇ 40 ਚੋਂ ਕੋਈ ਡੋਲ ਗਿਆ ਸਾਡੀ ਤਾਂ ਵੀ ਜਿੱਤ ਜੇ ਕੌਮ ਦਾ ਪਹਿਲਾ ਬਾਦਸ਼ਾਹ ਬਾਬਾ ਬੰਦਾ ਸਿੰਘ ਡੋਲ ਗਿਆ ਤੇ ਸਾਡੀ ਤਾਂ ਵੀ ਜਿੱਤ
ਪਰ ਮੈਂ ਬੇਨਤੀ ਕਰਾਂ ਸਾਰੇ ਮਰਦ ਉਹ ਮਰਦ ਨੇ ਜਿਨ੍ਹਾਂ ਦੀਆਂ ਰਗਾਂ ਦੇ ਵਿੱਚ ਦੀ ਗੁਰ ਕਲਗੀ ਧਰ ਦੇ ਪੰਜ ਘੁੱਟ ਅੰਮ੍ਰਿਤ ਦੇ ਗਏ ਨੇ, ਕਿਹੜਾ ਜਿਹੜਾ ਇਹਨਾਂ ਨੂੰ ਡੁਲਾ ਸਕੇ, ਕਿਹੜਾ ਜਿਹੜਾ ਇਹਨਾਂ ਨੂੰ ਥੜਕਾ ਸਕੇ, ਕਿਉਂਕਿ ਇਹਨਾਂ ਦੇ ਅੰਦਰ ਉਸ ਅੰਮ੍ਰਿਤ ਦੇ ਘੁੱਟ ਗਏ ਨੇ ਜਿਸ ਅੰਮ੍ਰਿਤ ਨੂੰ ਛਕਣ ਵਾਸਤੇ ਸਿਰ ਤੇ ਪਹਿਲਾਂ ਹੀ ਦੇਣਾ ਪੈਂਦਾ, ਸਿਰ ਪਹਿਲਾਂ ਹੀ ਦੇਣਾ ਪੈਂਦਾ। ਮਹਾਰਾਜ ਸੱਚੇ ਪਾਤਸ਼ਾਹ ਦੀਆਂ ਬਰਕਤਾਂ ਦੇ ਪਾਤਰ ਨੇ। ਹੁਣ ਇੱਧਰੋਂ ਸਰਬਰਾ ਖਾਨ ਨੇ ਆਰਡਰ ਮੰਗਿਆ ਬਾਦਸ਼ਾਹ ਫਰਖਸ਼ਿਆਰ ਦੇ ਕੋਲੋਂ, ਜਨਾਬ ਬਾਦਸ਼ਾਹ ਸਲਾਮਤ, ਹੁਣ ਆਹ ਜਿਹੜਾ 700 ਮੇਰੇ ਪੇਸ਼ ਪਾਇਆ ਇਹਦਾ ਮੈਨੂੰ ਕੀ ਆਰਡਰ ਦਿੰਦੇ ਹੋ? ਤੇ ਆਰਡਰ ਬਾਦਸ਼ਾਹ ਵੱਲੋਂ ਇਹ ਆਇਆ ਵੀ ਇਹਨਾਂ ਨਾਲ ਕਰਨਾ ਕੁਝ ਨਹੀਂ, ਇੱਕ ਉੱਚਾ ਲੱਕੜ ਦਾ ਗੱਟਾ ਮੰਗਵਾਇਆ ਜਾਵੇ। ਆ ਕਸਾਈਆਂ ਦੀਆਂ ਦੁਕਾਨਾਂ ਤੇ ਪਿਆ ਹੁੰਦਾ ਜਿੱਥੇ ਮਾਸ ਵਿਕਦਾ ਲੱਕੜ ਦਾ ਗੱਟਾ। ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਾਥੀਆਂ ਦੇ ਨਾਲ ਹੁਣ ਆਰਡਰ ਇਹ ਆਇਆ ਇੱਕ ਲੱਕੜ ਦਾ ਗੱਟਾ ਮੰਗਵਾਇਆ ਜਾਵੇ ਤੇ ਇੱਕ ਦਿਨ ਦੇ ਵਿੱਚ ਇਸ 700 ਦੇ ਵਿੱਚੋਂ 100 ਸਿੰਘ ਦੀ ਲੰਮੀ ਲਾਈਨ ਲਵਾਈ ਜਾਵੇ। ਤੇ ਜਦੋਂ ਲੰਮੀ ਲਾਈਨ ਲਵਾਈ ਜਾਵੇ ਜਿਹੜਾ ਸਭ ਤੋਂ ਮੋਹਰਲਾ ਉਹਦੀ ਧੌਣ ਰਖਾਈ ਜਾਵੇ ਲੱਕੜ ਦੇ ਗੱਟੇ ਤੇ। ਅੱਗੇ ਤੇ ਸੋਚ ਕੇ ਵੇਖੋ ਗੱਲਾਂ ਕਰ ਦੇਣੀਆਂ ਤੇ ਸੁਣ ਲੈਣੀਆਂ ਸੌਖੀਆਂ। ਆ ਜਿਹੜੇ ਸਾਹ ਚੱਲਦੇ ਆ ਨਾ ਸਾਡੇ ਸਾਹ, ਸਾਡੀ ਪਲਸ ਚੱਲਦੀ, ਸਾਡੀ ਹਾਰਟ ਬੀਟ ਚੱਲਦੀ ਆ, ਸਾਡੇ ਨੇਤਰ ਫਰਕਦੇ ਨੇ, ਆ ਸਾਡੀ ਪਲਸ ਵੇਖੋ ਇਹ ਚੱਲਦੀ ਆ। ਤੇ ਕਿਤੇ 2 ਮਿੰਟ ਆਪਣੇ ਸਾਹ ਨੂੰ ਰੋਕ ਕੇ ਵੇਖੋ ਹੱਥਾਂ ਪੈਰਾਂ ਦੀ ਪੈਂਦੀ। ਇੱਧਰ ਜਿਹੜਾ 100 ਸਿੰਘ ਜੀ ਦੀ ਲਾਈਨ ਲਵਾਉਣੀ ਆ, ਆਰਡਰ ਇਹ ਆਇਆ ਕਿ ਜਿੰਦੇ ਸਿੰਘ ਦੀ ਧੌਣ ਲੱਕੜ ਦੇ ਗੱਟੇ ਤੇ ਧਰਾ ਕੇ ਤੇ ਇਹਨਾਂ ਨੂੰ ਤਲਵਾਰ ਦੀ ਭੇਟ ਕਰ ਦੇ। ਆਰਡਰ ਇਹ ਆਇਆ। ਜਦੋਂ ਆਰਡਰ ਆਏ ਸਰਬਰਾ ਖਾਨ ਦੇ ਤੇ ਫਰਖਸ਼ਿਆਰ ਬਾਦਸ਼ਾਹ ਸਲਾਮਤ ਦਾ ਆਰਡਰ ਮੰਨਦਾ ਹੋਇਆ, ਮਹੀਨਾ ਆ ਗਿਆ ਮਾਰਚ, ਮਾਰਚ ਮਹੀਨੇ ਦੇ ਵਿੱਚ ਸਰਬਰਾ ਖਾਨ ਆਪਣੇ ਬਾਦਸ਼ਾਹ ਵੱਲੋਂ ਮਿਲੇ ਹੋਏ ਆਰਡਰ ਨੂੰ ਭਗਤਾ ਰਿਹਾ। ਉਹ ਸਮੇਂ ਦਾ ਜਿਹੜਾ ਖੂਨੀ ਕਾਂਡ ਉੱਥੇ ਵਰਤ ਰਿਹਾ, ਖੂਨੀ ਕਾਂਡ ਦਾ ਸਾਰਾ ਵੇਰਵਾ ਜੋੜੀ ਦੇ ਪਾਸੋਂ ਪ੍ਰੇਮ ਦੇ ਸਹਿਤ ਵੈਰਾਗਮਈ ਲਫ਼ਜ਼ਾਂ ਦੇ ਜ਼ਰੀਏ ਐਦਾਂ ਪਾਪੀ ਕੋ ਤਵਾਲ ਸਰਬਰਾ ਖਾਨ ਜੀ, ਸਿੰਘਾਂ ਦੇ ਸਿਦਕ ਲੱਗਾ ਅੱਜ ਮਾਣ ਜੀ, ਹੱਸ ਹੱਸ ਜੋ ਦੇ ਸਿਦਕ ਨਵਾਉਂਦੇ ਐ, ਸਾਥੀ ਬੰਦਾ ਸਿੰਘ ਦੇ ਸ਼ਹੀਦੀ ਪਾਉਂਦੀ ਐ। ਸਾਥੀ ਬੰਦਾ ਸਿੰਘ ਦੇ ਸ਼ਹੀਦੀ ਪਾਉਂਦੇ ਐ। ਓ ਆਸ਼ਕਾਂ ਦੀ ਹੱਥ ਹੋਵਾ ਦੀਨ ਕਾਈ ਐ, ਪੁੱਠੀ ਖੱਲ ਕਹਿੰਦੇ ਸ਼ਮਾ ਛਲ ਹਾਈ ਐ, ਸੂਲੀ ਉੱਤੇ ਚੜਨੋ ਨਾ ਘਬਰਾਉਂਦੇ ਐ, ਸਾਥੀ ਬੰਦਾ ਸਿੰਘ ਦੇ ਸ਼ਹੀਦੀ ਪਾਉਂਦੀ ਐ। ਓ ਛਾਤੀ ਤੋੜ ਖੜੇ
ਸਾਦੀ ਤਾਲ ਖੜੇ ਮੋਤਾ ਦੇਵ ਪਾਰੀਐ ਜਾਨਾਂ ਨਾਲ ਜਿੰਨਾ ਸਿੱਖੀ ਨੂੰ ਪਿਆਰੀਐ ਬੰਦਾ ਸਿੰਘ ਦੇ ਸ਼ਹੀਦੀ ਪਾਉਂਦੇ ਐ ਓ ਦਿੱਲੀ ਨਾਵੇਂ ਗੁਰਾਂ ਨੇ ਸ਼ਹੀਦੀ ਪਾਈ ਸੀ ਰੁੜੀ ਜਾਂਦੀ ਹਿੰਦ ਜਿੰਨਾ ਨੇ ਬਚਾਈ ਸੀ ਸਾਹਸ ਸਿੱਖੀ ਸਿੱਧਕ ਨਭਾਉਂਦੇ ਐ ਸਾਥੀ ਬੰਦਾ ਸਿੰਘ ਦੇ ਸ਼ਹੀਦੀ ਪਾਉਂਦੇ ਐ ਦਸ਼ਮੇਸ਼ ਜੀ ਦੀ ਜਾਣਾ ਚਾਹੁੰਦੇ ਐ ਗੋਦੀ ਦਸ਼ਮੇਸ਼ ਜੀ ਦੀ ਜਾਣਾ ਚਾਹੁੰਦੇ ਐ ਸਾਥੀ ਬੰਦਾ ਸਿੰਘ ਦੇ ਸ਼ਹੀਦੀ ਪਾਉਂਦੇ ਐ ਕਲੇਜੇ ਲਾਉਂਦੇ ਐ ਸਾਥੀ ਬੰਦਾ ਸਿੰਘ ਦੇ ਸ਼ਹੀਦੀ ਪਾਉਂਦੇ ਐ ਕਾਰਿਓ ਦਿੰਦੇ ਟੋਟੇ ਤਾਰਾ ਲੱਤਾਂ ਬਾਹਾਂ ਦੇ ਸੁੱਟ ਦਿੰਦੇ ਅੱਗੇ ਕੁੱਤੇ ਆਤੇ ਕਾਵਾਂ ਦੇ ਸਾਥੀ ਬੰਦਾ ਸਿੰਘ ਦੇ ਸ਼ਹੀਦੀ ਪਾਉਂਦੀ ਐ ਇੱਕ ਦਿਨ ਦੇ ਵਿੱਚ ਇੱਕ ਸੌ ਸਿੰਘ ਸ਼ਹੀਦ ਹੋਇਆ ਸਭ ਤੋਂ ਪਹਿਲਾ ਸੌ ਸਿੰਘ 5 ਮਾਰਚ 1716 ਈਸਵੀ ਨੂੰ ਸ਼ਹੀਦ ਹੋਇਆ ਏਦਾਂ ਕਰਦਿਆਂ ਕਰਦਿਆਂ 5, 6, 7, 8, 9, 10, 11 ਤੱਕ 7 ਦਿਨਾਂ ਦੇ ਵਿੱਚ ਇਹ 700 ਸਿੰਘ ਸ਼ਹੀਦ ਹੋਇਆ ਤੇ ਜਦੋਂ ਜ਼ਕਰੀਆ ਖਾਨ ਪਿੰਡਾਂ ਦੇ ਵਿੱਚੋਂ ਸਿੰਘ ਜਿਉਂਦੇ ਜਾਗਦੇ ਤੇ ਕੁਝ ਦੇ ਸਿਰ ਵੱਢ ਕੇ ਲਿਆ ਰਿਹਾ ਸੀ ਇਹਨੇ ਇੱਕ ਸਿੱਖ ਉਹ ਆਂਦਾ ਮਜੀਠੇ ਦੇ ਰਹਿਣ ਵਾਲਾ ਇੱਕ ਸਿੱਖ ਜਿਹਦਾ ਨਾਮ ਆ ਭੀਮ ਸਿੰਘ ਇਹ ਪਹਿਲਾਂ ਹਿੰਦੂ ਪਰਿਵਾਰ ਦੇ ਵਿੱਚੋਂ ਆ ਇਹਦਾ ਦਾੜਾ ਤੇ ਮਸ ਉੱਤਰਦੀ ਆ ਇਹਨੇ ਅੰਮ੍ਰਿਤ ਛਕਿਆ ਤੇ ਸਿੰਘ ਸੱਜ ਗਿਆ ਇਹਦਾ ਹੁਣ ਵਿਆਹ ਹੋਇਆ ਤੇ ਡੋਲੀ ਲੈ ਕੇ ਅਜੇ ਦਰਵਾਜੇ ਤੇ ਆਇਆ ਮਾਂ ਨੇ ਅਜੇ ਪਾਣੀ ਮਾਰ ਕੇ ਪੀਣਾ ਆ ਤੇ ਉਧਰੋਂ ਜ਼ਕਰੀਆ ਖਾਨ ਦੇ ਕਰਿੰਦੇ ਆਏ ਇਸ ਭੀਮ ਸਿੰਘ ਦੀਆਂ ਮੁਸ਼ਕਾਂ ਬੰਨ ਕੇ ਇਹਨੂੰ ਨਾਲ ਲੈ ਤੁਰੇ ਹੁਣ ਮਾਂ ਸੱਜ ਵਿਆਹੀ ਨੌਂ ਨੂੰ ਨਾਲ ਲੈ ਕੇ ਦਿੱਲੀ ਦੇ ਬਾਦਸ਼ਾਹ ਦੇ ਕੋਲ ਪਹੁੰਚੀ ਸੱਯਦ ਭਰਾਵਾਂ ਦੀ ਮਦਦ ਦੇ ਨਾਲ ਬਾਦਸ਼ਾਹ ਫਰਕਸ਼ੀਅਰ ਬਣਿਆ ਸੀ ਉਹਨਾਂ ਸੱਯਦਾਂ ਵਿੱਚੋਂ ਵੱਡਾ ਸੱਯਦ ਆ ਅਬਦੁੱਲ ਖਾਨ ਅਬਦੁੱਲ ਖਾਨ ਦਾ ਅੱਗੋਂ ਦੀਵਾਨ ਆ ਰਤਨ ਚੰਦ
ਕਿਉਂਕਿ ਅੱਜ ਦੇ ਸਮੇਂ ਵੀ ਆਪ ਜੀ ਜਾਣਦੇ ਹੋ ਸਰਕਾਰੇ ਦਰਬਾਰੇ ਕੋਈ ਫਰਮਾਇਸ਼ ਪਾਉਣੀ ਹੋਵੇ ਤੇ ਕਿਸੇ ਨਾ ਕਿਸੇ ਬੰਦੇ ਨਾਲ ਗੰਢ ਧੁੱਪ ਕਰਨੀ ਪੈਂਦੀ ਆ ਸਰਪੰਚ ਤੋਂ ਲੈ ਕੇ ਤੇ ਤਾਂ ਤੱਕ ਜਾਣਾ ਪੈਂਦਾ ਪਹਿਲਾਂ ਸਰਪੰਚ ਦੇ ਨਾਲ ਭਾਉ ਜੀ ਫਿਰ ਉਹ ਗਾਹ ਖੜਦਾ ਕਿਸੇ ਕੋਲ ਭਾਉ ਜੀ ਫਿਰ ਉਹ ਗਾਹ ਤਾਂ ਤੱਕ ਜਾਂਦੀਆਂ ਖੇਡਾਂ ਇਧਰੋਂ ਪਹਿਲਾਂ ਮਾਤਾ ਗਈ ਰਤਨ ਚੰਦ ਕੋਲ ਰਤਨ ਚੰਦ ਗਿਆ ਅਬਦੁੱਲ ਖਾਨ ਕੋਲ ਅਬਦੁੱਲ ਖਾਨ ਗਿਆ ਫਰਸ਼ੀਆ ਦੇ ਕੋਲ ਤੇ ਮਾਤਾ ਨੇ ਜਾ ਕੇ ਰੋ ਕੇ ਆਖਿਆ ਬਾਦਸ਼ਾਹ ਮੇਰਾ ਤੇ ਦੀਵਾ ਹੀ ਗੁੱਲ ਹੋ ਜਾਣਾ ਮੈਂ ਤੇ ਜਿਉਂਦੀ ਮਰ ਜਾਗੀ ਮੇਰਾ ਇੱਕੋ ਪੁੱਤ ਜਿਹੜੇ ਅਜੇ ਨੌ ਪੁੱਤ ਦੇ ਉੱਤੋਂ ਅਜੇ ਪਾਣੀ ਵਾਰ ਕੇ ਨਹੀਂ ਪੀਤਾ ਤੇਰੇ ਕਰਿੰਦੇ ਮੇਰੇ ਪੁੱਤ ਨੂੰ ਭੁਲੇਖੇ ਨਾਲ ਚੁੱਕ ਲੈ ਆਏ ਇਹਨੂੰ ਸਿੱਖ ਸਮਝ ਕੇ ਇਹਨੂੰ ਭੁਲੇਖੇ ਨਾਲ ਲੈ ਆਏ ਨੇ ਤੇ ਮੇਰਾ ਨਿਮਾਣੀ ਦਾ ਇਹ ਤਰਲਾ ਇਹਦੀ ਜਾਨ ਬਖਸ਼ ਦਿੱਤੀ ਜਾ ਫਰਸ਼ੀਆ ਬਾਦਸ਼ਾਹ ਨੇ ਇਸ ਮਾਤਾ ਦੀ ਫਰਿਆਦ ਨੂੰ ਸੁਣਿਆ ਮਾਤਾ ਦੀ ਫਰਿਆਦ ਨੂੰ ਸੁਣ ਕੇ ਤੇ ਇਹਨੇ ਆਪਣੇ ਲੈਟਰ ਪੈਡ ਤੇ ਅੱਖਰ ਪਾ ਦਿੱਤੇ ਵੀ ਇਸ ਮਾਤਾ ਦੇ ਬੱਚੇ ਦੀ ਜਾਨ ਬਖਸ਼ ਦਿੱਤੀ ਜਾਵੇ ਤੇ ਜਦੋਂ ਜਾਨ ਬਖਸ਼ੀ ਦੀ ਗੱਲ ਲਿਖੀ ਤੇ ਜਦੋਂ ਅਸੀਂ ਕੋਈ ਪ੍ਰਨੋਟ ਲਿਖਦੇ ਹਾਂ ਤੇ ਥੱਲੇ ਨੋਟਿਸ ਲਿਖਦੇ ਹਾਂ ਸਪੈਸ਼ਲ ਨੋਟ ਜਿਹੜਾ ਵੀ ਸਪੈਸ਼ਲ ਹੋਵੇ ਬਾਦਸ਼ਾਹ ਨੇ ਥੱਲੇ ਲਿਖਿਆ ਨੋਟ ਤੇ ਮੋਟੇ ਅੱਖਰਾਂ 'ਚ ਇਹ ਲਿਖਿਆ ਕਿ ਇਹਦੀ ਜਾਨ ਤਾਂ ਬਖਸ਼ੀ ਜਾਵੇ ਜੇ ਇਹ ਸਿੱਖ ਇਹ ਬੱਚਾ ਆਪਣੇ ਮੂੰਹੋਂ ਕਵੇ ਕਿ ਮੈਂ ਸਿੰਘ ਨਹੀਂ ਮਾਤਾ ਨੇ ਉਹ ਲੈਟਰ ਪੈਡ ਲਿਆ ਉਹ ਪੇਪਰ ਦਾ ਟੋਟਾ ਲਿਆ ਕੋਤਵਾਲੀ ਦੇ ਵਿੱਚ ਗਈ ਅਜੇ ਉਹ ਜਿਹੜੇ ਸਿੰਘ ਨੇ 700 ਉਹਨਾਂ ਦੀ ਨੰਬਰ ਲੱਗ ਰਿਹਾ ਵਾਰੀ ਦਰ ਵਾਰੀ ਸਿਰ ਵੱਢੇ ਜਾ ਰਹੇ ਨੇ ਮਾਤਾ ਕੋਤਵਾਲੀ ਵਿੱਚ ਗਈ ਜਾ ਕੇ ਕੀ ਵੇਖਿਆ ਇੱਕ ਜਵਾਨ ਸਿੰਘ ਜਿਹਦੀ ਧੌਣ ਨੀਵੀਂ ਕਰਾ ਕੇ ਤੇ ਲੱਕੜ ਦੇ ਗੱਡੇ ਤੇ ਧਰੀ ਆ ਇੱਧਰ ਦੂਸਰੇ ਪਾਸੇ ਜਲਾਦ ਉਹਨੇ ਆਪਣੇ ਹੱਥ ਦੇ ਵਿੱਚ ਬੇਮਿਆਨ ਤਲਵਾਰ ਜਿਹਦੀ ਧਾਰ ਤੇ ਕਿਤੇ ਵਾਲ ਵੀ ਡਿੱਗੇ ਤੇ ਦੋ ਟੋਟੇ ਹੋ ਜਾਵੇ ਅਸਮਾਨ ਵੱਲੇ ਉਹਨੇ ਤਲਵਾਰ ਨੂੰ ਖੜਿਆ ਅਜੇ ਵਾਰ ਲੱਗਾ ਕਰਨ ਉਧਰੋਂ ਦਰਵਾਜੇ ਤੋਂ ਮਾਤਾ ਆਈ ਤੇ ਮਾਤਾ ਨੇ ਧਾ ਮਾਰ ਕੇ ਆਖਿਆ ਵੇਖੀ ਜਲਾਦ ਇਹ ਕਹਿਰ ਨਾ ਕਮਾ ਦੇਵੇ ਜਲਾਦ ਦੇ ਹੱਥੋਂ ਛੁੱਟੀ ਤਲਵਾਰ ਡਿੱਗੀ ਭੋਏ ਤੇ ਇੱਕਦਮ ਚੌਕੰਨਾ ਹੋ ਕੇ ਕਹਿੰਦਾ ਬੁੱਢੜੀਏ ਤੈਨੂੰ ਇੱਧਰ ਆਉਣ ਦੀ ਇੱਧਰੋਂ ਕਾਲਜਾ ਕੱਢ ਕੇ ਬੰਦਾ ਸਿੰਘ ਦੇ ਮੂੰਹ ਪਾਇਆ ਤੇ ਜਲਾਦ ਨੇ ਸਵਾਲ ਕੀਤਾ ਕਹਿੰਦਾ ਬੰਦਾ ਸਿੰਘ ਕਿੱਦਾਂ ਦਾ ਮਹਿਸੂਸ ਹੋ ਰਿਹਾ ਕਾਲਜਾ ਮੂੰਹ ਦੇ ਵਿੱਚ ਜਬਰਨ ਤੁੰਨਿਆ ਜਾ ਰਿਹਾ ਪੁੱਤਰ ਦਾ ਕਾਲਜਾ ਤੇ ਸਵਾਲ ਕਰਦਾ ਕਹਿੰਦਾ ਕਿੱਦਾਂ ਦਾ ਮਹਿਸੂਸ ਹੋ ਰਿਹਾ ਤੇ ਚੜ੍ਹਦੀ ਕਲਾ ਦਾ ਸਿੱਖਾਂ ਦਾ ਬਾਦਸ਼ਾਹ ਕਹਿੰਦਾ ਓਦਾਂ ਦਾ ਮਹਿਸੂਸ ਹੋ ਰਿਹਾ ਜਿੱਦਾਂ ਕਿਤੇ ਜਵਾਈ ਸਹੁਰੇ ਢੁੱਕਦਾ ਤੇ ਸਹੁਰਾ ਪਰਿਵਾਰ ਮਠਿਆਈ ਨਾਲ ਮੂੰਹ ਜੂਠਾ ਕਰਾਉਂਦੇ ਆ ਏਦਾਂ ਦਾ ਮਹਿਸੂਸ ਹੋ ਰਿਹਾ ਜਲਾਦ ਨੂੰ ਲੱਗੀ ਅੱਗ ਉਹਨੇ ਹੋਰ ਗੁੱਸੇ ਵਿੱਚ ਆ ਕੇ ਸਰਦਾਰ ਅਜੈ ਸਿੰਘ ਦੇ ਲਹੂ ਵਿੱਚ ਹੱਥ ਡੋਬ ਕੇ ਬੰਦਾ ਸਿੰਘ ਬਹਾਦਰ ਦੇ ਮੁੱਖ ਤੇ ਛੱਟੇ ਮਾਰੇ ਤੇ ਕਹਿੰਦਾ ਹੁਣ ਕਿੱਦਾਂ ਦਾ ਮਹਿਸੂਸ ਹੁੰਦਾ ਜੀ ਬੰਦਾ ਸਿੰਘ ਕਹਿੰਦਾ ਹੁਣ ਏਦਾਂ ਵੀ ਤੈਂ ਰਹਿੰਦੀ ਕਸਰ ਵੀ ਕੱਢ ਦਿੱਤੀ ਜਿਵੇਂ ਸ਼ਗਨ ਲਾਉਣ ਲੱਗਿਆ ਕੇਸਰ ਛਿੜਕਿਆ ਜਾਂਦਾ ਮੈਂ ਸਮਝਾਂਗਾ ਕਿ ਹੁਣ ਕੇਸਰ ਵੀ ਛਿੜਕ ਦਿੱਤਾ ਜਲਾਦ ਹੋਰ ਆਇਆ ਰੋਹ ਵਿੱਚ ਆਇਆ ਹੋਰ ਗੁੱਸੇ ਵਿੱਚ ਹੋਰ ਚਿੜਿਆ ਹੋਰ ਅੰਦਰ ਨੂੰ ਲੱਗੀ ਅੱਗ ਬੰਦਾ ਸਿੰਘ ਬਹਾਦਰ ਦੇ ਪੁੱਤਰ ਸਰਦਾਰ ਅਜੈ ਸਿੰਘ ਦੀਆਂ ਆਂਦਰਾਂ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਦੇ ਸਾਹਮਣੇ ਉਧੇੜ ਕੇ ਇਹਦੀਆਂ ਆਂਦਰਾਂ ਦਾ ਹਾਰ ਬੰਦਾ ਸਿੰਘ ਦੇ ਗਲ ਵਿੱਚ ਪਾਇਆ ਕਹਿੰਦਾ ਬੰਦਾ ਸਿੰਘ ਹੁਣ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੱਥ ਜੁੜ ਜਾਂਦੇ ਕਹੋ ਦੇ ਕਰੀ ਸਾਰੇ ਪ੍ਰੇਮ ਨਾਲ ਧੰਨ ਬਾਬਾ ਬੰਦਾ ਸਿੰਘ ਬਹਾਦਰ ਧੰਨ ਬਾਬਾ ਬੰਦਾ ਸਿੰਘ
ਬਹਾਦਰ। ਜਦੋਂ ਗਲੇ ਦੇ ਵਿੱਚ ਅੰਦਰਾਂ ਦਾ ਹਾਰ ਪਾਇਆ, ਜਲਾਦ ਨੇ ਪੁੱਛਿਆ, ਕਹਿੰਦਾ ਕੀ ਮਹਿਸੂਸ ਹੋ ਰਿਹਾ, ਕਿੱਦਾਂ ਦੀ ਫੀਲਿੰਗ ਆ? ਤੇ ਬੰਦਾ ਸਿੰਘ ਕਹਿੰਦਾ ਏਦਾਂ ਦੀ ਫੀਲਿੰਗ ਆ ਜਿਵੇਂ ਕੋਈ ਹਰਿਆ ਹੋਇਆ ਬਾਦਸ਼ਾਹ ਜਿੱਤੇ ਹੋਏ ਬਾਦਸ਼ਾਹ ਦੇ ਗਲ ਵਿੱਚ ਫੁੱਲਾਂ ਦਾ ਹਾਰ ਪਾਉਂਦਾ। ਮੈਂ ਸਮਝਾਂਗਾ ਕਿ ਦੋ ਬਾਦਸ਼ਾਹ ਲੜ ਰਹੇ ਸਨ, ਉਹ ਤੂੰ ਆ ਜਬਰ ਦਾ ਬਾਦਸ਼ਾਹ, ਮੈਂ ਆ ਸਬਰ ਦਾ ਬਾਦਸ਼ਾਹ। ਮੈਂ ਸਮਝਾਂਗਾ ਕਿ ਜਬਰ ਦਾ ਬਾਦਸ਼ਾਹ ਹਾਰ ਗਿਆ, ਸਬਰ ਦਾ ਬਾਦਸ਼ਾਹ ਬੰਦਾ ਸਿੰਘ ਬਹਾਦਰ ਜਿੱਤ ਗਿਆ। ਮੈਂ ਸਮਝਾਂਗਾ ਹਰੇ ਹੋਏ ਬਾਦਸ਼ਾਹ ਨੇ ਜਿੱਤੇ ਹੋਏ ਬਾਦਸ਼ਾਹ ਦੇ ਗਲ ਦੇ ਵਿੱਚ ਫੁੱਲਾਂ ਦਾ ਹਾਰ। ਬੰਦਾ ਸਿੰਘ ਬਹਾਦਰ ਦੇ ਸਾਹਮਣੇ ਬਹਿ ਕੇ ਇਹ ਗੱਲ ਕੀਤੀ, ਕਹਿਣ ਲੱਗਾ ਸੁਣੋ ਬੰਦਾ ਸਿੰਘ, ਮੈਂ ਤੇਰੇ ਨਾਲ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਚਾਹੁੰਦਾ, ਮੈਂ ਤੈਨੂੰ ਕੇਵਲ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਬੰਦਾ ਸਿੰਘ ਤੂੰ ਇਹ ਦੱਸ ਕੇ ਕਿਹੜੀ ਮੌਤੇ ਮਰਨਾ ਚਾਹੁੰਦਾ, ਮੈਂ ਤੇਰੇ ਵਾਸਤੇ ਸ਼ਾਇਦ ਕੁਝ ਰਾਹਤ ਕਰ ਸਕਾਂ, ਸ਼ਾਇਦ ਮੈਂ ਤੇਰੇ ਵਾਸਤੇ ਕੁਝ ਢਿੱਲ ਕਰ ਸਕਾਂ, ਪਰ ਮੈਂ ਤੈਨੂੰ ਪੁੱਛਣਾ ਚਾਹੁੰਦਾ ਬੰਦਾ ਸਿੰਘ ਕਿਹੜੀ ਮੌਤੇ ਮਰਨਾ ਚਾਹੁੰਦਾ। ਤੇ ਬੰਦਾ ਸਿੰਘ ਸੀ ਮਰਦ, ਬੰਦਾ ਸਿੰਘ ਨੇ ਅੱਗੋਂ ਜਵਾਬ ਦਿੱਤਾ, ਕਹਿੰਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਹਿੰਦੇ ਕਿਆ ਜਾਣਾ ਕਿਵ ਮਰਹੇਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਕਿਵੇਂ ਦੀ ਆਉਣੀ, ਕਿੱਦਾਂ ਆਉਣੀ ਆ। ਪਰ ਜਲਾਦਾ ਦੇ ਮੇਰੇ ਮੂੰਹੋਂ ਸੋਨਾ ਚਾਹੁੰਦਾ, ਮੈਂ ਤੇ ਕੇਵਲ ਇੰਨਾ ਕਹਾਂਗਾ ਮੈਨੂੰ ਉਸ ਮੌਤੇ ਮਾਰੀ ਜਿਹੜੀ ਮੌਤੇ ਤੂੰ ਮਰਨਾ ਚਾਹੁੰਦਾ। ਤੇ ਹੋਇਆ ਵੀ ਏਦਾਂ, ਬੰਦਾ ਸਿੰਘ ਬਹਾਦਰ ਨੂੰ ਜਿਵੇਂ ਸ਼ਹੀਦ ਕੀਤਾ ਸੀ, ਉਵੇਂ ਹੀ ਉਹ ਜਿਹੜਾ ਜਲਾਦ ਫਰਖਸ਼ਿਆਰ ਬਾਦਸ਼ਾਹ ਵੀ ਇਨ ਬਿਨ ਇਸੇ ਤਰ੍ਹਾਂ ਮਰਿਆ। ਹੁਣ ਕੌਮ ਦਾ ਪਹਿਲਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਪਾਸੇ ਲਿਜਾ ਕੇ ਵਾਰੋ ਵਾਰੀ ਕਰਕੇ ਬੰਦਾ ਸਿੰਘ ਬਹਾਦਰ ਦੇ ਦੋਵੇਂ ਹੱਥ ਵੱਢ ਦਿੱਤੇ ਗਏ। ਪਹਿਲਾਂ ਬੈਂਤ ਮਾਰ ਮਾਰ ਕੇ ਹੱਡੀਆਂ ਸਾਰੀਆਂ ਤੋੜੀਆਂ, ਦੋਵੇਂ ਹੱਥ ਵੱਢ ਦਿੱਤੇ ਗਏ, ਦੋਵੇਂ ਪੈਰ ਵੱਢ ਦਿੱਤੇ ਗਏ, ਗਰਮ ਸੀਖਾਂ ਸਲਾਈਆਂ ਦੇ ਨਾਲ ਦੋਵੇਂ ਅੱਖਾਂ ਕੱਢ ਦਿੱਤੀਆਂ ਗਈਆਂ ਛੁਰੀਆਂ ਮਾਰ ਕੇ। ਬੇਅੰਤ ਤਸੀਹੇ ਦੇ ਕੇ ਇਸ ਮਰਦ ਨੂੰ ਆਪਣੀ ਵੱਲੋਂ ਡੁਲਾਉਣ ਵਾਲਾ ਬਾਦਸ਼ਾਹ ਫਰਖਸ਼ਿਆਰ ਇਸ ਮਰਦ ਨੂੰ ਡੁਲਾ ਨਹੀਂ ਸਕਿਆ, ਜਿਹੜੇ ਤਸੀਹੇ ਕੌਮ ਦੇ ਬਾਦਸ਼ਾਹ ਨੂੰ ਦਿੱਤੇ। ਤਸੀਹੇ ਦੇ ਕੇ ਵੀ ਕੌਮ ਦੇ ਪਹਿਲੇ ਬਾਦਸ਼ਾਹ ਨੂੰ ਕਦੇ ਨਾ ਡੁਲਾ ਸਕਣ ਵਾਲਾ ਬਾਦਸ਼ਾਹ ਕਿਵੇਂ ਵਰਤਾਰਾ ਵਰਤਿਆ, ਕਿਹੜੇ ਕਿਹੜੇ ਤਸੀਹੇ ਕੌਮ ਦੇ ਬਾਦਸ਼ਾਹ ਨੂੰ ਦਿੱਤੇ, ਉਸ ਸਮੇਂ ਦਾ ਸਮੁੱਚਾ ਵੇਰਵਾ ਗਿਆਨੀ ਗੁਰ ਕੀਰਤ ਸਿੰਘ ਐਮ ਏ ਦੇ ਸਾਥੀਆਂ ਪਾਸੋਂ। ਜਾਲਮ ਗੁਜ਼ਾਰਦੇ ਕਿਵੇਂ ਜਾਲਮ ਗੁਜ਼ਾਰਦੇ, ਸ਼ਹੀਦ ਕੀਤੇ ਸਾਥੀ ਸਰਦਾਰ ਦੇ, ਸ਼ਹੀਦ ਕੀਤੇ ਸਾਥੀ ਸਰਦਾਰ ਦੇ, ਪੋਤੀ ਉਹਦਾ ਗੋਦ ਵਿੱਚ ਮਾਰਿਆ, ਮੁਗਲਾਂ ਨੇ ਜ਼ੋਰ ਲਾ ਲਿਆ, ਬੰਦਾ ਸਿੰਘ ਨਾ ਸਿੱਧ ਤੋਂ ਹਾਰਿਆ, ਮੁਗਲਾਂ ਨੇ ਜ਼ੋਰ ਲਾ ਲਿਆ, ਬੰਦਾ ਸਿੰਘ ਬਹਿ ਗਿਆ ਚੌਂਕੜਾ, ਬੰਦਾ ਸਿੰਘ ਨਾ, ਬੰਦਾ ਸਿੰਘ ਨਾ ਸਿੱਧਿਕ ਤੋਂ ਹਾਰਿਆ, ਮੁਗਲਾਂ ਨੇ ਜ਼ੋਰ ਲਾ ਲਿਆ, ਰਾਹ ਚੁਣਿਆ ਮੈਂ ਜੀਤ ਤੇ ਜੁਝਾਰਦਾ, ਰਾਹ ਚੁਣਿਆ ਮੈਂ ਜੀਤ ਤੇ ਜੁਝਾਰਦਾ,
ਜੀਤ ਤੇ ਜਜਾਰਦਾ ਪਿਤਾ ਅੰਮ੍ਰਿਤ ਪਹਿਲਾਂ ਖੰਡੇ ਧਾਰਦਾ ਮੁਗਲਾਂ ਨੇ ਜ਼ੋਰ ਲਾ ਲਿਆ ਸਿੱਧ
ਬੰਦਾ ਸਿੰਘ ਨਾ ਸਿਦਕ ਤੋਂ ਹਾਰਿਆ ਮੁਗਲਾਂ ਨੇ ਜ਼ੋਰ ਲਾ ਲਿਆ ਧੰਨ ਧੰਨ ਬੰਦਾ ਸਿੰਘ ਦੀ ਕਮਾਈ ਏ ਧੰਨ ਧੰਨ ਬੰਦਾ ਸਿੰਘ ਦੀ ਕਮਾਈ ਏ ਬੰਦਾ ਸਿੰਘ ਬਹਾਦਰ ਨੂੰ ਡੁਲਾ ਨਹੀਂ ਸਕੇ। ਇਹ ਤਸੀਹੇ ਦੇ ਰਹੇ ਨੇ ਸਰੀਰਕ ਤੇ ਸਰੀਰ ਦਾ ਤੇ ਮਨ ਦਾ ਫਰਕ ਬੜਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵਚਨ, ਮਨ ਨਾ ਡਿਗੈ ਤਨ ਕਾਹੇ ਕੋ ਡਰਾਏ। ਤੇ ਬਾਬਾ ਜੀ ਬਾਬਾ ਜਰਨੈਲ ਸਿੰਘ ਸਾਹਿਬ ਜੀ ਭਿੰਡਰਾਂ ਵਾਲੇ, ਉਹਨਾਂ ਦਾ ਵੀ ਵਚਨ, ਮੈਂ ਸਰੀਰ ਦੀ ਮੌਤ ਨੂੰ ਮੌਤ ਨਹੀਂ ਗਿਣਦਾ, ਮੈਂ ਜ਼ਮੀਰ ਦੀ ਮੌਤ ਨੂੰ ਮੌਤ ਗਿਣਦਾ। ਅੰਗਰੇਜ਼ੀ ਦਾ ਇੱਕ ਥੌਟ ਆ, ਉਹ ਜ਼ਿਕਰ ਕਰਦਾ, ਕਹਿੰਦਾ ਡਿਪੈਂਡ ਕਰਦਾ ਕਿ ਤੁਹਾਡੇ ਵਿਚਾਰਾਂ ਦੀ ਗੁਣਵੱਤਾ ਕਿਵੇਂ ਦੀ ਆ। ਦੋ ਚੀਜ਼ਾਂ ਹੁੰਦੀਆਂ, ਕੁਆਲਿਟੀ ਤੇ ਕੁਆਂਟਿਟੀ। ਕੁਆਂਟਿਟੀ ਮੈਟਰ ਨਹੀਂ ਕਰਦਾ, ਕੁਆਲਿਟੀ ਮੈਟਰ ਕਰਦੀ ਆ ਕਿ ਤੁਹਾਡੀ ਕੋਈ ਵੀ ਵਸਤੂ ਉਹਦੀ ਕੁਆਂਟਿਟੀ ਕਿਵੇਂ ਜ਼ਿਆਦੀ ਆ ਥੋੜ੍ਹੀ ਆ, ਇਹ ਨਹੀਂ, ਉਹਦੀ ਕੁਆਲਿਟੀ ਕਿਵੇਂ ਦੀ ਆ, ਉਹਦੀ ਗੁਣਵੱਤਾ ਕਿਵੇਂ ਦੀ ਆ। ਤੇ ਅੰਗਰੇਜ਼ੀ ਦਾ ਰਾਈਟਰ ਇੱਕ ਥੌਟ ਦੇ ਅੰਦਰ ਜ਼ਿਕਰ ਕਰਦਾ, ਕਹਿੰਦਾ ਮੈਂ ਸਮਝਦਾ ਕਿ ਤੁਹਾਡੇ ਸਾਰੇ ਜੀਵਨ ਦੀ ਜਿਹੜੀ ਖੁਸ਼ੀ ਆ ਉਹ ਤੁਹਾਡੇ ਵਿਚਾਰਾਂ ਤੇ ਟਿੱਕੀ ਹੋਈ ਆ। ਜੇ ਵਿਚਾਰ ਤੁਹਾਡੇ ਨਿੱਗਰ ਨੇ ਤੁਹਾਡੀ ਖੁਸ਼ੀ ਨਿੱਗਰ, ਜੇ ਤੁਹਾਡੇ ਵਿਚਾਰ ਹਲਕੇ ਨੇ ਉਹ ਕਹਿੰਦਾ ਤੁਹਾਡੀ ਖੁਸ਼ੀ ਹਲਕੀ। ਅੰਗਰੇਜ਼ੀ ਦਾ ਥੌਟ ਉਹ ਕਹਿੰਦਾ ਦੀ ਹੈਪੀਨੈਸ ਆਫ ਯੋਰ ਲਾਈਫ ਡਿਪੈਂਡਸ ਅਪੋਨ ਦੀ ਕੁਆਲਿਟੀ ਆਫ ਯੋਰ ਥੌਟਸ। ਕਹਿੰਦਾ ਵਿਚਾਰਾਂ ਤੁਹਾਡੇ ਤੇ ਡਿਪੈਂਡ ਕਰਦਾ ਤੁਹਾਡੇ ਵਿਚਾਰ ਕਿੱਦਾਂ ਦੇ ਨੇ। ਸੋ ਹੁਣ ਕੌਮ ਦੇ ਪਹਿਲੇ ਬਾਦਸ਼ਾਹ ਦੇ ਜਿਹੜੇ ਵਿਚਾਰ ਨੇ ਉਹ ਬੜੇ ਚੜ੍ਹਦੀ ਕਲਾ ਵਾਲੇ ਨੇ ਤੇ ਇਸ ਮਰਦ ਨੂੰ ਡੁਲਾ ਨਹੀਂ ਸਕੇ। ਭਾਵੇਂ ਕਿ ਬੰਦਾ ਸਿੰਘ ਬਹਾਦਰ ਦੀਆਂ ਦੋਵੇਂ ਅੱਖਾਂ ਹੀ ਕੱਢ ਦਿੱਤੀਆਂ, ਦੋਵੇਂ ਹੱਥ ਵੱਢ ਦਿੱਤੇ ਨੇ, ਦੋਵੇਂ ਪੈਰ ਵੱਢ ਦਿੱਤੇ ਨੇ, ਪੌਣੇ 4 ਸਾਲ ਦੇ ਪੁੱਤਰ ਸਰਦਾਰ ਅਜੈ ਸਿੰਘ ਦਾ ਕਾਲਜਾ ਬੰਦਾ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਕੱਢ ਦਿੱਤਾ, ਪਰ ਮਰਦ ਜਿਉਂ ਦੀ ਤਿਉਂ ਡਟਿਆ ਹੋਇਆ। ਇਸ ਮਰਦ ਦੀ ਸ਼ਹਾਦਤ 19 ਜੂਨ 1716 ਈਸਵੀ ਨੂੰ ਦਿੱਲੀ ਦੇ ਕੁਤਬ ਮੀਨਾਰ ਦੇ ਕੋਲ ਕਰ ਦਿੱਤੀ ਗਈ। ਇਹ ਪ੍ਰਸੰਗ ਆਪ ਜੀ ਸਰਵਣ ਕਰ ਰਹੇ। ਸੋ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦਾ ਤੇ ਮੈਨੂੰ ਹੁਣ ਵਿਸ਼ੇਸ਼ ਹੁਕਮ ਹੋਇਆ ਪ੍ਰਬੰਧਕ ਕਮੇਟੀ ਵੱਲੋਂ ਵੀ ਇੱਕ ਕਵਿਤਾ 10ਵੇਂ ਮਹਾਰਾਜ ਧੰਨ ਗੁਰੂ ਕਲਗੀਧਰ ਸਤਿਗੁਰੂ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ, ਇਹ ਜਿਹੜੀ ਕਵਿਤਾ ਵਿਸ਼ੇਸ਼ ਹੁਕਮ ਹੋਇਆ ਧੰਨ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀ ਪਟਨਾ ਸਾਹਿਬ ਦੀ ਧਰਤ, ਦੋਵੇਂ ਹੱਥ ਜੋੜ ਕੇ ਝੁਕਾਓ ਸੀਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਅਦਭੁਤ ਸਹਿਤ ਆਖੋ ਜੀ ਉਹ ਸਤਨਾਮ ਸ੍ਰੀ ਵਾਹਿਗੁਰੂ। ਮੈਂ ਜ਼ਿਕਰ ਕਰ ਰਿਹਾ ਸੀ ਵਿਸ਼ੇਸ਼ ਹੁਕਮ, ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਪਟਨਾ ਸਾਹਿਬ ਦੀ ਧਰਤ ਤੇ ਮੌਜੂਦ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸਰੀਰਕ ਆਲਬਲਾ ਕੋਈ ਬਹੁਤੀ ਜ਼ਿਆਦਾ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਜੀ 45 ਸਾਲਾਂ ਦੀ ਉਮਰ
ਤੇ ਜਦੋਂ ਕਿਤੇ ਪਟਨੇ ਦੀਆਂ ਗਲੀਆਂ ਦੇ ਵਿੱਚ ਟਹਿਲਦੇ ਨੇ, ਜਿਹੜਾ ਵੀ ਕੋਈ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਦੇ ਦੀਦਾਰ ਕਰਦਾ, ਉਹਦਾ ਚਿੰਤ ਕਰਦਾ, ਇਸ ਸੂਰਤ ਦੇ ਅੱਖਾਂ ਗੱਡ ਕੇ ਦਰਸ਼ਨ ਦੀਦਾਰ ਕਰੀ ਜਾਵਾਂ, ਐ ਰੱਜ ਰੱਜ ਕੇ ਦਰਸ਼ਨ ਕਰਾਂ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਚੋਜ ਵਰਤਾਏ ਪਟਨਾ ਸਾਹਿਬ ਦੀ ਧਰਤ ਤੇ ਰਹਿ ਕੇ। ਮਹਾਰਾਜ ਜੀ ਕਿਧਰੇ ਕੰਗਣ ਵਾਲਾ ਚੋਜ ਵਰਤਾਉਂਦੇ ਨੇ ਕੰਗਣ ਗੰਗਾ ਚ ਸਿੱਟਣਾ, ਕਿਧਰੇ ਮਹਾਰਾਜ ਮੁਟਿਆਰਾਂ ਦੇ ਜਿਹੜੇ ਘੜੇ ਉਹਨਾਂ ਨੂੰ ਭੰਨਣ ਦੇ ਚੋਜ ਕਰਦੇ ਨੇ, ਤੇ ਕਿਧਰੇ ਕਿਧਰੇ ਉੱਥੋਂ ਦੇ ਰਾਜਾ ਰਾਜਾ ਫਤਿਹ ਚੰਦ ਤੇ ਇਹਦੀ ਰਾਣੀ ਰਾਣੀ ਬਸ਼ੰਬਰਾ ਦੇਵੀ, ਇਹਦੀ ਜਿਹੜੀ ਰਾਣੀ ਬਸ਼ੰਬਰਾ ਦੇਵੀ ਜਿਹਦਾ ਛੋਟੇ ਲਫਜ਼ਾਂ 'ਚ ਅਸੀਂ ਨਾਮ ਸੁਣਦੇ ਹਾਂ ਰਾਣੀ ਮੈਣੀ। ਵੈਸੇ ਇਹ ਜਿਹੜਾ ਨਾਮ ਆ ਰਾਣੀ ਮੈਣੀ, ਉਹ ਨਾਮ ਨਹੀਂ ਰਾਣੀ ਮੈਣੀ, ਜਿਵੇਂ ਅਸੀਂ ਨਾਮ ਦੇ ਪਿੱਛੇ ਤਖੱਲਸ ਲਾਉਂਦੇ ਹਾਂ, ਕੋਈ ਸੰਧੂ ਲਾ ਲੈਂਦਾ, ਕੋਈ ਸਿੱਧੂ, ਜਿਵੇਂ ਦਾਸ ਮਗਰ ਐਮ ਏ ਪੜ੍ਹਾਈ ਦੀ ਖੇਡਾਂ। ਇਸੇ ਤਰ੍ਹਾਂ ਜਿਹੜਾ ਰਾਜਾ ਫਤਿਹ ਚਾਹੁੰਦੇ ਆ, ਇਹਦੀ ਜਿਹੜੀ ਗੋਦ ਉਹ ਆ ਮੈਣੀ, ਤੇ ਇਸ ਕਰਕੇ ਇਹਦੀ ਰਾਣੀ ਨੂੰ ਨਿੱਕ ਨੇਮ ਕਿਹਾ ਜਾਂਦਾ ਰਾਣੀ ਮੈਣੀ। ਵੈਸੇ ਇਹਦਾ ਨਾਮ ਆ ਰਾਣੀ ਬਸ਼ੰਬਰਾ ਦੇਵੀ। ਹੁਣ ਇਹ ਰਾਣੀ, ਕਿਉਂਕਿ ਇਹਦੇ ਘਰ ਔਲਾਦ ਕੋਈ ਨਹੀਂ, ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ, ਧਨ ਪਦਾਰਥ ਦਾ ਕੋਈ ਘਾਟਾ ਨਹੀਂ, ਮਾਲ ਅਸਬਾਬ ਦਾ ਕੋਈ ਘਾਟਾ ਨਹੀਂ, ਗਹਿਣੇ ਆਦਿਕ ਦਾ ਕੋਈ ਘਾਟਾ ਨਹੀਂ, ਜੇ ਘਾਟ ਹੈ ਉਹ ਕੇਵਲ ਤੇ ਕੇਵਲ ਪੁੱਤਰ ਦੀ ਲਾਲਸਾ। ਹੁਣ ਜਦੋਂ ਕਿਤੇ ਰਾਣੀ ਮੈਣੀ ਇਹ ਕਿਤੇ ਬਾਲਾ ਪ੍ਰੀਤਮ ਨੂੰ ਤੱਕਦੀ ਆ, ਤੇ ਇਹਦੇ ਮਨ ਦੇ ਅੰਦਰ ਇੱਕ ਖਿਆਲ ਪੈਦਾ ਹੁੰਦਾ ਕਿ ਇਹ ਜਿਹੜਾ ਚਿਹਰਾ ਆ ਇਹ ਅਟਰੈਕਟ ਕਰਦਾ। ਸਮ ਟਾਈਮ ਤੁਹਾਡੇ ਤੇ ਮੇਰੇ ਨਾਲ ਵੀ ਕਦੇ ਏਦਾਂ ਹੋਇਆ ਹੋਵੇਗਾ, ਕੋਈ ਚਿਹਰਾ ਤੁਹਾਡਾ ਵਾਰ ਵਾਰ ਉਹਨੂੰ ਵੇਖਣ ਨੂੰ ਦਿਲ ਕਰੇਗਾ ਵੀ ਹਾਂ ਇਹਦਾ ਚਿਹਰਾ ਕਿਸੇ ਨਾਲ ਮਿਲਦਾ, ਕਿਸੇ ਦੀ ਯਾਦ ਦਿਵਾਉਂਦਾ ਹੋਵੇਗਾ। ਤੇ ਮੈਂ ਬੇਨਤੀ ਕਰਾਂ, ਰਾਣੀ ਮੈਣੀ ਦੇ ਅੰਦਰ ਦੇ ਤਿੰਨ ਫੁਰਨੇ ਬਣੇ, ਤਿੰਨ ਫੁਰਨੇ। ਸਭ ਤੋਂ ਪਹਿਲਾ ਫੁਰਨਾ ਰਾਣੀ ਮੈਣੀ ਦਾ ਇਹ ਬਣਿਆ ਕਿ ਮੇਰੀ ਔਲਾਦ ਹੋਵੇ, ਮੇਰਾ ਪੁੱਤ ਹੋਵੇ। ਦੂਸਰਾ ਫੁਰਨਾ ਇਹ ਬਣਿਆ ਕਿ ਮੇਰਾ ਪੁੱਤ ਹੋਵੇ ਤੇ ਗੋਬਿੰਦ ਰਾਏ ਵਰਗਾ ਹੋਵੇ। ਤੀਸਰਾ ਫੁਰਨਾ ਇਹ ਬਣਿਆ ਮੇਰਾ ਪੁੱਤ ਹੋਵੇ, ਗੋਬਿੰਦ ਰਾਏ ਵਰਗਾ ਨਹੀਂ, ਗੋਬਿੰਦ ਰਾਏ ਮੇਰਾ ਪੁੱਤ ਹੋਵੇ। ਇਹ ਭਾਵਨਾ ਬਣੀ। ਹੁਣ ਰਾਣੀ ਮੈਣੀ ਜਦੋਂ ਕਿਤੇ ਆਪਣੇ ਮਹਿਲ ਦੀ ਤਾਕੀ ਖੋਲਦੀ ਆ, ਤੇ ਛੋਟੀਆਂ ਫੌਜਾਂ ਦਾ ਮਾਲਕ ਗੋਬਿੰਦ ਰਾਏ ਆਪਣੀਆਂ ਨਿੱਕੀਆਂ ਨਿੱਕੀਆਂ ਫੌਜਾਂ ਨੂੰ ਨਾਲ ਲੈ ਕੇ ਜਦੋਂ ਕਿਤੇ ਉਸ ਵੀ ਵਿੱਚ ਦੀ ਉਸ ਗਲੀ ਵਿੱਚ ਦੀ ਲੰਘਦੇ ਨੇ, ਤੇ ਰਾਣੀ ਦੇ ਅੰਦਰ ਦਾ ਫੁਰਨਾ ਬਣਦਾ ਕਿਤੇ ਮਹਾਰਾਜ ਕਰੋ ਹਾਂ ਕਿਰਪਾ ਸੱਚੇ ਪਾਤਸ਼ਾਹ, ਕਿਤੇ ਇਸ ਨਿਮਾਣੀ ਦੇ ਕੁੱਲੀ ਨੂੰ ਭਾਗ ਲਾਓ, ਕਿਤੇ ਮਹਾਰਾਜ ਮੇਰੀ ਗੋਦੀ ਵਿੱਚ ਬਹਿ ਕੇ ਆਪਣੀਆਂ ਨਿੱਕੀਆਂ ਨਿੱਕੀਆਂ ਬਾਹਾਂ ਮੇਰੇ ਗਲੇ ਦੇ ਵਿੱਚ ਪਾ ਕੇ ਉਹਨਾਂ ਬਾਹਾਂ ਦਾ ਮਾਰ ਕੇ ਤਾਲਾ ਦੇ ਕਿਤੇ ਮਾਂ ਕਹਿ ਕੇ ਸੰਬੋਧਨ ਕਰੇ। ਇਹ ਰਾਣੀ ਮੈਣੀ ਦੇ ਅੰਦਰ ਦੀ ਵੇਦਨਾ, ਇਹ ਉਹ ਮਾਂ ਅੰਦਰ ਦਾ ਫੁਰਨਾ ਬਣਾ ਲਈ ਜਿਹਨੇ ਮਾਂ ਲਫ਼ਜ਼ ਅੱਜ ਤੱਕ ਕਦੇ ਸੁਣਿਆ ਹੀ ਨਹੀਂ। ਅੰਦਰ ਦਾ ਬਣਾ ਕੇ ਫੁਰਨਾ ਨੇਤਰ ਕਰਕੇ ਬੰਦ, ਜਿਵੇਂ ਧੰਨ ਗੁਰੂ ਕਲਗੀਧਰ ਗੋਬਿੰਦ ਰਾਏ ਮਹਾਰਾਜ ਜੀ ਨੂੰ ਯਾਦ ਕਰ ਰਹੀ ਆ, ਉਸ ਸਮੇਂ ਦਾ ਸੀਨ ਮਹਾਨ ਲਿਖਾਰੀ ਮਹਾਨ ਕਵੀਸ਼ਰ ਗਿਆਨੀ ਬਲਦੇਵ ਸਿੰਘ ਜੀ ਬੈਂਕਾ ਸਾਹਿਬ ਦੀ ਲਿਖਤ ਬੜੇ ਪ੍ਰੇਮ ਦੇ ਨਾਲ ਸਰਵਣ ਕਰੋ। ਉਸ ਕਵਿਤਾ ਦਾ ਟਾਈਟਲ ਸੋਹਣੀ ਜਿਹੀ ਸੂਰਤ ਵਾਲਿਆ, ਮਾਂ ਕਹਿ ਕੇ ਹਿਰਦਾ ਠਾਰ ਜਾ। ਵੇ ਮੈਂ ਰਹਿਮਤ ਵਾਰਿਆ ਖੱਪ ਲਥੀ, ਤੱਤੜੀ ਦੇ ਐਸੇ ਪਾਗਨੇ ਨਾ ਮਿਟ
ਨਾ ਮਿਟ ਸਕੇ ਨਾ ਆਸ ਹੈ ਲਾ ਕੇ ਹੱਥ ਸੋਹਣਿਆ ਤਾਰ ਜਾ ਸੋਹਣੀ ਜਿਹੀ ਸੂਰਤ ਵਾਲਿਆ ਮਾਂ ਕਹਿ ਕਿਹਰਦਾ ਠਾਰ ਜਾ ਸੋਹਣੀ ਜਿਹੀ ਸੂਰਤ ਵਾਲਿਆ ਜਿਸ ਮਾਂ ਦੀ ਖਾਲੀ ਗੋਦ ਹੈ ਤਿਸ ਤੋਂ ਕੋਈ ਵੱਡਾ ਦੁੱਖ ਨਹੀਂ ਜਿਸ ਮਾਂ ਦੀ ਖਾਲੀ ਗੋਦ ਹੈ ਗੇੜਾ ਮਕਾ ਦੇ ਜ
ਜਨਮ ਦਾ ਰਹਿਮਤ ਦੀਆਂ ਫੂਕਾਂ ਮਾਰ ਜਾ ਸੋਹਣੀ ਜਿਹੀ ਸੂਰਤ ਵਾਲਿਆ ਮਾਂ ਕਹਿ ਕੇ ਹਿਰਦਾ ਠਾਰ ਜਾ ਸੋਹਣੀ ਜਿਹੀ ਸੂਰਤ ਵਾਲਿਆ ਸਿਮਰਤ ਵੇਦਾ ਪੁਕਾਰਦਾ ਪੇਵੇ ਕੋਈ ਭਰਦਾ ਪਿੰਡ ਨਾ ਗੰਗ ਹੱਡੀਆਂ ਤਾਰਦਾ ਪੇਵੇ ਕੋਈ ਭਰਦਾ ਪਿੰਡ ਨਾ ਸਦੀਆਂ ਦੀ ਸੁੱਕੀ ਤਰਦ ਤੇ ਵਰਦਾ ਮੋੜੇ ਤਾਰ ਜਾ ਸੋਹਣੀ ਜਿਹੀ ਸੂਰਤ ਵਾਲਿਆ ਮਾਂ ਕਹਿ ਕੇ ਹਿਰਦਾ ਠਾਰ ਜਾ ਸੋਹਣੀ ਜਿਹੀ ਸੂਰਤ ਵਾਲਿਆ ਮਹਿਲਾਂ ਵਿੱਚ ਮੇਰੇ ਪਾਉਣ ਨਾ ਹੱਲਿਆ ਵਾਂਗਰਾਂ ਲਾ ਚਰਨਾ ਨਾ ਟਨਕਾਰ ਜਾ ਸੋਹਣੀ ਜੇ ਸੂਰਤ ਵਾਲਿਆ ਮਾਂ ਕਹਿ ਕੇ ਹਿਰਦਾ ਠਾਰ ਜਾ ਸੋਹਣੀ ਜੇ ਸੂਰਤ ਵਾਲਿਆ ਹਾਂ ਚੱਖ ਜਾਏ ਜੇ ਮੇਰੀਆਂ ਕੁੰਗਣੀਆਂ ਸਰੀਰ ਤੇ ਮੇਰੀ ਗੋਦੀ ਦੇ ਵਿੱਚ ਬੈਠ ਕੇ ਤੇ ਬੁੱਢੜੀ ਨੂੰ ਕਰ ਮਟਿਆਰ ਜਾ ਬੇਟਾ ਮਟਿਆਰ ਜਾ ਸੋਹਣੀ ਜਿਹੀ ਸੂਰਤ ਵਾਲਿਆ
ਗੋਦੀ ਦੇ ਵਿੱਚ ਬੈਠ ਕੇ ਗਲ ਬਾਹਾਂ ਪਾ ਕੇ ਹਾਂ ਕਹੋ ਮੈਂ ਆਖਾਂ ਗੋਬਿੰਦ ਪੁੱਤ ਹੈ ਜਗ ਸਾਵੇਂ ਬੱਚਿਆ ਮਾਂ ਕਹੋ ਮੈਂ ਆਖਾਂ ਗੋਬਿੰਦ ਪੁੱਤ ਹੈ ਤੂੰ ਸਰੂਪ ਦਿਖਾ ਕਰਤਾਰ ਜਾ ਸੋਹਣੀ ਜਿਹੀ ਸੂਰਤ ਵਾਲਿਆ ਮਾਂ ਕਹਿ ਕੇ ਹਿਰਦਾ ਠਾਰ ਜਾ ਸੋਹਣੀ ਜਿਹੀ ਸੂਰਤ ਵਾਲਿਆ ਨਾਲ ਹੁਸਨ ਦੇ ਡੱਕ ਡੱਕ ਭਰੀਆਂ ਸ਼ਾਹੀ ਘਰੀ ਵਿਆਹੀਆਂ ਭਰੀਆਂ ਪਹਿਨਣ ਪੱਟ ਹੰਡਾਵਣ ਜਰੀਆਂ ਐ ਪਰ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇਕਰ ਗੋਦੀ ਵਿੱਚ ਲਾਲ ਨਾ ਹੋਵੇ। ਇਹਦੇ ਅੰਦਰ ਦੀ ਘਾਟ ਸੀ ਜਦੋਂ ਯਾਦ ਕੀਤਾ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਹਾਣੀਆਂ ਨਾਲ ਆਏ ਰਾਣੀ ਬਸ਼ੰਭਰਾ ਦੇਵੀ ਨੇ ਨੇਤਰ ਬੰਦ ਕੀਤੇ ਨੇ ਤੇ ਯਾਦ ਕਰ ਰਹੀ ਆ ਮਹਾਰਾਜ ਸੱਚੇ ਪਾਤਸ਼ਾਹ ਗੋਦੀ ਚ ਬੈਠੇ ਨਿੱਕੀਆਂ ਨਿੱਕੀਆਂ ਬਾਹਾਂ ਮਾਂ ਦੇ ਗਲੇ ਚ ਪਾ ਕੇ ਕਹਿੰਦੇ ਮਾਂ ਅਸੀਂ ਆ ਗਏ ਤੇ ਮਾਂ ਨੂੰ ਯਕੀਨ ਨਹੀਂ ਆਉਂਦਾ ਕਿਉਂਕਿ ਇਹ ਲਫ਼ਜ਼ ਕਦੇ ਸੁਣਿਆ ਹੀ ਨਹੀਂ ਸੀ ਤੇ ਜਿਵੇਂ ਅਸੀਂ ਕਈ ਵਾਰੀ ਸੋਚਦੇ ਹਾਂ ਨਾ ਵੀ ਇਹ ਕਿਤੇ ਸੁਪਨਾ ਤੇ ਨਹੀਂ ਤੇ ਰਾਣੀ ਬਸ਼ੰਭਰਾ ਰਾਣੀ ਮੈਣੀ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੂੰ ਏਦਾਂ ਮਾੜਾ ਜਿਹਾ ਪਛਾਣ ਨੂੰ ਕਰਕੇ ਕਹਿੰਦੀ ਪੁੱਤ ਜੀ ਇੱਕ ਵਾਰੀ ਫਿਰ ਕਹੋ ਤੇ ਮਾਂ ਮਹਾਰਾਜ ਸੱਚੇ ਪਾਤਸ਼ਾਹ ਫਿਰ ਕਹਿੰਦੇ ਮਾਂ ਅਸੀਂ ਆ ਗਏ ਰਾਣੀ ਫਿਰ ਪਛਾਣ ਨੂੰ ਕਰਦੀ ਆ ਕਹਿੰਦੀ ਇੱਕ ਵਾਰੀ ਫਿਰ ਕਹੋ ਤਿੰਨ ਵਾਰੀ ਅਖਵਾਇਆ ਪੁੱਤ ਜੀ ਇੱਕ ਵਾਰੀ ਮਾਂ ਕਹੋ ਮਹਾਰਾਜ ਸੱਚੇ ਪਾਤਸ਼ਾਹ ਤਿੰਨ ਵਾਰੀ ਮਾਂ ਕਹਿ ਦਿੱਤਾ ਤੇ ਰਾਣੀ ਮੈਣੀ ਦੇ ਅੰਦਰ ਦੀਆਂ ਸਾਰੀਆਂ ਲਾਲਸਾਵਾਂ ਖਤਮ ਕਰ ਦਿੱਤੀਆਂ ਕਿਉਂਕਿ ਤ੍ਰਿਪਤ ਭਾਈ ਸੱਚ ਭੋਜਨ ਖਾਇਆ ਮਹਾਰਾਜ ਜੀ ਨੇ ਰਹਿਮਤਾਂ ਵਰਤਾਈਆਂ। ਵੈਸੇ ਤੇ ਸਮਾਪਤੀ ਸੀ ਪਰ ਵੀਰ ਵੱਲੋਂ ਫੇਰ ਹੁਕਮ ਵੀ ਇੱਕ ਕਵਿਤਾ ਜਿਹੜੀ ਤੁਹਾਡੀ ਨੈੱਟ ਤੇ ਅਕਸਰ ਹੀ ਸੁਣਦੇ ਆ ਬੜੀਆਂ ਰੀਲਾਂ ਬਣਾਈਆਂ ਡੇਢ ਕੁ ਮਿੰਟ ਦੀ ਕਵਿਤਾ ਤੁਸੀਂ ਬੜਾ ਮਾਣ ਦਿੱਤਾ ਪਰ ਉਹ ਕਵਿਤਾ ਹੈ ਕਿਹਦੀ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ ਜਦੋਂ ਇੰਸਟਾ ਤੇ ਰੀਲ ਬਣਾਉਂਦੇ ਆ ਤੇ ਸਰਚ ਕਰਦੇ ਆ ਕਾਮ ਲੋਹਗੜ ਤੁਸੀਂ ਬੜਾ ਮਾਣ ਦਿੱਤਾ ਪਰ ਉਹ ਕਵਿਤਾ ਹੈ ਕਿਹਦੀ ਉਹ ਸਾਡੇ ਜਥੇ ਨੂੰ ਮਹਾਰਾਜ ਜੀ ਨੇ ਮਾਣ ਦਿੱਤਾ ਕਿਹੜੀ ਕਵਿਤਾ ਦਾ ਮੈਂ ਜ਼ਿਕਰ ਕਰ ਰਿਹਾ ਜਦੋਂ ਇੰਨਾ ਕੀ ਲਿਖਦੇ ਆ ਸਿੱਖ ਕੌਮ ਨੂੰ ਮਾਣ ਬੜਾ ਤੇ ਆਪਣੇ ਆਪ ਗਾੜੀ ਆ ਜਾਂਦਾ ਜਗਤਾਰ ਤਵਾਰੇ ਤੇ ਆ ਜਦੋਂ ਭਾਊ ਨੇ ਪਹਿਲੀ ਟੇਕ ਚੁੱਕਣੀ ਆ ਤੇ ਤੁਸੀਂ ਅੱਖਾਂ ਕਰਕੇ ਬੰਦ ਧਿਆਨ ਖੜਿਓ ਫੋਨ ਵਾਲੀ ਆਵਾਜ਼ ਅੱਲੇ ਤੇ ਵੇਖਿਓ ਵੀ ਇਹ ਕਵਿਤਾ ਉਹੋ ਹੀ ਆ ਬਹੁਤੇ ਜ਼ਿਆਦੇ ਪ੍ਰੇਮ ਵਿੱਚ ਬਹਿ ਕੇ ਆਨੰਦ ਵਿੱਚ ਬਹਿ ਕੇ ਕਵਿਤਾ ਸਰਵਣ ਕਰੋ ਸਿੱਖ ਕੌਮ ਨੂੰ ਮਾਣ ਬੜਾ ਜਗਤਾਰ ਹਵਾਰੇ ਗਲੋਂ ਗੁਲਾਮੀ ਲਾਉਣ ਦੀਆਂ ਜੋ ਗੱਲਾਂ ਕਰਦਾ ਹੈ ਸੀਣੀ ਮਾਂ ਦਾ ਜਾਇਆ ਮਰਨੋਂ ਰਤਨ ਡਰਦਾ ਹੈ
ਸੋਹਣੀ ਮਾਂ ਦਾ ਜਾਇਆ ਮਰਨੋਂ ਰਤਨ ਡਰਦਾ ਹੈ। ਸਾਡੇ ਸਤਿਕਾਰਯੋਗ ਭਾਜੀ ਗੁਰਿੰਦਰਪਾਲ ਸਿੰਘ ਜੀ ਪਹਿਲਵਾਨ ਸਾਹਿਬ ਜਿਨ੍ਹਾਂ ਨੇ ਹੁਕਮ ਲਾਇਆ, ਜਿਨ੍ਹਾਂ ਦੇ ਜ਼ਰੀਏ ਆਪ ਜੀ ਦਾ ਹੁਕਮ ਸਾਡੇ ਤੱਕ ਪਹੁੰਚਿਆ, ਉਹਨਾਂ ਦਾ ਧੰਨਵਾਦ। ਸਟੇਜ ਦੇ ਸੈਕਟਰੀ ਸਾਹਿਬ ਦਾ ਧੰਨਵਾਦ, ਵਿਸ਼ੇਸ਼ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਇਸ ਅਸਥਾਨ ਤੇ ਜਿਨ੍ਹਾਂ ਸਾਧੂਆਂ ਦੀਆਂ ਬਰਕਤਾਂ ਵਰਤ ਰਹੀਆਂ ਉਹਨਾਂ ਦਾ ਵਿਸ਼ੇਸ਼ ਧੰਨਵਾਦ। ਇਹ ਤੁਹਾਡਾ ਆਪਣਾ ਜਥਾ, ਜਦੋਂ ਜਿੱਥੇ ਯਾਦ ਕਰੋ ਹਾਜ਼ਰ ਹੋਣ ਦਾ ਯਤਨ ਕਰਾਂਗੇ। ਦਾਸ ਗਿਆਨੀ ਗੁਰਕੀਰਤ ਸਿੰਘ ਐਮ ਏ ਸ੍ਰੀ ਤਰਨ ਤਾਰਨ ਸਾਹਿਬ, ਸਾਥੀ ਭਾਈ ਹੀਰਾ ਸਿੰਘ ਪੰਨੂ,
ਮੁਗਲ ਚੱਕ ਪੰਨੂਆ ਭਾਈ ਜਤਿੰਦਰਜੀਤ ਸਿੰਘ ਪੰਛੀ ਢੱਡੇ ਬੈਠੋ ਸੱਜ ਕੇ ਫਤਿਹ ਬੁਲਾਓ ਗੱਜ ਕੇ ਆਖੋ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਦਾ ਜ਼ਿਕਰ ਕਰਿਆ ਸਭ ਫਿਕਰ ਮਿਟਦਾ, ਜੀ ਦੇ ਹੁਕਮ ਵਿੱਚ ਸੰਸਾਰ ਚੱਲੇ, ਜੀ ਦੇ ਦਰ ਤੋਂ ਕੋਈ ਨਾ ਮੁੜੇ ਖਾਲੀ, ਜੀ ਦੀਆਂ ਰਹਿਮਤਾਂ ਦਾ ਸਤਿਗੁਰ ਨਾਨਕ ਜਿਨ ਕਲ ਰਾਖੀ ਰੇ ਦੀ।